ਚੁਣੌਤੀਆਂ ਇਕਾਗਰ ਕਰੋ। ਗੁਰੂ ਮਹਾਰਾਜ ਦਾ ਧਿਆਨ ਕਰਕੇ ਗੱਜ ਕੇ ਬੋਲੋ ਸਤਨਾਮ ਸ੍ਰੀ। ਤਿੰਨ ਸ੍ਰੇਸ਼ਟ ਪ੍ਰੋਗਰਾਮ ਇੱਕੋ ਦਿਨ ਵਿੱਚ ਨੇ। ਅੱਜ ਐਤਵਾਰ ਹੈ, ਦੂਸਰਾ ਸਾਵਣ ਦੀ ਸੰਗਰਾਂਦ ਹੈ, ਤੀਸਰਾ ਗੁਰੂ ਪੂਰਨਿਮਾ ਹੈ। ਮੇਰਾ ਖਿਆਲ ਹੈ ਵੀ ਬਹੁਤ ਸਾਲ ਹੋ ਗਏ, 20 ਸਾਲ ਤਾਂ ਮੈਨੂੰ ਹੋ ਗਏ, ਮੈਂ ਤਾਂ ਦੇਖਿਆ ਨਹੀਂ ਕਦੇ ਵੀ ਇਕੱਠੇ ਆਏ ਹੋਣੇ ਤਿੰਨੇ। ਅੱਜ ਹੁਮਾਂ ਮਾ ਕੇ ਸੰਗਤਾਂ ਦੂਰ ਦੁਰਾਜ ਤੋਂ ਪਹੁੰਚੀਆਂ, ਕਾਫੀ ਸਮੇਂ ਤੋਂ ਇੱਥੇ ਵਿਚਾਰ ਚੱਲ ਰਹੀ ਹੈ, ਕੋਈ ਵਿਚਾਰ ਚੱਲਦੀ ਹੈ, ਕਿੰਨੇ ਦੀਵਾਨ ਹੋ ਗਏ। ਉਹ ਇਹ ਸੀ ਕਿ ਗੁਰੂ ਨਾਨਕ ਸਾਹਿਬ ਜਦੋਂ ਕਿਸ਼ੋਰ ਅਵਸਥਾ ਵਿੱਚ ਸੀ, 7 ਸਾਲ ਦੀ ਉਮਰ ਲਿਖਦੇ ਨੇ, ਉਸ ਵੇਲੇ ਪਿਤਾ ਕਾਲੂ ਜੀ ਟੀਚਰ ਪਾਸ, ਪਾਧੇ ਪਾਸ ਪੜ੍ਹਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੈ ਕੇ ਜਾਂਦੇ ਨੇ। ਦਾਖਲਾ ਹੋ ਗਿਆ, ਐਡਮਿਸ਼ਨ ਫੀਸ ਦੇ ਦਿੱਤੀ। ਉਹਨਾਂ ਦਿਨਾਂ 'ਚ ਮਿੱਠਾ ਹੁੰਦਾ, ਚਾਹੇ ਸ਼ੱਕਰ ਲੈ ਜਾਓ, ਚਾਹੇ ਮਿਸਰੀ ਲੈ ਜਾਓ, ਚਾਹੇ ਕੋਈ ਮਠਿਆਈ ਲੈ ਜਾਓ, 125 ਰੁਪਈਆ ਹੁੰਦੀ ਫੀਸ, ਇੱਕ ਥਾਨ ਹੋਇਆ ਕਰਦਾ। ਉਹਦੇ ਬਾਅਦ ਸਮੇਂ ਸਮੇਂ ਸਿਰ ਜੋ ਉਸਤਾਦ ਹੁੰਦਾ, ਜਿਉਂ ਜਿਉਂ ਬੱਚੇ ਪੜ੍ਹਦੇ ਜਾਂਦੇ ਸੀ, ਮਾਂ ਬਾਪ ਆਪਣੀ ਖੁਸ਼ੀ ਨਾਲ ਉਹਨਾਂ ਨੂੰ ਕੁਛ ਨਾ ਕੁਛ ਭੇਟ ਕਰਦੇ ਰਹਿੰਦੇ ਸੀ। ਇਸ ਤਰ੍ਹਾਂ ਅੱਜ ਕੱਲ੍ਹ ਮੰਗਣ ਨਹੀਂ, ਫੀਸਾਂ ਨਹੀਂ ਸੀ ਹੁੰਦੀਆਂ ਵੀ 40,000 ਫੀਸ ਦਿਓ ਤਾਂ ਪੜ੍ਹਾਵਾਂਗੇ। ਗੁਰੂ ਮਹਾਰਾਜ ਜੀ ਦੂਸਰੇ ਦਿਨ ਜਾ ਜਾਂਦੇ ਨੇ, ਧਿਆਨ ਨਾਲ ਸੁਣਨ ਵਾਲੀ ਕਰਦਾ ਇਹ, ਵਿਚਾਰ ਨਾਲ। ਸਾਖੀ ਤਾਂ ਬਹੁਤ ਛੋਟੀ ਹੈ, ਲੇਕਿਨ ਵਿਚਾਰ ਬਹੁਤ ਵੱਡੀ ਹੈ। ਤਾਂ ਉਸ ਵੇਲੇ ਪਾਤਾ ਜੀ ਨੇ ਕਿਹਾ, ਟੀਚਰ ਨੇ ਕਿਹਾ, ਉਹਨਾਂ ਦੇ ਨਾਲ ਟੀਚਰ ਨਹੀਂ ਸੀ ਕਹਿੰਦੇ, ਪਾਤਾ ਨਹੀਂ ਸੀ ਕਹਿੰਦੇ, ਗੁਰੂ ਜਨ ਕਿਹਾ ਜਾਂਦਾ ਸੀਗਾ। ਅਜੇ ਵੀ ਰਿਵਾਜ਼ ਹੈ, UP ਚਲੇ ਜਾਓ, CP ਚਲੇ ਜਾਓ, ਉੱਥੇ ਟੀਚਰ ਨੂੰ ਗੁਰੂ ਜਨ ਕਹਿੰਦੇ ਨੇ। ਉਸਨੇ ਕਿਹਾ, ਨਾਨਕ ਫੱਟੀ ਲੈ ਕੇ ਆ। ਫੱਟੀ ਲਿਆਉਂਦੇ ਨੇ ਅਤੇ ਉਹਦੇ ਬਾਅਦ ਉਹ ਜਿਸ ਤਰ੍ਹਾਂ ਅਸੀਂ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਲਿਖਦੇ ਹਾਂ, ਕੋਈ ਚਿੱਠੀ ਲਿਖਣੀ ਹੋਵੇ, ਕੋਈ ਗੱਲ ਕਰਨੀ ਹੋਵੇ, ਕੋਈ ਕਾਗਜ਼ ਚੰਗਾ ਲਿਖਣਾ ਹੋਵੇ, ਉਹਦੇ ਉੱਤੇ ਮੂਲ ਮੰਤਰ ਦਾ ਸੰਖੇਪ ਲਿਖਦੇ ਹਾਂ, ਉਹਦੇ 'ਚ ਇੱਕ ਓਂਕਾਰ ਲਿਖਦੇ ਹਾਂ। ਇਹ ਵਿਸ਼ੇਸ਼ ਚੀਜ਼ ਹੈ ਅਤੇ ਸਤਿਗੁਰ ਪ੍ਰਸ਼ਾਦ ਜਿਹੜੀ ਹੈ ਉਹ ਗਾਹਾਂ ਡਿਨੋਟ ਕਰਦੀ ਹੈ ਵੀ ਇਹ ਜਿਹੜਾ ਏਕ ਓਂਕਾਰ ਹੈ, ਗੁਰੂ ਦੀ ਕਿਰਪਾ ਬਿਨਾਂ ਨਹੀਂ ਇਹ ਮਿਲਣਾ। ਸਾਰੀ ਥਿਊਰੀ ਇਹ ਇੱਕ 3 ਅੱਖਰਾਂ ਦੇ ਵਿੱਚ ਬੰਦ ਕਰ ਦਿੱਤੀ। ਉਸਨੇ ਉਹਨੇ ਲਿਖ ਦਿੱਤਾ, ਓਮ ਨਮੋ ਸਿੱਧੰ। ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਪੜ੍ਹਨ ਵਾਲੇ ਆਏ ਅਤੇ ਟੀਚਰ ਨੇ ਭੋਲੇ ਲਿਖ ਦਿੱਤਾ। ਜਦ ਅੱਗੇ ਅੱਖਰ ਪਾਉਣ ਲੱਗੇ, ਉਸ ਵੇਲੇ ਮਹਾਰਾਜ ਨੇ ਫੱਟੀ 'ਤੇ ਹੱਥ ਰੱਖਤਾ,
ਕਹਿਣ ਲੱਗੇ ਪਾਤਾ ਜੀ ਇਹ ਕੀ ਲਿਖਿਆ? ਕਹਿਣ ਲੱਗੇ ਨਾਨਕ ਇਹ ਅੱਜ ਤੱਕ ਤਾਂ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਵੀ ਕੀ ਲਿਖਿਆ। ਬੜਾ ਇੰਟੈਲੀਜੈਂਟ ਹੈ ਤੂੰ, ਬੜਾ ਮੈਂ ਖੁਸ਼ ਹੋਇਆ ਇਸ ਗੱਲ ਦੇ ਉੱਤੇ ਕਿ ਮੇਰਾ ਵਿਦਿਆਰਥੀ ਐਸਾ ਚੇਤਨ ਆ ਗਿਆ ਜਿਹੜਾ ਇੱਕ ਗੱਲ ਵੀ ਸਮਝੇ ਬਿਨਾਂ ਨਹੀਂ ਜਾਣ ਦੇਣਾ ਚਾਹੁੰਦਾ। ਉਸਨੇ ਕਿਹਾ ਹੇ ਨਾਨਕ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਰਮੇਸ਼ੁਰ ਦੇ ਅੱਗੇ ਯਾਚਨਾ ਕੀਤੀ ਜਾਂਦੀ ਹੈ ਕਿ ਇਹ ਕੰਮ ਸਿਰੇ ਚੜ ਜਾਵੇ, ਸਿੱਧ ਹੋ ਜਾਵੇ। ਸੋ ਮੈਂ ਓਮਕਾਰ ਦੇ ਅੱਗੇ ਉਸਦਾ ਸੰਖੇਪ ਓਮਕਾਰ ਦਾ ਓਮ ਲਿਖਿਆ, ਨਮਸਕਾਰ ਕਰੀਏ ਉਸਨੂੰ, ਸਿੱਧੰਗ ਕਹਿ ਕੇ ਰਿਕੁਐਸਟ ਕਰੀਏ ਵੀ ਕੰਮ ਪੂਰਾ ਹੋ ਜਾਵੇ ਸਾਡਾ। ਮਹਾਰਾਜ ਜੀ ਨੇ ਉਸੇ ਵੇਲੇ ਪ੍ਰਸ਼ਨ ਕਰਤਾ, ਉਹ ਕੋਈ ਐਸੇ ਨਹੀਂ ਸੀ ਵੀ ਗੱਲ ਜਾਣ ਦੇਣੀ ਚਾਹੁੰਦੇ ਸੀ। ਉਹਨੇ ਕਿਹਾ ਪਾਤਾ ਜੀ ਤੁਸੀਂ ਜਿਸਦੇ ਕੋਲ ਇਹ ਰਿਕੁਐਸਟ ਕੀਤੀ ਹੈ, ਅਰਦਾਸ ਕੀਤੀ ਹੈ, ਯਾਚਨਾ ਕੀਤੀ ਹੈ, ਕੀ ਤੁਸੀਂ ਉਸਨੂੰ ਜਾਣਦੇ ਹੋ? ਇਹ ਸਵਾਲ ਹੈ ਜਿਹੜਾ ਸਾਡੇ ਨਾਲ ਸੰਬੰਧ ਰੱਖਦਾ। ਜੇ ਸਾਡੀ ਸਮਝ ਵਿੱਚ ਇਹ ਪੈ ਗਿਆ ਤਾਂ ਸਾਡਾ ਭਜਨ ਸਫਲ ਹੋ ਜਾਏਗਾ, ਸਾਡੀ ਬਾਣੀ ਪੜ੍ਹਨੀ ਸਫਲ ਹੋ ਜਾਏਗੀ, ਗੁਰਦੁਆਰੇ ਆਉਣਾ ਸਫਲ ਹੋ ਜਾਏਗਾ। ਇੱਕੋ ਹੀ ਅੱਖਰ ਜੇ ਸਮਝ ਆ ਗਿਆ, ਇਹਦੇ ਪਿਛਲੇ ਤਿੰਨ ਦੀਵਾਨਾਂ ਦੇ ਵਿੱਚ ਲਗਾਤਾਰ ਇਹਦੇ ਉੱਤੇ ਵਿਆਖਿਆ ਹੁੰਦੀ ਰਹੀ ਹੈ। ਬੜੇ ਢੰਗਾਂ ਦੇ ਨਾਲ ਇਸ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ। ਅੱਜ ਵੀ ਆਪਾਂ ਇਸ ਦੇ ਉੱਤੇ ਵਿਚਾਰ ਕਰਾਂਗੇ, ਭਾਵੇਂ ਸਾਵਣ ਦੀ ਸੰਗਰਾਂਦ ਹੈ ਪਰ ਬਾਣੀ ਸਾਰੀ ਦੀ ਸਾਰੀ ਜਿੱਥੇ ਜੀ ਕਰਦਾ ਲਾ ਲਓ ਇੱਕੋ ਪਾਸੇ ਲੱਗ ਜਾਇਆ ਕਰਦੀ ਹੈ। ਉਹਦੇ 'ਚ ਕੋਈ ਡਿਸਟਿੰਕਸ਼ਨ ਨਹੀਂ ਹੁੰਦੀ ਵੀ ਇਹ ਬਾਣੀ ਹੋਰ ਹੈ, ਇਹ ਬਾਣੀ ਹੋਰ ਹੈ। ਤੋ ਇਸ ਕਰਕੇ ਇਹਨੂੰ ਸਮਝਣ ਦਾ ਯਤਨ ਕਰੋ। ਗੁਰੂ ਨਾਨਕ ਨੇ ਉਸਨੂੰ ਸਮਝਾਇਆ ਕਿ ਪਾਤਾ ਜੀ ਇਹ ਸਿੱਧ ਕਰਕੇ ਤੁਸੀਂ ਕੀ ਕਰੋਗੇ, ਮੈਨੂੰ ਕੀ ਪੜ੍ਹਾਵੋਗੇ? ਕਹਿਣ ਲੱਗੇ ਨਾਨਕ ਤੈਨੂੰ ਲੇਖਾ ਪੱਤਾ, ਡੈਬਿਟ ਕ੍ਰੈਡਿਟ, ਬੈਲੈਂਸ ਸ਼ੀਟ ਇਹ ਬਣਾਉਣੀ ਸਮਝਾਵਾਂ। ਫਸਲਾਂ ਦੀ ਕਨਕੂਟ ਕਰ ਲਓਗੇ, ਇੱਕਦਮ ਖਰਚੇ ਦੇਖ ਲਓਗੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਅਗਲਾ ਸਵਾਲ ਕਰਤਾ ਕਿ ਪਾਤਾ ਜੀ ਇਹ ਕਾਹਦੇ ਵਾਸਤੇ ਹੁੰਦੇ ਨੇ? ਕਹਿੰਦੇ ਨਾਨਕ ਇਹ ਪੜ੍ਹ ਲਿਖ ਕੇ ਰੋਜ਼ੀ ਕਮਾਉਣ ਦੇ ਆਦਮੀ ਕਾਬਲ ਹੋ ਜਾਂਦੇ। ਇੱਥੇ ਗੁਰੂ ਮਹਾਰਾਜ ਨੇ ਫਿਰ ਤਰਕ ਕਰ ਦਿੱਤੀ। ਉਹ ਕਹਿਣ ਲੱਗੇ ਰੋਜ਼ੀ ਕਮਾਉਣ ਦੇ ਕਾਬਲ ਹੋ ਜਾਂਦਾ, ਰੋਜ਼ੀ ਤਾਂ ਸਭ ਨੂੰ ਪਰਮੇਸ਼ੁਰ ਦਿੰਦਾ, ਕੋਈ ਸੰਸਾਰ ਦੇ ਵਿੱਚ ਐਸਾ ਨਹੀਂ ਜਿਹਨੂੰ ਨਹੀਂ ਦਿੰਦਾ। ਪੰਛੀਆਂ ਨੂੰ ਰੋਜ਼ੀ ਕੌਣ ਦਿੰਦਾ? ਰਾਤ ਨੂੰ ਅੱਡ ਅੱਡ ਹੋ ਕੇ ਚਲੇ ਜਾਂਦੇ ਨੇ, ਸਵੇਰੇ ਪਹਿਲੀ ਆਵਾਜ਼ ਨਾਲ ਜੋੜੇ ਜੋੜੇ ਇਕੱਠੇ ਹੋ ਜਾਂਦੇ ਨੇ। ਜਦ ਦੇਖ ਲਿਆ ਵੀ ਥੋੜ੍ਹਾ ਜਿਹਾ ਚਰਣਾ ਹੋ ਗਿਆ, ਉਸੇ ਵੇਲੇ ਉਡਾਰੀ ਮਾਰਨੀ ਹੈ, ਜਿੱਥੇ ਜਾ ਕੇ ਉਤਰਨਾ ਹੈ ਉੱਥੇ ਉਹਨਾਂ ਦੀ ਰੋਜ਼ੀ ਪੈਜੀ ਹੋਏਗੀ। ਪਰਮੇਸ਼ੁਰ ਕੋਈ ਐਸਾ ਨਹੀਂ ਹੈ, ਕੋਈ ਅਧੂਰੀ ਸ਼ਕਤੀ ਨਹੀਂ ਹੈ, ਉਹ ਸਭ ਨੂੰ ਜਾਣਦਾ। ਗੁਰੂ ਮਹਾਰਾਜ ਤਾਂ ਇੱਥੇ ਤੱਕ ਫਰਮਾਨ ਕਰਦੇ ਆ, ਪੜ੍ਹੋ ਪਿਆਰ ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ।
ਤੈਨੂੰ ਕਿਉਂ ਨਾ ਦੇਵੇ ਬੰਦਿਆ, ਦਿੰਦਾ ਹੈ ਪੱਥਰ ਦੇ ਹੀਰੇ ਨੂੰ ਤੈਨੂੰ ਕਿਉਂ ਨਾ ਦੇਵੇ ਬੰਦਿਆ। ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜ਼ਕਾ ਕੇ ਕਰ ਤਰੇ। ਰੋਜ਼ੀ ਦੇਣਾ ਉਸਦਾ ਕੰਮ ਹੈ ਜਿਹਨੇ ਸ੍ਰਿਸ਼ਟੀ ਸਾਜੀ ਹੈ। ਪਹਿਲਾਂ ਦਿੱਤਾ ਰਿਜ਼ਕ ਸੁਭਾਅ, ਪਾਛੇ ਜੰਤ ਉਪਾਏ ਦਾ। ਜੰਤ ਪਿੱਛੋਂ ਪੈਦਾ ਕਰਦਾ ਹੈ, ਪਹਿਲਾਂ ਰਿਜ਼ਕ ਦਿੰਦਾ। ਕਾਰੇ ਲੱਗੇ ਹੋਏ ਨੇ, ਨੱਖ ਨੱਥ ਖਤਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਹਿਣ ਲੱਗੇ ਪਾਤਾ ਜੀ, ਇਹਦੇ ਵਾਸਤੇ ਟਾਈਮ ਵੇਸਟ ਕਰਨਾ
ਇਹ ਤਾਂ ਕੋਈ ਗੱਲ ਨਹੀਂ ਹੈ, ਜਿਹੜੇ ਲੇਖੇ ਤੁਸੀਂ ਮੈਨੂੰ ਸਿਖਾਉਣੇ ਨੇ ਕੀ ਉਹ ਦਰਗਾਹ ਵਿੱਚ ਵੀ ਕੰਮ ਆਉਣਗੇ? ਕਿਉਂਕਿ ਸੰਸਾਰ 'ਚ ਰਹਿਣਾ ਤਾਂ ਹੈ ਨਹੀਂ, ਥੋੜ੍ਹੇ ਦਿਨਾਂ ਦਾ ਚਮਤਕਾਰ ਹੈ, ਉਹ ਤੋਂ ਬਾਅਦ ਚਲੇ ਜਾਣ। ਇੱਥੇ ਜਿੰਨੇ ਆਏ ਨੇ ਸਭ ਤੁਰ ਗਏ ਨੇ, ਕੋਈ ਨਹੀਂ ਰਿਹਾ ਕਰਦਾ। ਰਹਿਣ ਨਾ ਪਾਵਾ ਸੁਰ ਨਰ ਦੇਵ, ਨਾ ਦੇਵਤੇ ਰਹਿੰਦੇ ਨੇ ਨਾ ਕੋਈ ਹੋਰ ਰਹਿੰਦਾ। ਵੱਡੇ ਵੱਡੇ ਇੱਕ ਸ਼ਿਵ ਪਏ, ਇੱਕ ਗਏ, ਇੱਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬਰਮਾ ਵਿਸ਼ਨ ਕੇਤੇ, ਵੇਦ ਔ ਪੁਰਾਣ ਕੇਤੇ, ਸਮਰਤ ਸਿਮਰਤ ਸਮੂਹਨ ਕੇ ਹੋਏ ਹੋਏ ਬਤਾਏ ਹੈ। ਵੱਡੇ ਵੱਡੇ ਅਵਤਾਰ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਪੀਰ ਪੈਗੰਬਰ, ਇੱਥੇ ਸੰਸਾਰ 'ਤੇ ਰਹਿੰਦਾ ਨਹੀਂ ਕੋਈ, ਕਿੱਥੇ ਜਾਣਾ? ਪਰਮੇਸ਼ਰ ਨੇ ਐਸਾ ਅਸੂਲ ਐਸਾ ਬਣਾਇਆ ਹੋਇਆ ਹੈ ਕਿ ਸੰਸਾਰ ਦੇ ਅੰਦਰ ਜੀ ਆਉਂਦਾ, ਉਹਦੇ ਬਾਅਦ ਇਹ ਚਲਿਆ ਜਾਂਦਾ। ਇਹਦੇ ਜਿਹੜੇ ਐਕਸ਼ਨਸ ਨੇ ਉਹ ਅਨਨੋਟਿਸਡ ਨਹੀਂ ਜਾਂਦੇ, ਕੁਛ ਵੀ ਕਰ ਲਓ ਭੁਗਤਣਾ ਪੈਂਦਾ। ਕੁਛ ਐਸੇ ਸੰਸਾਰ ਦੇ ਵਿੱਚ ਭੁਗਤੇ ਆ, ਕੁਛ ਜਿਹੜਾ ਨਹੀਂ ਭੁਗਤਿਆ ਜਾਂਦਾ ਦਰਗਾਹ ਦੇ ਵਿੱਚ ਜਾ ਕੇ ਭੁਗਤਣਾ ਪੈਂਦਾ। ਉੱਥੇ ਲੇਖਾ ਪੱਤਾ ਹੁੰਦਾ, ਚੰਗੇ ਲੇਖਾਂ ਵਾਲਾ ਉੱਥੇ ਖੁਸ਼ ਹੈ। ਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦਊ, ਉਹਨੂੰ ਆਦਰ ਦੇਣਗੇ। ਦੂਜਾ ਜਿਹੜਾ ਉਹ ਰੋਂਦਾ ਉੱਥੇ, ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ। ਕਹਿਣ ਲੱਗੇ ਪਾਤਾ ਜੀ, ਜਿੱਥੇ ਲੇਖਾ ਹੋਣਾ, ਸੱਚ ਦਾ ਨਿਆਂ ਹੋਣਾ, ਉੱਥੇ ਇਹ ਲੇਖੇ ਕੰਮ ਆਉਣਗੇ। ਹੈਰਾਨ ਹੋਈ ਜਾਂਦਾ ਗੁਰੂ ਨਾਨਕ ਦੇ ਚਿਹਰੇ ਵੱਲ ਦੇਖਦਾ ਵੀ 7 ਸਾਲ ਦਾ ਬੱਚਾ ਗੱਲ ਪੂਰੀ ਤਰ੍ਹਾਂ ਕਹਿ ਰਿਹਾ ਜਿਹੜੀ ਅਸੀਂ ਨਹੀਂ ਸਮਝਦੇ। ਕਹਿਣ ਲੱਗਿਆ ਨਾਨਕ ਜੀ, ਐਸੇ ਲੇਖੇ ਵੀ ਹੁੰਦੇ ਨੇ? ਮਹਾਰਾਜ ਕਹਿੰਦੇ ਹਾਂ। ਕਹਿਣ ਲੱਗੇ ਮੈਨੂੰ ਦੱਸ ਸਕਦੇ ਹੋ ਵੀ ਉਹ ਲੇਖੇ ਕੀ ਹੁੰਦੇ ਨੇ? ਉਸ ਵੇਲੇ ਮਹਾਰਾਜ ਜੀ ਨੇ ਐਸਾ ਉਸਨੂੰ ਸੰਬੋਧਨ ਕਰਕੇ ਕਿਹਾ, ਲਿਖਣਾ ਤੂੰ ਜਾਣ ਲੈ, ਲੇਖਾ ਏ ਲਿਖਣਾ ਬਾਬਾ, ਲਿਖਣਾ ਤੂੰ ਜਾਣ ਲੈ, ਲੇਖਾ ਏ ਲਿਖਣਾ ਬਾਬਾ।
ਜਿੱਥੇ ਰੇਖਾ ਮੰਗੀਏ ਤਿੱਥੇ ਹੋਵੇ ਸੱਚਾ ਨਿਸ਼ਾਨ। ਇਹ ਰੇਖਾ ਐਸਾ ਹੈ ਪਾਦਾ ਜੀ, ਜਿਸ ਨੂੰ ਲਿਖਣ ਦੀ ਜਾਚ ਆ ਗਈ, ਜਿੱਥੇ ਜਾ ਕੇ ਲੇਖਾ ਹੋਣਾ, ਹਿਸਾਬ ਕਿਤਾਬ ਹੋਣਾ, ਉੱਥੇ ਬਰਾਬਰ ਕਰੇਗਾ। ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਉੱਥੇ ਸਹਾਇਤਾ ਕਰੇਗਾ, ਔਖੇ ਵੇਲੇ ਆ ਕੇ ਬਰਾਬਰ ਖੜੇਗਾ। ਇਹ ਲੇਖਾ ਨਾਮ ਦਾ ਹੈ। ਕਹਿਣ ਲੱਗੇ ਵੀ ਸਿਆਹੀ ਕਾਗਜ਼ ਲਿਖਾਰੀ ਕਿਵੇਂ ਲਿਖਿਆ ਜਾਂਦਾ, ਕੌਣ ਦੱਸਦਾ, ਕੌਣ ਪੜ੍ਹਾਉਂਦਾ? ਮਹਾਰਾਜ ਕਹਿੰਦੇ ਵੀ ਜਿਹੜਾ ਤੇਰੇ ਅੰਦਰ ਹੰਗਤਾ ਅਤੇ ਮਮਤਾ ਹੈ ਨਾ, ਆਈ ਐਂਡ ਮਾਈ, ਇਹੀ ਸਾਨੂੰ ਖਰਾਬ ਕਰਦੀ ਹੈ, ਇਹਨੂੰ ਸਮਝੋ। ਜੇ ਸਮਝ ਲਈ ਅਸੀਂ ਪਾਰ ਗਏ। ਨਹੀਂ ਆਉਂਦੀ ਸਮਝ, ਚਾਹੇ ਕਿੰਨੇ ਹੀ ਸਤਸੰਗ ਕਰ ਲਓ, ਕਿੰਨਾ ਹੀ ਪਾਠ ਕਰ ਲਓ, ਬਹੁਤ ਔਖੀ ਸਮਝ ਆਉਂਦੀ ਹੈ ਇਹ ਚੀਜ਼। ਕਈ ਵਾਰੀ ਮੈਂ ਬੜੇ ਸਖ਼ਤ ਅੱਖਰ ਵੀ ਵਰਤ ਲੈਂਦਾ ਵੀ ਅਸੀਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ, ਮੱਥੇ ਟੇਕ ਦਾਂਗੇ, ਮਾਇਆ ਚਾੜ ਦਾਂਗੇ, ਲੇਕਿਨ ਇਹਨਾਂ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਅਸੀਂ। ਜਿਹੜੀ ਗੱਲ ਇਹ ਕਹਿੰਦੇ ਨੇ ਉਹ ਨਹੀਂ ਅਸੀਂ ਮੰਨਣ ਨੂੰ ਤਿਆਰ। ਜੇ ਕਿਤੇ ਉਹ ਮੰਨ ਜਾਈਏ, ਉਹ ਮਹਾਰਾਜ ਨੇ ਇਸ ਨੂੰ ਬਹੁਤ ਸਪਸ਼ਟ ਸ਼ਬਦਾਂ 'ਚ ਕਿਹਾ ਵੀ ਜੇ ਮੰਨ ਜਾਈਏ ਨਾ ਜੋ ਕੁਛ ਗੁਰੂ ਕਹਿੰਦਾ, ਤਾਂ ਸਾਨੂੰ ਵੱਡੀ ਤੋਂ ਵੱਡੀ ਪਦਵੀ ਮਿਲ ਜਾਂਦੀ ਹੈ। ਪਾਵੇ ਮੁਖ ਦੁਆਰ ਜੇ ਮਨ ਮੰਨ ਜਾਏ, ਜੇ ਮਨ ਮੰਨ ਜਾਏ, ਪਾਵੇ ਮੁਖ ਦੁਆਰ ਜੇ ਮਨ ਮੰਨ ਜਾਏ, ਜੇ ਮਨ ਮੰਨ ਜਾਏ, ਜੀ
ਮੁਖ ਦੁਆਰ ਦੇ ਮਨ ਮਨ ਜੈ ਜੇ ਮਨ ਮਨ ਜੈ ਹਰ ਰੋਜ਼ ਪੜ੍ਹਨ ਵਾਸਤੇ ਤਾਕੀਦ ਕੀਤੀ ਹੈ। ਚਾਰ ਸੁਣਿਆਂ ਦੀਆਂ ਨੇ ਜਪਜੀ ਸਾਹਿਬ ਦੇ ਅੰਦਰ, ਚਾਰ ਮੰਨਿਆਂ ਦੀਆਂ। ਅਸੀਂ ਪੜ੍ਹ ਜਾਂਦੇ ਹਾਂ ਨਾ, ਸੁਣੇ ਦਾ ਪਤਾ, ਸਾਨੂੰ ਪਤਾ ਸੁਣਿਆ ਕੀ ਹੁੰਦਾ, ਮੰਨਿਆ ਕੀ ਹੁੰਦਾ। ਪੜ੍ਹਦੇ ਜਾਂਦੇ ਹਾਂ ਅਸੀਂ ਜ਼ਰੂਰ, ਉਮਰਾਂ ਸਾਡੀਆਂ ਲੰਘ ਗਈਆਂ ਪੜ੍ਹਦਿਆਂ ਦੀਆਂ, ਲੇਕਿਨ ਉਹ ਪੜ੍ਹਦੇ ਹੀ ਹਾਂ ਅਸੀਂ, ਗੱਲ ਨਹੀਂ ਮੰਨੀ ਹੈ ਇਹ। ਮਹਾਰਾਜ ਕਿੱਡੀ ਬੜੀ ਬਾਤ ਕਹਿੰਦੇ, ਮੰਨੈ ਕੀ ਗੱਦ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਿਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਨਾਮ ਜਿਹੜਾ ਨਿਰੰਜਨ ਹੈ ਨਾ ਮਾਇਆ ਤੋਂ ਰਹਿਤ, ਉਹਨੂੰ ਨਹੀਂ ਅਸੀਂ ਮੰਨਦੇ, ਉਹ ਹੈ ਇੱਕ ਸਥਿਤੀ। ਸੋ ਗੁਰੂ ਮਹਾਰਾਜ ਇਸ ਨੂੰ ਪਾਧਾ ਜੀ ਨੂੰ ਕਹਿੰਦੇ ਨੇ ਕਿ ਪਾਧਾ ਜੀ, ਜਿਸ ਓਂਕਾਰ ਦਾ ਤੁਸੀਂ ਜਿਸ ਕੋ ਪ੍ਰਾਰਥਨਾ ਕਰੀਏ ਉਹਨੂੰ ਜਾਣਦੇ ਹੋ? ਕਹਿਣ ਲੱਗਿਆ, ਨਾ ਨਾਨਕ ਜੀ, ਮੈਂ ਨਹੀਂ ਜਾਣਦਾ। ਕਹਿੰਦੇ, ਫਿਰ ਤੁਹਾਡਾ ਮਤਲਬ ਇਹ ਗਲਤ ਹੈ ਸਾਰਾ। ਹੁਣ ਜਿਸ ਵਾਹਿਗੁਰੂ ਦਾ ਅਸੀਂ ਨਾਮ ਲੈਂਦੇ ਹਾਂ ਉਹਨੂੰ ਜਾਣਦੇ ਹਾਂ ਅਸੀਂ, ਸ਼ਾਇਦ ਕੋਈ ਜਾਣਦਾ ਹੋਵੇ। ਬਾਕੀ ਇਹ ਕੰਮ ਸਾਡਾ ਚੱਲੀ ਜਾਂਦਾ, ਔਖੇ ਹੁੰਦੇ ਹਾਂ, ਹੇ ਵਾਹਿਗੁਰੂ ਆਹ ਕਰ, ਹੇ ਵਾਹਿਗੁਰੂ ਮੈਨੂੰ ਆਹ ਦੇ ਦੇ, ਉਹ ਦਿੰਦਾ ਹੀ ਜਾਂਦਾ। ਭੋਲੇ ਨਾਥ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਹੀ ਦਾ ਆਦਮੀ ਦਾ ਸਮਾਇਆ, ਆਖੇ ਮੰਗੇ ਦੇ 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 ਦਾਤ ਕਰੇ ਦਾਤਾਂ। ਉਹ ਦਾਤਾਂ ਦਿੰਦੇ ਜਾਂਦੇ, ਪਰ ਸਾਡੀ ਆਪਸ ਵਿੱਚ ਵਾਖਰੀ ਕੋਈ ਨਹੀਂ ਹੈ ਵੀ ਕਿੱਥੇ ਰਹਿੰਦਾ, ਕੀ ਉਹਨੂੰ ਮਿਲਣਾ ਜ਼ਰੂਰੀ ਹੈ, ਕੀ ਉਹਦੇ ਨਾਲ ਪਿਆਰ ਕਰਨਾ ਜ਼ਰੂਰੀ ਹੈ। ਇਹ ਗੱਲਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦੀਆਂ। ਜਿੰਨੀ ਦੇਰ ਤੱਕ ਅਸੀਂ ਨਹੀਂ ਸਮਝਦੇ ਓਂਕਾਰ ਨੂੰ, ਓਂਕਾਰ ਵਰਮ, ਓਂਕਾਰ ਜਿਹੜਾ ਹੈ ਨਾ, ਇਹ ਨਿਰੰਕਾਰ ਆਕਾਰ ਹੋਏ, ਏਕ ਓਂਕਾਰ ਅਪਾਰ ਸਦਾਇਆ। ਏਕ ਓਂਕਾਰ ਤੋਂ ਕਿਰਿਆ ਵਿੱਚ ਲੀਨ ਹੋਇਆ, ਏਕ ਓਂਕਾਰੋਂ ਸ਼ਬਦ ਧੁਨ, ਉਹ ਅਵਸਥਾ ਨੂੰ ਓਂਕਾਰ ਕਿਹਾ ਗਿਆ। ਓਂਕਾਰ ਆਕਾਰ ਬਣਾਇਆ, ਉਹਨੇ ਸਾਰੀ ਸ੍ਰਿਸ਼ਟੀ ਬਣਾ ਦਿੱਤੀ, ਉਹਨੂੰ ਨਹੀਂ ਅਸੀਂ ਜਾਣਦੇ। ਸਾਡੀ ਇਹ ਸਾਰੀ ਜ਼ਿੰਦਗੀ ਸਮਝ ਨਹੀਂ ਆਉਂਦੀ ਵੀ ਸ੍ਰਿਸ਼ਟੀ ਹੋਰ ਹੈ ਕਿ ਓਂਕਾਰ ਹੋਰ ਹੈ। ਉਹਨੇ ਬਣਾਈ, ਬਣਾਉਣ ਵਾਸਤੇ ਉਹਨੂੰ ਚੀਜ਼ਾਂ ਦੀ ਲੋੜ ਹੈ। ਜਿਹੜੇ ਸ਼ਾਸਤਰ ਨੇ ਨਾ, ਕਨਫਿਊਜ਼ ਹੋਏ ਪਏ ਨੇ ਇਹਨਾਂ ਗੱਲਾਂ 'ਚ ਬਈ, ਪਰਮੇਸ਼ਰ ਨੇ ਪ੍ਰਕਿਰਤੀ ਕਿੱਥੋਂ ਲਈ, ਮਾਇਆ ਕਿੱਥੋਂ ਲਈ। ਸੰਸਾਰ ਦੇ ਵਿੱਚ ਤਾਂ ਬਹੁਤ ਕੁਛ ਹੈ, ਦੋ ਪੱਖ ਨੇ, ਵੀ ਇਹ ਦੋਏ ਕਿੱਥੋਂ ਲਏ ਉਹਨੇ। ਮਹਾਰਾਜ ਕਹਿੰਦੇ, ਕਰਨ ਕਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ। ਉਹ ਕਰਨ ਕਰਨ ਸਮਰੱਥ ਹੈ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨੇ। ਉਹ ਆਪ ਇੱਕ ਤੋਂ ਅਨੇਕ ਹੋ ਕੇ ਪਸਰਿਆ। ਆਹੀ ਗੱਲ ਜਿਹੜੀ ਹੈ ਨਾ, ਇਹ ਨਹੀਂ ਅਸੀਂ ਮੰਨਦੇ, ਇਹ ਸਾਡੀ ਸਮਝ ਤੋਂ ਬਾਹਰ ਹੈ ਗੱਲ। ਇੰਨੀ ਗੱਲ ਬਹੁਤ ਛੇਟੀ ਹੈ, ਆਪੇ ਹੀ ਨੇੜੇ ਹੈ ਆਪੇ ਹੀ ਦੂਰ ਹੈ।
ਮਹਾਰਾਜ ਕਹਿੰਦੇ ਨਿਜਾਤਮੇ ਰਿਹਾ ਭਰਪੂਰ, ਤੇਰੇ ਅੰਦਰ ਨਾ ਤੇਰੇ ਮਨ ਦੇ ਵਿੱਚ ਵਾਹਿਗੁਰੂ ਵੱਸਦਾ, ਭਰਿਆ ਪੂਰਨ ਰੂਪ ਦੇ ਅੰਦਰ ਵੱਸਦਾ, ਪਰ ਤੇਰਾ ਕਨੈਕਸ਼ਨ ਨਹੀਂ ਜੁੜਦਾ। ਕਿਉਂ? ਤੇਰਾ ਮਨ ਮੰਨਦਾ ਨਹੀਂ ਇਸ ਚੀਜ਼ ਨੂੰ। ਪਹਿਲਾਂ ਚਾਰ ਪੌੜੀਆਂ ਸੁਣਿਆ ਦੀਆਂ, ਸੁਣਨਾ ਫਿਰ ਮੰਨਣਾ। ਜੇ ਸਾਰੀ ਜ਼ਿੰਦਗੀ 'ਚ ਅਸੀਂ ਮੰਨ ਜਾਈਏ ਤਾਂ ਸਾਡਾ ਕੰਮ ਅਸੀਂ ਸਫਲ ਹੋ ਗਏ। ਅਕਲ ਦੇ ਨਾਲ ਤਾਂ ਮੰਨ ਜਾਵਾਂਗੇ, ਨਿਸ਼ਚੇ ਨਾਲ ਨਹੀਂ ਮੰਨਦੇ। ਨਿਸ਼ਚੇ ਨਾਲ ਮੰਨਿਆ ਟਾਵੇ ਟਾਵੇ ਨੇ, ਜਿਹੜਾ ਮੰਨਦਾ ਉਹਨੂੰ ਉਹ ਭੁੱਲਦਾ ਨਹੀਂ ਕਦੇ ਵੀ। ਜਿਸ ਤਰ੍ਹਾਂ ਦੇ ਨਾਲ ਹਨੇਰੇ ਦੇ ਵਿੱਚ ਰੱਸੀ ਪਈ ਹੈ, ਉਹ ਦੇਖਣ ਵਾਲਾ ਕਹਿੰਦਾ ਵੀ ਇਹ ਰੱਸੀ ਹੈ, ਸੱਪ ਨਹੀਂ ਹੈ। ਜਿਹੜਾ ਹਨੇਰੇ 'ਚ ਹੈ ਉਹ ਕਹਿੰਦਾ ਨਹੀਂ ਸੱਪ ਹੈ। ਉਹ ਲੱਖ ਯਤਨ ਕਰਨ 'ਤੇ ਵੀ ਨਹੀਂ ਉਹ ਮੰਨਦਾ, ਪਰ ਜਦ ਚਾਨਣਾ ਹੋ ਜਾਵੇ ਉਸ ਵੇਲੇ ਉਹ ਮੰਨ ਜਾਂਦਾ, ਫਿਰ ਨਹੀਂ ਭੁੱਲਦਾ। ਸੋ ਗੁਰੂ ਦਾ ਕੰਮ ਇਹੀ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰਉਪਦੇਸ਼ ਸੁਣਾਵੇ, ਉਹਨੂੰ ਅਸਲੀ ਗੱਲ ਦੱਸ ਦਿੰਦਾ। ਗੁਰੂ ਗ੍ਰੰਥ ਸਾਹਿਬ ਨੇ ਕੋਈ ਗੱਲ ਲੁਕੋ ਕੇ ਨਹੀਂ ਰੱਖੀ। ਇਹਦੇ ਵਿੱਚ ਕੋਲ ਆਓ, ਮੰਨ ਜਾਓ, ਗੱਲ ਖਤਮ ਹੋ ਗਈ। ਲੇਕਿਨ ਮਨ ਮੰਨਦਾ ਨਹੀਂ ਹੈ। ਮਹਾਰਾਜ ਨੇ ਬੜੇ ਸਖ਼ਤ ਅੱਖਰ ਵਰਤੇ ਨੇ, ਆਪ ਨਾ ਇਹ ਸ੍ਰਿਸ਼ਟ ਮੈਂ ਬਿਨ ਬੂਝੇ ਪਸਟ ਹੋ। ਜਿਹਨਾਂ ਨੇ ਇਹ ਗੱਲ ਬੁੱਝੀ ਨਹੀਂ ਨਾ ਹੈ, ਕਿਹੜੀ ਗੱਲ ਆ ਉਹ ਵੀ ਇੱਥੇ ਪਰਮੇਸ਼ੁਰ ਤੋਂ ਬਗੈਰ ਹੋਰ ਕੋਈ ਹੈ ਨਹੀਂ। ਇਹ ਅਸੀਂ ਸੁਣ ਤਾਂ ਲਈ, ਇੰਟਲੈਕਚੁਅਲ ਲੈਵਲ ਤੱਕ ਤਾਂ ਸਾਡੇ ਗਈ ਆ, ਲੈਕਚਰ ਵੀ ਅਸੀਂ ਦੇ ਦਾਂਗੇ, ਕਨਵਿੰਸ ਵੀ ਕਰਾ ਦਾਂਗੇ, ਪਰ ਆਪ ਨਹੀਂ ਮੰਨਾਂਗੇ ਇਸ ਚੀਜ਼ ਨੂੰ। ਇੱਥੇ ਹੀ ਫਰਕ ਪਿਆ ਹੋਇਆ ਸਾਰਾ। ਮਹਾਰਾਜ ਕਹਿੰਦੇ ਪਾਤਾ ਜੀ, ਉਹ ਜਿਸ ਓਂਕਾਰ ਨੂੰ ਤੁਸੀਂ ਕਹਿੰਦੇ ਹੋ ਉਹਦੇ ਬਾਰੇ ਪਹਿਲਾਂ ਜਾਣੋ ਕੀ ਹੈ। ਮਹਾਰਾਜ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ, ਦੋ ਦਿਨ ਤਿੰਨ ਦਿਨ ਪਹਿਲੇ ਪ੍ਰੋਗਰਾਮਾਂ 'ਚ ਮੈਂ ਇਹੀ ਬੇਨਤੀਆਂ ਕਰਦਾ ਰਿਹਾ। ਅਤੇ ਹੁਣ ਜਿਹੜੀ ਗੱਲ ਮਹਾਰਾਜ ਨੇ ਕਹੀ, ਲੇਖਾ ਜਿਹੜਾ ਹੈ ਉਹਨੂੰ ਲਿਖਣਾ ਜਾਣ ਲੈ। ਕਹਿਣ ਲੱਗੇ ਜਿਹੜਾ ਤੇਰੇ ਅੰਦਰ ਮੈਂ ਨਾ, ਆਈ ਐਮ, ਆਈ ਐਂਡ ਮਾਈ, ਇਹਦੀ ਤੂੰ ਸਿਆਹੀ ਬਣਾ ਲੈ ਇਹਨੂੰ ਜਾਲ ਕੇ। ਇਹ ਹੁਣ ਜਲਦੀ ਹੈ ਕਿਤੇ, ਹੁਣ ਮੈਂ ਤਾਂ ਕਿਸੇ ਤਰੀਕੇ ਨਾਲ ਜਾ ਹੀ ਨਹੀਂ ਸਕਦੀ, ਚਾਹੇ ਤੀਰਥਾਂ 'ਤੇ ਚਲਿਆ ਜਾ, ਚਾਹੇ ਪੁੰਨ ਕਰ, ਚਾਹੇ ਦਾਨ ਕਰ, ਮੈਂ ਭਾਵਨਾ ਜਾਏਗਾ ਆਦਮੀ ਦਾ ਕਦੇ ਵੀ। ਜਿਹਨਾਂ ਨੇ ਇਸ ਗੱਲ ਨੂੰ ਪਰਚਾਇਆ ਉਹ ਕਹਿੰਦੇ ਵੀ ਮੈਂ ਤਾਂ ਇੱਕ ਤਰੀਕਾ ਵਰਤਿਆ ਸੀ, ਮੈਂ ਤੂੰ ਤੂੰ ਕਹੀ ਗਿਆ, ਤੂੰ ਤੂੰ। ਫਿਰ ਕਹਿੰਦੇ ਕੀ ਹੋਇਆ? ਕਹਿੰਦੇ ਮੈਂ ਤੂੰ ਐਂ ਬਣ ਗਿਆ, ਮੈਂ ਮੇਰੀ ਮੈਂ ਮਰ ਗਈ, ਤੂੰ ਤੂੰ ਕਰਤਾ ਤੂੰ ਹੋਆ ਮੁਝਵੇਂ ਰਾਹ ਨਾ ਹੂੰ, ਜਾਂ ਬਾਪਾ ਪਰਕਾ ਮਿਟ ਗਿਆ, ਜਾਂ ਦੇਖਾਂ ਤਾਂ ਤੂੰ। ਜਦੋਂ ਮੇਰੇ ਇਹ ਮਰ ਗਿਆ ਨਾ ਮੈਂ ਭਾਵ, ਮੈਂ ਕੀ ਦੇਖਿਆ ਵੀ ਸਾਰੇ ਇੱਕੋ ਹੀ ਪਰਮੇਸ਼ੁਰ ਹੈ, ਇੱਥੇ ਦੂਸਰਾ ਕੋਈ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ। ਨਾਮਦੇਵ ਨੂੰ ਜਦੋਂ ਇਸ ਗੱਲ ਦੀ ਸੋਝੀ ਆਈ, ਇਸ ਧਿਆਨ ਵਿੱਚ ਸੀਗੇ, ਪ੍ਰਸ਼ਾਦੇ ਲਾ ਕੇ ਹਟੇ ਸੀ, ਕੋਣੇ ਵਿੱਚ ਬੰਨੇ ਹੋਏ ਸੀਗੇ, ਅਤੇ ਆਪ ਚੋਪੜਨ ਵਾਸਤੇ ਘਿਓ ਲੈਣ ਚਲੇ ਗਏ। ਇਹਨੇ ਨੂੰ ਵੀ ਕੁੱਤਾ ਆ ਗਿਆ, ਉਹ ਕੁੱਤੇ ਨੇ ਮੂੰਹ ਪਾਇਆ, ਰੋਟੀਆਂ ਲੈ ਕੇ ਨੱਠ ਲਿਆ, ਇਹ ਪਿੱਛੇ ਲਈ ਜਾਂਦਾ ਅਤੇ ਨਾਲ ਆਵਾਜ਼ਾਂ ਦਿੰਦਾ ਵੀ ਰੁਖੜੀ ਨਾ ਖਾਇਓ, ਰੁਖੜੀ ਨਾ ਖਾਇਓ। ਉਹ ਦ੍ਰਿਸ਼ਟੀ ਬਹੁਤ ਉੱਚੀ ਹੋ ਗਈ ਸੀ, ਉਹ ਪਰਮੇਸ਼ੁਰ ਦੇਖ ਰਿਹਾ ਸੀ ਉਹਦੇ ਵਿੱਚ ਵੀ, ਹੈ ਤਾਂ ਸਾਰਿਆਂ ਦੇ ਅੰਦਰ ਪਰਮੇਸ਼ੁਰ, ਨਾ ਕੁੱਤੇ ਵਿੱਚ ਕੋਈ ਹੋਰ ਹੈ, ਨਾ ਕੋਈ ਸੱਪ 'ਚ ਹੋਰ ਹੈ। ਉਹਨਾਂ ਦੇ ਸੁਭਾਅ ਵਰਤਦੇ ਨੇ, ਸੰਸਾਰ ਦੇ ਅੰਦਰ ਰੂਲਸ ਨੇ ਕੁਛ,
ਉਹ ਸਾਨੂੰ ਓਬਜ਼ਰਵ ਕਰਨੇ ਪੈਂਦੇ ਨੇ, ਕੁਛ ਸਾਡੇ ਨਿੱਜ ਧਰਮ ਨੇ ਜਿਹੜੇ ਓਬਜ਼ਰਵ ਕਰਨੇ ਪੈਂਦੇ ਨੇ, ਨਹੀਂ ਤਾਂ ਗੱਡਾ ਮੁੰਡਾ ਹੋ ਜਾਵੇ ਸਾਰੇ। ਪਰ ਉਹ ਇਸ ਗੱਲ ਤੋਂ ਉੱਤੇ ਲੰਘ ਗਏ ਅਤੇ ਦੌੜੇ ਜਾਂਦਿਆਂ ਨੂੰ ਜਿਸ ਵਕਤ ਖੀਰ ਬਹੁਤ ਲੰਘ ਗਏ, ਉੱਥੇ ਜਾ ਕੇ ਕੁੱਤਾ ਹੈ ਹੀ ਨਹੀਂ, ਜਿਸ ਪਰਮੇਸ਼ਰ ਨੂੰ ਮੰਨਦੇ ਸੀ ਸਾਕਾਰ ਨੂੰ ਉਹ ਸਾਹਮਣੇ ਬੈਠੇ, ਕਹਿੰਦੇ ਨਾਮਦੇਵ ਤੈਂ ਮੈਨੂੰ ਕੁੱਤਿਆਂ 'ਚ ਵੀ ਦੇਖਦੇ ਆ। ਨਾਮਦੇਵ ਕਹਿੰਦੇ ਤੂੰ ਤਾਂ ਉਹ ਥਾਂ ਦੱਸ ਹੇ ਪ੍ਰਭੂ ਜਿੱਥੇ ਤੂੰ ਨਹੀਂ ਹੈ, ਮੈਨੂੰ ਤਾਂ ਕੋਈ ਥਾਂ ਲੱਭਦੀ ਨਹੀਂ ਹੈ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਪਿਆ ਪ੍ਰਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਿਪਾਲ, ਬਣ ਤਿੰਨ ਪਾਰ ਬ੍ਰਹਮ ਤੈਸੀ ਜੈਸੀ ਆਗਿਆ ਤੈਸਾ ਕਰ। ਇਹ ਤਾਂ ਹਰ ਥਾਂ ਦੇ ਉੱਤੇ ਆ, ਪੌਣ ਪਾਣੀ ਬੈ ਸੰਤਰ ਮਾਏ ਚਾਰ ਕੁੰਟ ਦਹਿ ਦਿਸੇ ਸਮਾਏ, ਪਾਣੀ ਦੇ ਵਿੱਚ ਵੀ ਹੈ ਪੌਣ ਦੇ ਵਿੱਚ ਵੀ ਹੈ। ਇਹ ਹੁਣ ਧਿਆਨ ਪਰਪੱਕ ਨਹੀਂ ਸਾਡਾ ਹੁੰਦਾ, ਟੁੱਟਿਆ ਰਹਿੰਦਾ। ਜਿੰਨਾ ਚਿਰ ਇਹ ਧਿਆਨ ਪਰਪੱਕ ਨਹੀਂ ਹੁੰਦਾ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਹਦੇ ਬਾਰੇ ਮਹਾਰਾਜ ਨੇ ਕਿਹਾ ਵੀ ਜਿਹਨੂੰ ਵਿਸਰਦਾ ਨਹੀਂ ਹੈ, ਜਿਹਨਾਂ ਨਾਲ ਵਿਸਰੇ ਨਾਮ ਸੇਕ ਨਹੀਂ ਆ। ਇਹ ਜਿਹਨੂੰ ਵਿਸਰਦੀ ਨਹੀਂ ਹੈ ਇਹ ਭਾਵਨਾ ਇਹ ਅਵਸਥਾ, ਕਹਿੰਦੇ ਉਹ ਕਹੇ ਜੇ ਨੇ ਭੇਦ ਨਾ ਜਾਣੋ ਮੂਲ ਸਾਈ ਜਿਹੇ ਆ, ਉਹਨਾਂ ਦੇ ਵਿੱਚ ਤਾਂ ਵਾਹਿਗੁਰੂ 'ਚ ਕੋਈ ਫਰਕ ਨਹੀਂ ਹੁੰਦਾ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਲਾੜੇ ਸਾਹਿਬ ਤੋਂ ਉੱਪਰਲੇ ਮਹਾਤਮਾ ਬਿੰਦੀਆ ਚੱਲ ਦੇ ਵਿੱਚ ਹੀ ਲੰਘ ਰਹੇ ਨੇ, ਹਜ਼ੂਰ ਸਾਹਿਬ ਨੂੰ ਜਾ ਰਹੇ ਨੇ 22 ਸਾਲ ਦੀ ਉਮਰ ਹੈ। ਉੱਥੇ ਜਿਹੜੇ ਨੇੜੇ ਦੇ ਪਿੰਡ ਵਾਲੇ ਸੀ ਉਹ ਬਹੁਤ ਕਾਹਲੀ ਕਾਹਲੀ ਜਾ ਰਹੇ ਨੇ। ਇਹ ਉੱਥੇ ਇੱਕ ਪਾਣੀ ਦਾ ਆਇਆ ਛੋਟਾ ਜਿਹਾ ਛਪੜੀ, ਉੱਥੇ ਬੈਠਣ ਦੀ ਤਿਆਰੀ ਕਰਦੇ ਨੇ। ਉਹ ਦੌੜ ਕੇ ਆਇਆ ਇੱਕ ਪਹਾੜੀ ਆਦਮੀ, ਉਹ ਕਹਿਣ ਲੱਗਿਆ ਬਾਬਾ ਇੱਥੇ ਨਾ ਤੂੰ ਬੈਠ। ਕਹਿੰਦੇ ਕਿਉਂ ਇੱਥੇ? ਕਹਿੰਦੇ ਸ਼ੇਰ ਪਾਣੀ ਪੀਂਦੇ ਨੇ ਰਾਤ ਨੂੰ, ਤੂੰ ਚੱਲ ਪਿੰਡ ਦੇ ਅੰਦਰ, ਅਸੀਂ ਤਾਂ ਉੱਥੇ ਲੱਕੜੀਆਂ ਜਾਲ ਕੇ ਰੱਖ ਦਿੰਦੇ ਹਾਂ ਅੱਗ ਦੇ ਨਾਲ ਬਚਦੇ ਹਾਂ, ਨਹੀਂ ਤਾਂ ਸ਼ੇਰ ਖਾ ਜਾਣ ਸਾਨੂੰ, ਇੱਥੇ ਜੰਗਲੀ ਜਾਨਵਰਾਂ ਨੇ ਆਉਣਾ। ਕਹਿੰਦੇ ਕੋਈ ਨਹੀਂ ਮੈਨੂੰ ਨਹੀਂ ਕੋਈ ਖਾਂਦਾ। ਸਵੇਰੇ ਜਦੋਂ ਜਾ ਕੇ ਕਹਿਣ ਲੱਗੇ ਵੀ ਉਹਦੀ ਵਾਲੀ ਹੋ ਗਈ ਦੀ ਖਬਰ ਲਈਏ, ਵਿਚਾਰੇ ਦੀਆਂ ਹੱਡੀਆਂ ਪਈਆਂ ਹੋਣੀਆਂ, ਖਾ ਕੇ ਹੋਣੇ ਨੇ ਉਹਨੂੰ ਤਾਂ, ਉੱਥੇ ਆਏ ਤਾਂ ਉਹ ਸਮਾਧੀ ਉਵੇਂ ਜਿਵੇਂ ਬੈਠੇ ਭਜਨ। ਆਤਮ ਚਿੰਤਨ ਇੱਕ ਅਵਸਥਾ ਹੋਇਆ ਕਰਦੀ ਹੈ, ਪਰਮੇਸ਼ਰ ਬ੍ਰਹਮ ਚਿੰਤਨ ਇਹਦਾ ਇਹਦੀ ਜਾਂਚ ਨਹੀਂ ਆਉਂਦੀ ਸਾਰਿਆਂ ਨੂੰ। ਵਾਹਿਗੁਰੂ ਵਾਹਿਗੁਰੂ ਕਰਨ ਦਾ ਤਾਂ ਸਭ ਨੂੰ ਪਤਾ ਹੈ, ਪਰ ਇਹ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਜਦੋਂ ਉੱਪਰ ਅਵਸਥਾ ਆਉਂਦੀ ਹੈ ਨਾ, ਉੱਥੇ ਆਤਮ ਚਿੰਤਨ ਅਤੇ ਬ੍ਰਹਮ ਚਿੰਤਨ ਹੋਇਆ ਕਰਦਾ, ਉਹਦੀ ਜਾਂਚ ਨਹੀਂ ਆਉਂਦੀ। ਉਹਦੀ ਜਾਂਚ ਮਹਾਂਪੁਰਸ਼ ਦੱਸਦੇ ਨੇ, ਆਪਣੇ ਆਪ ਨਹੀਂ ਆਉਂਦੀ। ਉਹ ਬ੍ਰਹਮ ਚਿੰਤਨ ਵਿੱਚ ਬੈਠੇ, ਉਹਨਾਂ ਨੇ ਆ ਕੇ ਆਵਾਜ਼ ਦਿੱਤੀ ਵਾਲੀ ਹੋ ਗਈ ਸਾਰੇ ਨਾਲ ਕੋਈ ਬਚਨ ਕਰ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਤੁਹਾਡੇ ਆਲੇ ਦੁਆਲੇ ਸ਼ੇਰਾਂ ਦੀਆਂ ਪੈੜਾਂ ਨੇ, ਗੋਲ ਚੱਕਰ ਵੀ ਕੱਢੇ ਹੋਏ ਨੇ, ਇਹਦਾ ਮਤਲਬ ਹੈ ਤੁਹਾਨੂੰ ਸੁੰਘਿਆ ਉਹਨਾਂ ਨੇ, ਪਰ ਤੁਹਾਨੂੰ ਖਾਧਾ ਕਿਉਂ ਨਹੀਂ ਹੈ? ਇਸ ਗੱਲ ਤੋਂ ਅਸੀਂ ਹੈਰਾਨ ਹਾਂ। ਕਹਿਣ ਲੱਗੇ ਵੀ ਜੇ ਤੁਹਾਨੂੰ ਭੁੱਖ ਲੱਗੀ ਹੋਵੇ ਤੁਸੀਂ ਆਪਣੀ ਬਾਂਹ ਦਾ ਮਾਸ ਖਾ ਲਓਗੇ? ਕਹਿੰਦੇ ਨਹੀਂ। ਕਹਿੰਦੇ ਬਸ ਆਹੀ ਗੱਲ ਹੈ। ਇਹ ਗੱਲ ਉਹਨਾਂ ਦੀ ਸਮਝ ਨਹੀਂ ਆਈ, ਬਾਬਾ ਜੀ ਨੇ ਤਾਂ ਕਹਿਤੀ ਸਮਝਾਉਣ ਵਾਸਤੇ ਕਹਿਤਾ। ਕਹਿੰਦੇ ਪ੍ਰੇਮੀਓ ਇੱਥੇ ਇੱਕੋ ਹੀ ਪਰਮੇਸ਼ਰ ਹੈ, ਹੋਰ ਨਹੀਂ ਕੋਈ ਹੈਗਾ। ਉਸੇ ਨੇ ਅਨੇਕ ਰੂਪ ਧਾਰਨ ਕਰੇ ਹੋਏ ਨੇ।
ਇਹਨਾਂ ਰੂਪਾਂ 'ਚ ਉਹ ਖੇਲ ਕਰ ਰਿਹਾ ਆਪਣੀ। ਜਦੋਂ ਆਪੇ ਹੀ ਆਪੇ ਫਿਰ ਇਹਨੇ ਇੱਧਰ ਵੀ ਹੋਈ ਹੈ, ਸ਼ੇਰ ਵਿੱਚ ਵੀ ਹੋਈ ਹੈ, ਤਾਂ ਖਾਣਾ ਪੀਣਾ ਕਿਹਨੇ ਕਿਹਨੂੰ ਖਾਣਾ। ਇਹ ਸੀਗੀ ਦ੍ਰਿੜ ਮਾਨਤਾ, ਦ੍ਰਿੜ ਮੰਨਣਾ। ਅਸੀਂ ਨਹੀਂ ਮੰਨ ਸਕਦੇ। ਜੇ ਕੋਈ ਕਹੇ ਵੀ ਮੈਂ ਕਹਿ ਲੈਂਦਾ ਜੀ ਇੱਥੇ ਸਾਰੇ ਪਰਮੇਸ਼ੁਰ ਹੈ, ਨਹੀਂ ਕਹਿ ਸਕਦਾ, ਉਹ ਗਲਤ ਹੋ ਜਾਏਗਾ। ਕਿਉਂਕਿ ਮੰਨਦਾ ਤਾਂ ਆਪਣੇ ਆਪ ਨੂੰ ਬੌਡੀ ਹੈ, ਮੈਂ ਮੰਨਦਾ, ਅਤੇ ਮੂੰਹ ਦੇ ਉੱਤੋਂ ਇਹ ਕਹਿੰਦਾ ਇੱਕੋ ਇਹ ਕਹੇ ਸਭ ਕੋਏ ਹਉਮੈ ਗਰਭ ਵਿਆਪੇ। ਮਹਾਰਾਜ ਕਹਿੰਦੇ ਕਹੀ ਜਾਂਦੀ ਹੈ ਦੁਨੀਆ ਵੀ ਕੋਈ ਵਾਹਿਗੁਰੂ ਹੈ, ਇੱਥੇ ਹੋਰ ਕੋਈ ਨਹੀਂ, ਲੇਕਿਨ ਮੈਂ ਦੇ ਵਿੱਚ ਵਿਆਪੇ ਹੋਏ ਕਹਿ ਰਹੇ ਨੇ, ਮੈਂ ਦੇ ਵਿੱਚ ਵਿਆਪੇ ਹੋਏ ਲੈਕਚਰ ਦੇ ਰਹੇ ਨੇ। ਕਹਿੰਦੇ ਜਿੰਨੀ ਦੇਰ ਤੱਕ ਅੰਦਰ ਅਤੇ ਬਾਹਰ ਇੱਕ ਨਹੀਂ ਜਾਣਦਾ, ਉੱਨੀ ਦੇਰ ਤੱਕ ਨਹੀਂ ਗੱਲ ਹੋਇਆ ਕਰਦੀ, ਜਿੰਨਾ ਚਿਰ ਪੂਰੀ ਤਰ੍ਹਾਂ ਭਰਮ ਦਾ ਨਾਸ਼ ਨਹੀਂ ਹੋਇਆ ਕਰਦਾ। ਸੋ ਆਹ ਫਰਕ ਹੈ ਸਾਡਾ, ਜਿੱਥੇ ਅਸੀਂ ਪਹੁੰਚਣਾ, ਮੰਜ਼ਿਲ ਤਾਂ ਹੈ ਸਾਡੀ ਆਹ ਜਿੱਥੇ ਅਸੀਂ ਜਾਣਾ। ਤੁਸੀਂ ਸਤਸੰਗ 'ਚ ਆਉਂਦੇ ਹੋ, ਹਮੇਸ਼ਾ ਹੀ ਆਉਂਦੇ ਹੋ, ਗੱਲ ਸਮਝਣ ਦਾ ਯਤਨ ਕਰੋ। ਸਾਡੀ ਮੰਜ਼ਿਲ ਇਹ ਹੈ ਜਿੱਥੇ ਦੁਆਇਤ ਦਾ ਨਾਸ ਹੋਣਾ, ਪਰ ਇਹ ਹੁੰਦੀ ਨਹੀਂ ਹੈ, ਕਿਉਂਕਿ ਅਸੀਂ ਮੰਨਦੇ ਨਹੀਂ ਹੈਗੇ, ਮੰਨਣ ਨੂੰ ਤਿਆਰ ਨਹੀਂ ਹੋ ਰਹੇ। ਵੀ ਮੰਨਿਆ ਕਿਵੇਂ ਜਾਵੇ? ਉਹ ਮਹਾਰਾਜ ਕਹਿੰਦੇ ਮਨ ਤਾਂ ਹੁੰਦਾ ਪਿਆਰਿਆ, ਜੇ ਮੈਨੂੰ ਪਹਿਲਾਂ ਇਹਦੀ ਸਿਆਹੀ ਬਣਾ ਲਓ ਜਾਲ ਕੇ। ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ, ਸਾਰ ਮਤ ਜਿਹੜੀ ਹੈ ਵਿਵੇਕ ਬਿਰਤੀ, ਉਹਦੇ ਤੋਂ ਕਾਗਜ਼ ਬਣਾ ਲਓ। ਪਾਓ ਕਰਮ ਕਰ ਚਿੱਤ ਲਿਖਾਰੀ, ਪਿਆਰ ਦੀ ਕਲਮ ਹੱਥ ਵਿੱਚ ਲੈ ਅਤੇ ਚਿੱਤ ਨੂੰ ਲਿਖਾਰੀ ਬਣਾ। ਗੁਰ ਪੁੱਛ ਲਿਖ ਵਿਚਾਰ, ਹੁਣ ਆਪਣੇ ਆਪ ਨਾ ਕਰੀ ਕਮਲ ਨਾ ਕੁੱਟੀ, ਗੁਰੂ ਨੂੰ ਪੁੱਛ ਕੇ ਵਿਚਾਰ ਲਿਖੀ। ਗੁਰੂ ਅਸੈਂਸ਼ੀਅਲ ਹੈ ਇਸ ਰਸਤੇ 'ਤੇ, ਗੁਰੂ ਦੇ ਬਗੈਰ ਕੋਈ ਲੰਘ ਨਹੀਂ ਸਕਦਾ। ਮਹਾਰਾਜ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸਿਧਾਂਤ ਆਉਂਦਾ ਵੀ ਨਹੀਂ ਗੁਰੂ ਦੇ ਬਗੈਰ ਲੰਘ ਸਕਦਾ, ਗੁਰਬਿੰਦ ਧਰਿਓ ਨਾ ਕੋਈ। ਗੁਰੂ ਦੇ ਬਗੈਰ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅੰਨ ਕਾ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸੁਣਾਈ। ਕਹਿੰਦੇ ਗੁਰਪੁੱਛ ਲਿਖ ਵਿਚਾਰ, ਕਹਿਣ ਲੱਗੇ ਹੇ ਨਾਨਕ ਮੈਂ ਲਿਖਾਂ ਕੀ ਫਿਰ? ਕਹਿੰਦੇ ਲਿਖ ਨਾਮ, ਸਲਾਹ ਲਿਖ। ਹੁਣ ਨਾਮ ਦੇ ਵਿੱਚ ਆ ਜਾਂਦਾ, ਨਾਮ ਦਾ ਨਹੀਂ ਸਾਨੂੰ ਪਤਾ ਲੱਗਦਾ ਵੀ ਨਾਮ ਕਿਵੇਂ ਲਿਖਿਆ ਜਾਂਦਾ, ਕਿਉਂਕਿ ਅਸੀਂ ਵਾਹਿਗੁਰੂ ਸ਼ਬਦ ਹੈ, ਗੁਰਮੰਤਰ ਹੈ, ਇਸ ਨੂੰ ਅਸੀਂ ਨਾਮ ਕਹਿੰਦੇ ਹਾਂ। ਅਤੇ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਇਸੇ ਨੂੰ ਕਹਿੰਦੇ ਨੇ ਗੁਰਮੰਤਰ ਹੀਣਸ ਜੋ ਪ੍ਰਾਣੀ ਤਰਗੰਤ ਜਨਮ ਪ੍ਰਿਸ਼ਨ ਹੈ, ਕੁਕਰ ਹੈ ਸ਼ੁਕਰ ਹੈ ਗਰਦਭ ਹੈ ਕੱਕ ਹੈ ਸਰਪਨ ਹੈ ਤੁਲਖਲ। ਇਹ ਗੁਰਮੰਤਰ ਨੇ ਜਿਹਨੂੰ ਮਿਲਿਆ, ਮਹਾਰਾਜ ਕਹਿੰਦੇ ਕੁੱਤੇ ਬਿੱਲੇ ਸੂਰ ਸੱਪ ਗਧਿਆਂ ਦੀ ਜੁਨੀ 'ਚ ਪੈ ਜਾਂਦਾ। ਅਤੇ ਨਾਮ ਕਿੱਥੋਂ ਆਏਗਾ? ਗੁਰਮੰਤਰ ਨੂੰ ਜਪ ਕੇ ਨਾਮ ਦੀ ਪ੍ਰਾਪਤੀ ਹੋਣੀ ਹੈ। ਨਾਮ ਨੇ ਬਾਹਰੋਂ ਨਹੀਂ ਆਉਣਾ ਸਾਧਸਿੰਗ ਜੀ, ਨਾਮ ਹਰੇਕ ਦੇ ਅੰਦਰ ਹੈ। ਨੌ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਇਹ ਦੇਹੀ ਦੇ ਵਿੱਚ ਰਹਿੰਦਾ। ਸੁਣ ਸਮਾਧ ਆਨਾ ਤੈ ਨਾਦ ਕਹਿਣ ਨਾ ਜਾਈਏ ਚਾਰ ਜੀ ਸਮਾਧ, ਜਿੱਥੇ ਫੁਰਨੇ ਖਤਮ ਹੋ ਜਾਂਦੇ ਨੇ ਉੱਥੇ ਨਾਮ ਪ੍ਰਗਟ ਹੁੰਦਾ। ਜਦੋਂ ਨਾਮ ਪ੍ਰਗਟ ਹੁੰਦਾ ਉਸ ਵੇਲੇ ਸਾਰਾ ਸੰਸਾਰ ਪਰਮੇਸ਼ਰ ਦਾ ਰੂਪ ਨਜ਼ਰ ਆ ਜਾਂਦਾ। ਕਹਿੰਦੇ ਇਹ ਲਿਖ ਹਿਰਦੇ 'ਚ, ਲਿਖ ਹਿਰਦੇ 'ਚ, ਲਿਖ ਨਾਮ, ਸਲਾਹ ਲਿਖ।
ਲਿਖ ਅੰਤ ਨਾ ਬਾਰਾ ਵਾਰ ਵਾਹਿਗੁਰੂ ਦੀ ਵਾਹਿਗੁਰੂ ਬਾਰੇ ਜਾਣ ਵੀ ਉਹਦਾ ਕੋਈ ਅੰਤ ਨਹੀਂ ਹੈ, ਕਿਤੇ ਉਹ ਖਤਮ ਨਹੀਂ ਹੁੰਦਾ। ਵੱਡੇ ਵੱਡੇ ਹਾਰ ਕੇ ਨਾਰਦ ਸੇ, ਚਿਤਰਾਨੰਦ ਸੇ, ਰੋਮਨਾ ਰਿਖ ਸੇ, ਸਭ ਨੂੰ ਮਿਲ ਕਰ ਵੇਦ ਪੁਰਾਣ ਨਾ ਭੇਦ ਲਿਖਿਓ, ਸਭ ਹਾਰ ਭਰਿਓ ਹਰ ਹਾਥ ਨਾ ਆਇਓ। ਪਾਏ ਸਕੇ ਨਹੀਂ ਪਾਰੋਮਾ ਪਦ ਸਿੱਧ ਸਨਾਤ ਸਨਾਤਨ ਤੇ ਆਇਓ। ਧਿਆਨ ਤੇ ਰਹੋ ਤੇਹ ਕੋ ਮਨਵੇ ਜੇ ਤੇ ਮਿੱਤ ਓਜ ਸਵੈ ਜਗ ਛਾਇ। ਮਹਾਰਾਜ ਕਹਿੰਦੇ ਜੇ ਉਹਦਾ ਉਹਨੂੰ ਕੋਈ ਨਹੀਂ ਜਾਣ ਸਕਦਾ, ਉਹ ਮਾਨ ਸਰੂਪ ਨਹੀਂ ਕਹਾ ਸਕਦਾ, ਸਿੱਧ ਸਮਾਧ ਸਾਰੇ ਜਿੰਨੇ ਆ ਸਮਾਧੀਆਂ ਨਾਲ ਆ ਕੇ ਥੱਕ ਗਏ। ਕਹਿੰਦੇ ਉਹ ਸੂਖਮ ਤੇ ਸੂਖਮ ਕਰ ਚੀਨਾ। ਆ ਇੱਕ ਸਾਇੰਸਦਾਨ ਹੋਇਆ ਸਟੀਫਨ, ਉਹਦਾ ਨਾਂ ਤੇ ਇੱਥੇ ਇੰਗਲੈਂਡ ਦੇ ਵਿੱਚ ਸੀ ਲੰਡਨ, ਡਾਕਟਰ ਸਟੀਫਨ। ਉਹ ਮੈਥੇਮੈਟੀਕਲੀ ਰੱਬ ਨੂੰ ਸਮਝਣ ਲੱਗ ਗਿਆ, ਯਤਨ ਕਰਿਆ ਵੀ ਆ ਕੀ ਹੈ ਪ੍ਰਕਿਰਤੀ। ਉਹ ਜਦੋਂ ਸਾਇੰਟਿਫਿਕ ਤਰੀਕੇ ਨਾਲ ਦੇਖਿਆ, ਉਹਨੇ ਕਿਹਾ ਵੀ ਜਦੋਂ ਇਹ ਕੰਪਰੈਸ ਹੁੰਦੀ ਹੈ ਉਸ ਵੇਲੇ ਗਾਹਾਂ ਹੀ ਗਾਹਾਂ ਆਈ ਜਾਂਦਾ, ਕਿਉਂਕਿ ਪੁਆਇੰਟ ਲਾ ਕੇ ਉਹਨੇ 080 ਲਾ ਕੇ ਇੱਕ ਲਿਖ ਕੇ ਗਾਹਾਂ ਇਨਫਿਨਿਟੀ ਲਿਖਤੀ। ਇਨਫਿਨਿਟੀ ਦਾ ਮਤਲਬ ਵੀ ਨਹੀਂ ਅੰਤ, ਚਲੇ ਲਿਖੇ ਜਾਓ ਕਰੋੜ ਸਾਲ ਲਿਖੀ ਜਾਓ ਤਾਂ ਵੀ ਨਹੀਂ ਪਤਾ ਲੱਗ ਸਕਦਾ। ਜਦੋਂ ਐਕਸਪੈਂਸ਼ਨ ਦੇ ਬਾਰੇ ਪ੍ਰਕਿਰਤੀ ਦਾ ਲਿਖਦਾ ਵਾਹਿਗੁਰੂ ਦਾ ਤਾਂ ਉਹਨੂੰ ਪਤਾ ਨਹੀਂ ਸੀਗਾ। ਉਹ ਕਹਿੰਦਾ ਜਦੋਂ ਇਹ ਪ੍ਰਕਿਰਤੀ ਫੈਲਦੀ ਹੈ, ਮੈਟਰ ਫੈਲਦਾ, ਇਹਦਾ ਵੀ ਕੁਛ ਨਹੀਂ ਪਤਾ ਲੱਗਦਾ। ਉਹਨੇ ਇੱਕ ਲਿਖ ਕੇ 80 ਲਿਖ ਕੇ ਇਨਫਿਨਿਟੀ ਲਿਖਤੀ। ਸੋ ਮਹਾਰਾਜ ਕਹਿੰਦੇ ਸੂਖਮ ਤੇ ਸੂਖਮ ਕਰ ਚੀਨੈ ਬਿਰਧਨ ਬਿਰਧ ਬਿਤਾਏ। ਜਿੱਥੇ ਜਾ ਕੇ ਕਿਹਾ ਵੀ ਇੰਨਾ ਫੈਲ ਗਿਆ, ਉਦੋਂ ਗਾਹਾਂ ਹੋਰ ਹੈਗਾ। ਜਿੱਥੇ ਜਾ ਕੇ ਕਿਹਾ ਵੀ ਛੋਟੇ ਤੋਂ ਛੋਟਾ ਉੱਥੇ। ਕਹਿੰਦੇ ਹੈ ਕੀ ਫਿਰ ਉਹ ਹੋਮ ਆਕਾਸ ਪਤਾਲ ਸਭੋ ਸਜ ਏਕ ਅਨੇਕ ਸਦਾਏ। ਇੱਕੇ ਵਾਹਿਗੁਰੂ ਜਿਹੜਾ ਸੀ ਨਾ, ਜਦੋਂ ਐਕਸਪੈਂਡ ਹੋਇਆ ਤਾਂ ਇਹ ਸਾਰੀ ਸ੍ਰਿਸ਼ਟੀ ਦਿਸਣ ਲੱਗ ਗਈ। ਉਹ ਆਪ ਹੀ ਹੈ ਅਤੇ ਹੋਰ ਕੋਈ ਹੈ ਨਹੀਂ। ਇਹ ਗੱਲ ਤਾਂ ਸਾਨੂੰ ਮਹਾਰਾਜ ਲੈ ਜਾਣਾ ਚਾਹੁੰਦੇ ਨੇ। ਬਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖੋ ਤੈਸਾ ਤਿੰਨੋ। ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫਨੋਗ। ਪਥਰਿਓ ਆਪ ਹੋਏ ਅਨਕ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਕਹਿੰਦੇ ਆਪ ਇਹ ਅਨੇਕਾਂ ਤਰੰਗਾਂ 'ਚ ਅਨੇਕਾਂ ਰੂਪਾਂ ਰੰਗਾਂ ਦੇ ਵਿੱਚ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਧਰੇ ਵੋ ਰੰਗੀ ਸਭ ਤੇ ਰਹੇ। ਹੁਣ ਇੱਥੇ ਅਸੀਂ ਗਲਤੀ ਖਾ ਜਾਂਦੇ ਹਾਂ। ਅਸੀਂ ਕਹਿੰਦੇ ਵਾਹਿਗੁਰੂ ਤਾਂ ਵੰਡਿਆ ਗਿਆ, ਫਿਰ ਕੁਛ ਦਰਖਤ ਬਣ ਗਏ, ਕੁਛ ਫਸਲਾਂ ਬਣ ਗਿਆ, ਕੁਛ ਆਦਮੀ ਬਣ ਗਏ, ਕੁਛ ਬੀਵੀਆਂ ਬਣ ਗਈਆਂ, ਕੁਛ ਕੁੱਤੇ ਬਿੱਲੇ ਬਣ ਗਏ। ਉਹ ਵੰਡ ਨਹੀਂ ਹੁੰਦਾ, ਫਿਰ ਨਿਆਰਾ ਰਹਿੰਦਾ। ਉਹਦੀ ਕੁਦਰਤ ਐਸੀ ਹੈ, ਜਾਦੂਗਰ ਜੇ ਜਾਦੂ ਦਿਖਾਉਂਦਾ ਹੈ ਉਹ ਵੰਡ ਨਹੀਂ ਹੁੰਦਾ। ਇੱਕ ਮਹਾਰਾਜ ਨੇ ਕਥਾ ਲਿਖੀ ਹੈ ਗੁਰੂ ਦਸਵੇਂ ਪਾਤਸ਼ਾਹ, ਇੱਕ ਰਾਜੇ ਦੇ ਦਰਬਾਰ ਵਿੱਚ ਜਾਦੂਗਰ ਆ ਗਏ। ਉਹ ਕਹਿਣ ਲੱਗਿਆ ਮੈਂ ਮਹਾਰਾਜ ਜਾਦੂ ਦਾ ਖੇਲ ਦਿਖਾਉਣਾ ਹੈ। ਉਹ ਕਹਿੰਦੇ ਵੀ ਜਾਦੂ ਦਾ ਖੇਲ ਤਾਂ ਦਿਖਾ, ਪਰ ਕੋਈ ਸਿੱਖਿਆ ਹੋਣੀ ਚਾਹੀਦੀ ਹੈ ਉਹਦੇ 'ਚ। ਕਹਿਣ ਲੱਗੇ ਹਾਂ ਮਹਾਰਾਜ ਸਿੱਖਿਆ ਹੋਵੇਗੀ, ਪਰ ਮੈਂ ਖੇਲ ਦਿਖਾਉਣਾ, ਮੇਰੇ ਨਾਲ ਮੇਰੀ ਇਸਤਰੀ ਹੈ, ਇਹ ਮੈਂ ਤੁਹਾਨੂੰ ਦੇਵਤਿਆਂ ਨਾਲ ਲੜ ਕੇ ਦਿਖਾਉਣਾ, ਅਤੇ ਜੇ ਮੈਂ ਮਾਰਿਆ ਗਿਆ ਮੇਰੀ ਇਸਤਰੀ ਕੀ ਕਰੇਗੀ। ਰਾਜਾ ਕਹਿਣ ਲੱਗਿਆ ਮੇਰੀ ਲੜਕੀ ਹੈ ਇਹ, ਫਿਕਰ ਨਾ ਕਰ, ਤੂੰ ਖੇਲ ਦਿਖਾ।
ਉਹ ਦੇਖਦੇ ਦੇਖਦੇ ਅਲੋਪ ਹੋ ਗਿਆ। ਆਵਾਜ਼ ਆਈ ਕਿ ਮੈਂ ਸਵਰਗ ਲੋਕ 'ਚ ਪਹੁੰਚ ਗਿਆ ਮਹਾਰਾਜ, ਹੁਣ ਮੈਂ ਵਰਨ ਦੇਵਤੇ ਨਾਲ ਯੁੱਧ ਕਰ ਸ਼ੁਰੂ ਕਰ ਲਿਆ। ਕਾਫੀ ਦੇਰ ਤੋਂ ਬਾਅਦ ਉਹਦੇ ਟੁਕੜੇ ਕਰਕੇ ਹੇਠਾਂ ਸਿੱਟਤੇ, ਕਹਿਣ ਲੱਗਿਆ ਵਰਨ ਦੇਵਤਾ ਮੈਂ ਸਿੱਟ ਰਿਹਾ, ਦਰਸ਼ਨ ਕਰੋ। ਫਿਰ ਅਗਨ ਦੇਵਤੇ ਨਾਲ ਲੱਗ ਗਿਆ। ਇਸ ਤਰ੍ਹਾਂ ਵਾਰੀ ਵਾਰੀ ਕਦੇ ਕੁਬੇਰ ਦਾ ਨਾਮ ਲੈਂਦਾ, ਕਦੇ ਇੰਦਰ ਦਾ ਲੈਂਦਾ। ਇੰਦਰ ਦੇ ਵੇਲੇ ਕਹਿਣ ਲੱਗਿਆ ਵੀ ਮੇਰੀ ਬਾਂਹ ਕੱਟ ਗਈ, ਉਹ ਬਾਂਹ ਆਉਂਦੀ ਦਿਸਦੀ ਆ ਅਸਮਾਨ 'ਚੋਂ। ਫਿਰ ਕਹਿੰਦਾ ਮੇਰੀ ਲੱਤ ਕੱਟ ਗਈ, ਲੱਤ ਆਉਂਦੀ ਦਿਸਦੀ ਹੈ। ਫਿਰ ਧੜ ਕੱਟ ਗਿਆ, ਸਿਰ ਵੱਲ ਵੱਖਰਾ ਆਉਂਦਾ, ਧੜ ਵੱਖਰਾ ਆਉਂਦਾ। ਉਹਦੀ ਔਰਤ ਬੈਠੀ ਹੈ ਵਿੱਚ, ਉਹਨੇ ਪਛਾਣ ਲਿਆ, ਰੋਣ ਲੱਗ ਗਈ ਵੀ ਮੇਰਾ ਪਤੀ ਤਾਂ ਮਾਰਿਆ ਗਿਆ, ਚੰਗਾ ਤਮਾਸ਼ਾ ਦਿਖਾਉਣ ਲੱਗਿਆ। ਸਾਰੇ ਪਹਿਲਾਂ ਖੁਸ਼ ਹੋ ਰਹੇ ਸੀ, ਫਿਰ ਦਲਗੀਰ ਹੋ ਗਏ ਵੀ ਕਿੱਡਾ ਬਹਾਦਰ ਸੀ, ਕਿੱਡੀ ਬਹਾਦਰੀ ਦੇ ਨਾਲ ਮਾਰਿਆ ਗਿਆ ਇੰਦਰ ਨਾਲ ਲੜਦਾ। ਉਹਦੇ ਬਾਅਦ ਉਹਨਾਂ ਨੇ ਚਿਖਾ ਤਿਆਰ ਕਰੀ, ਇੱਕ ਤਾਂ ਦੇਵਤਿਆਂ ਦੇ ਸਰੀਰ ਰੱਖਤੇ, ਇੱਕ ਤਾਂ ਇਹਦੇ ਰੱਖਤੇ। ਉਹ ਘਰ ਵਾਲੀ ਕਹਿੰਦੀ ਮੈਂ ਤਾਂ ਸਤੀ ਹੋਣਾ, ਉਹ ਨਾਲ ਸਤੀ ਹੋ ਗਈ। ਉਹ ਜਦ ਸਭ ਕੁਛ ਹੋ ਗਿਆ, ਚਿਖਾਂ ਬੁੱਝ ਗਈਆਂ, ਪੰਜ ਸੱਤ ਘੰਟੇ ਲੰਘ ਗਏ, ਉੱਥੋਂ ਵਿੱਚੋਂ ਹੀ ਨਿਕਲਿਆ, ਕਹਿੰਦਾ ਮਹਾਰਾਜ ਕੀ ਜੈ ਹੋ। ਹੈਰਾਨ ਹੋ ਗਏ ਵੀ ਇਹ ਤਾਂ ਇੱਥੇ ਤੁਰਿਆ ਫਿਰਦਾ। ਉਹ ਕਹਿਣ ਲੱਗੇ ਜਾਦੂਗਰ ਤੂੰ ਤਾਂ ਮਰ ਗਿਆ ਸੀ। ਕਹਿੰਦਾ ਮਹਾਰਾਜ ਮਰ ਗਿਆ ਹੁੰਦਾ ਮੈਂ ਤੁਹਾਡੇ ਕੋਲ ਕਿਵੇਂ ਆਉਂਦਾ, ਮੇਰੀ ਇਸਤਰੀ ਦੱਸੋ ਕਿੱਥੇ ਹੈ। ਸਾਰੇ ਕਹਿਣ ਵੀ ਉਹ ਤਾਂ ਸਤੀ ਹੋ ਗਈ ਤੇਰੇ ਨਾਲ। ਕਹਿੰਦਾ ਕਿੰਨਾ ਝੂਠ, ਮੈਂ ਤਾਂ ਜਿਉਂਦਾ ਜਾਗਦਾ, ਉਹ ਸਤੀ ਕਿਵੇਂ ਹੋ ਗਈ। ਕਹਿੰਦੇ ਜਾਦੂਗਰ ਬਿਲਕੁਲ ਸਹੀ ਕਹਿੰਦੇ, ਵਜ਼ੀਰਾਂ ਨੇ ਵੀ ਕਿਹਾ, ਸਭ ਨੇ ਕਿਹਾ। ਕਹਿੰਦਾ ਨਹੀਂ, ਰਾਜੇ ਨੇ ਕੈਦ ਕਰੀਏ। ਉੱਚੀ ਆਵਾਜ਼ ਮਾਰੀ, ਉਹਦੇ ਮਹਿਲਾਂ 'ਚੋਂ ਆਵਾਜ਼ ਆਈ ਵੀ ਮੈਨੂੰ ਰਾਜੇ ਨੇ ਬੰਦ ਕਰਿਆ ਹੋਇਆ, ਤਾਰੇ ਲੱਗੇ ਹੋਏ ਨੇ, ਤਾਰੇ ਘਲਾਓ ਫਿਰ ਮਹਾਰਾਜ। ਉਹ ਆ ਜਾਂਦੀ ਹੈ, ਉਹਦੇ ਬਾਅਦ ਸਾਰੇ ਹੈਰਾਨ ਹੋ ਗਏ ਵੀ ਇਹ ਹੈ ਕੀ, ਪਜ਼ਲ ਹੋ ਗਏ ਸਾਰੇ। ਕਹਿਣ ਲੱਗੇ ਉਹਨੇ ਸੰਕੋਚਤਾ, ਕਹਿਣ ਲੱਗੇ ਮਹਾਰਾਜ ਮੇਰਾ ਖੇਲ ਪਸੰਦ ਆਇਆ, ਜਾਦੂ ਪਸੰਦ ਆਇਆ। ਕਹਿਣ ਲੱਗੇ ਜਾਦੂਗਰ ਸਾਡੇ ਤਾਂ ਸਮਝ 'ਚ ਨਹੀਂ ਆ ਰਹੀ ਗੱਲ। ਕਹਿੰਦਾ ਗੱਲ ਸਮਝਾਉਣਾ, ਮੈਂ ਇੱਕ ਜਾਦੂਗਰ ਹਾਂ, ਨਾ ਮੇਰੇ ਕੋਈ ਇਸਤਰੀ ਹੈ, ਨਾ ਕੋਈ ਮੇਰੇ ਕੋਲ, ਮੈਂ ਕਿਤੇ ਗਿਆ, ਮੈਂ ਇੱਥੇ ਬੈਠੇ ਖੜ੍ਹੇ ਨੇ ਤੁਹਾਡੇ ਉੱਤੇ ਜਾਦੂ ਕਰਤਾ, ਤੁਹਾਨੂੰ ਸਭ ਨੂੰ ਹਿਪਨੋਟਾਈਜ਼ ਕਰਤਾ। ਜੋ ਮੇਰੇ ਮਨ ਵਿੱਚ ਗੱਲ ਆਉਂਦੀ ਸੀ ਉਹ ਤੁਸੀਂ ਦੇਖ ਰਹੇ ਸੀ, ਅਤੇ ਮੈਂ ਕੁਛ ਨਹੀਂ ਕਰਿਆ, ਮੈਂ ਕਿੱਥੇ ਗਿਆ ਨਹੀਂ। ਕਹਿਣ ਲੱਗਿਆ ਮਹਾਰਾਜ ਮੈਂ ਇੱਕ ਛੋਟਾ ਜਿਹਾ ਜਾਦੂਗਰ ਤੁਹਾਨੂੰ ਸਾਰਿਆਂ ਨੂੰ ਕਰਕੇ ਦਿਖਾ ਦਿੱਤਾ ਅਣਹੋਈ ਚੀਜ਼, ਅਤੇ ਵਾਹਿਗੁਰੂ ਜੀ ਦਾ ਐਡਾ ਬੜਾ ਬਾਜ਼ੀਗਰ ਹੈ, ਬਾਜ਼ੀਗਰ ਜੈਸੇ ਬਾਜ਼ੀ ਪਾਈ ਨਾਨਾ ਰੂਪ ਭੇਖ ਦਿਖਲਾਈ, ਸਾਂਗ ਤਾਰ ਸਮੇਂ ਪਸਾਰਾ ਤਬ ਏਕੋ ਏਕ ਅੰਕਾਰਾ। ਵੀ ਉਹ ਜਦ ਪਸਾਰਾ ਕਰਦਾ, ਪਸਾਰੇ ਦੇ ਵਿੱਚ ਕਿੰਨਾ ਪਸਾਰਾ ਕਰ ਦਿੰਦਾ ਕੋਈ ਅੰਤ ਨਹੀਂ ਹੈ। ਜਦੋਂ ਉਹ ਖੇਰ ਨੂੰ ਉਜਾੜ ਦਿੰਦਾ, ਕਹੋ ਨਾਨਕ ਜਬ ਖੇਰ ਉਜਾਰਾ ਤਬ ਏਕੋ ਏਕ ਅੰਕਾਰਾ। ਪਹਿਲਾਂ ਵੀ ਉਹ ਆਪ ਸੀ, ਖੇਲ ਦੇ ਵਿੱਚ ਵੀ ਆਪ ਹੈ, ਖੇਲ ਤੋਂ ਬਾਅਦ ਵੀ ਉਹ ਆਪ ਹੈ। ਕਹਿੰਦੇ ਆਹੀ ਇਸ ਚਰਚ ਬਾਤ ਹੈ, ਇਹਨੂੰ ਮਾਇਆ ਕਹਿੰਦੇ ਨੇ, ਪਰਮੇਸ਼ਰ ਦੀ ਮਨੁੱਖ ਨਹੀਂ ਸਮਝ ਸਕਦਾ। ਉਹਨੂੰ ਗੁਰੂ ਪੀਰ ਸਭ ਸਮਝਾਉਂਦੇ ਨੇ, ਨਹੀਂ ਸਮਝ ਸਕਦਾ ਇਸ ਗੱਲ। ਇੰਟਲੈਕਚੁਅਲ ਲੈਵਲ ਤੱਕ ਤਾਂ ਲੈ ਜਾਏਗਾ, ਲੇਕਿਨ ਉਹਨੂੰ ਰੀਅਲਾਈਜੇਸ਼ਨ ਨਹੀਂ ਹੋਏਗੀ, ਆਤਮ ਸਾਕਸ਼ਾਤਕਾਰ ਨਹੀਂ ਹੋਏਗੀ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਤਾ ਜੀ ਇਹ ਭਾਵਨਾ ਦੇ ਵਿੱਚ ਆ, ਲਿਖ ਨਾਮ
ਦੇਖ ਸਾਰੇ ਪਰਮੇਸ਼ਰ ਹੈ, ਕੋਈ ਦੂਜਾ ਨਹੀਂ ਹੈ ਇੱਥੇ। ਇਹ ਨਿਰੰਕਾਰ ਆਪ ਹੀ ਪਸਰਿਆ ਹੋਇਆ ਸਾਰੇ ਥਾਂ ਦੇ ਉੱਤੇ। ਉਹਦੀ ਸਲਾਹ ਲਿਖ, ਸਿਫਤ ਲਿਖ, ਲਿਖ ਅੰਤ ਨਾ ਬਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਤੋ ਮਹਾਰਾਜ ਕਹਿੰਦੇ ਵੀ ਇਹ ਲੇਖਾ ਲਿਖਣ ਦੀ ਜਿਸ ਨੂੰ ਵੀ ਜਾਚ ਆ ਗਈ ਉਹ ਧੰਨ ਹੋ ਗਿਆ। ਇਸ ਤਰ੍ਹਾਂ ਪੜ੍ਹ ਲਓ, ਜਿਹੜਾ ਸਾਚ ਲਿਖੇ ਉਰਧਾਰ, ਧੰਨ ਲਿਖਾਰੀ ਧੰਨ ਲਿਖਾਰੀ। ਸਾਚ ਲਿਖੇ ਉਰਧਾਰ, ਧੰਨ ਲਿਖਾਰੀ ਧੰਨ ਲਿਖਾਰੀ। ਲਿਖਾਰੀ ਧੰਨ ਲਿਖਾਰੀ, ਸੱਚ ਲਿਖੈ ਉਰਧਾਰ, ਧੰਨ ਲਿਖਾਰੀ ਧੰਨ ਲਿਖਾਰੀ। ਸਮਝ ਕੇ ਲਿਖਦਾ ਹੈ ਨਾ ਹਿਰਦੇ 'ਚ, ਮਹਾਰਾਜ ਕਹਿੰਦੇ ਉਹ ਲਿਖਾਰੀ ਧੰਨ ਹੈ। ਹੁਣ ਇਹ ਗੱਲ ਫੇਰ ਨਹੀਂ ਸਾਡੇ ਸਭ 'ਚ ਆਉਣੀ ਵੀ ਕਿਵੇਂ ਲਿਖੇ ਉਹਦੇ ਬਾਰੇ, ਐਂ ਸਮਝ ਲਓ ਸਿਖਾਲਾ ਜਾ। ਵਾਹਿਗੁਰੂ ਵਾਹਿਗੁਰੂ ਲਿਖ ਲੈ, ਸਤਨਾਮ 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 ਲਿਖ ਲੈ। ਵਾਹਿਗੁਰੂ ਵਾਹਿਗੁਰੂ ਲਿਖ ਲੈ, ਸਤਨਾਮ 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 ਲਿਖ ਲੈ। ਸੱਚ ਨੂੰ ਹਿਰਦੇ 'ਚ ਧਾਰ ਪਹਿਲਾਂ, ਉਹ ਕੀ ਹੈ ਵੀ ਉਹ ਥਾ ਮੇਰੇ ਅੰਦਰ ਬਾਹਰ ਹਰ ਥਾਂ ਦੇ ਉੱਤੇ ਪਰਮੇਸ਼ਰ। ਜਦ ਵੀ ਭਜਨ ਕਰਨ ਬੈਠੋ ਪਹਿਲਾਂ ਗੁਰੂ ਦੇ ਦੱਸੇ ਹੋਏ ਜਿਹੜਾ ਸਾਨੂੰ ਗੱਲ ਦੱਸੀ ਹੈ ਵੀ ਤੇਰੇ ਚਾਰੇ ਤਰਫ ਪਰਮੇਸ਼ਰ ਵਾਹਿਗੁਰੂ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਉਹ ਨਹੀਂ। ਐਵੇਂ ਨਾ ਮਾਰੀ ਜਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਨ ਕਿਤੇ ਦੌੜਿਆ ਫਿਰਦਾ, ਕਦੇ ਕੋਈ ਘੋੜੇ ਖਰੀਦਦਾ, ਕਦੇ ਵਿਛੇਰੀਆਂ ਮੋੜਦਾ। ਇਹ ਤਾਂ ਨਹੀਂ ਫਰੂਟਾਈਲ ਐਕਸਰਸਾਈਜ਼ ਹੋ ਜਾਏਗੀ, ਇਹਦਾ ਲੇਖਾ ਨਹੀਂ ਕੁਛ ਬਣਨਾ ਨਹੀਂ ਕੁਛ। ਇੱਕ ਵਾਰੀ ਇੱਕ ਬੀਬੀ ਜਾ ਰਹੀ ਹੈ,
ਇੱਕ ਕਾਫਲਾ 200-300 ਬੰਦਿਆਂ ਦਾ ਨਮਾਜ਼ ਪੜ੍ਹ ਰਹੇ, ਉਹ ਮੂਹਰੇ ਦੀ ਲੰਘ ਗਈ। ਇਸਲਾਮ ਦੇ ਵਿੱਚ ਇਹ ਹੈ ਵੀ ਜੇ ਮੂਹਰੇ ਦੀ ਔਰਤ ਲੰਘ ਜੇ ਤਾਂ ਨਮਾਜ਼ ਖੰਡਿਤ ਹੋ ਜਾਂਦੀ, ਕਜ਼ਾ ਕਹਿੰਦੇ ਨੇ, ਕਜ਼ਾ ਹੋ ਗਈ। ਉਹ ਨਮਾਜ਼ ਪੜ੍ਹੀ ਗਈ, ਜਿਹੜਾ ਸਰਦਾਰ ਸੀ ਉਹ ਕਾਫਲੇ ਦਾ ਕਹਿਣ ਲੱਗਿਆ ਔਰਤ ਨੂੰ ਪਕੜੋ। ਪਕੜ ਲਿਆ, ਕਹਿਣ ਲੱਗੇ ਤਾਂ ਸਾਡੀ 200 ਬੰਦੇ ਦੀ ਨਮਾਜ਼ ਕਜ਼ਾ ਕਰ ਦਿੱਤੀ, ਕਾਜੀ ਦੇ ਮੈਂ ਮੁਕੱਦਮਾ ਕਰਨਾ, ਫੜ ਕੇ ਨਾਲ ਲਿਆ, ਕਾਜੀ ਕੋਲ ਮੁਕੱਦਮਾ ਕਰਤਾ। ਬਿਆਨ ਹੋਣ ਲੱਗ ਗਏ, ਕਾਜੀ ਕਹਿਣ ਲੱਗਿਆ ਬੀਬੀ ਤਾਂ ਇਹਨਾਂ ਦੀ ਨਮਾਜ਼ ਕਜ਼ਾ ਕਰ ਦਿੱਤੀ। ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਹੈ, ਪੁੱਛੋ। ਸਾਰੇ ਹੀ ਬੋਲ ਪਏ, ਕਹਿੰਦੇ ਜੀ ਪਤਾ ਨਹੀਂ, ਸਾਡੇ ਸਾਹਮਣੇ ਦੀ ਲੰਘੀ ਜਾਂਦੀ ਸੀ। ਗੱਲ ਪੁਆਇੰਟ ਦੀ ਹੈ, ਇਹਨੂੰ ਫੜਿਓ ਜਰਾ। ਉਹ ਕਹਿਣ ਲੱਗੀ ਮੇਰੀ ਇੱਕ ਬੇਨਤੀ ਹੈ, ਮੈਂ ਇੱਕ ਬੰਦੇ ਨੂੰ ਪਿਆਰ ਕਰਦੀ ਹਾਂ, ਮੈਨੂੰ ਪਤਾ ਹੈ ਵੀ ਇਸ ਕੇ ਮਜਾਜ਼ੀ ਜਿਹੜਾ ਹੁੰਦਾ ਦਰਗਾਹ 'ਚ ਨਹੀਂ ਜਾਂਦਾ, ਕੰਮ ਨਹੀਂ ਕਰਦਾ ਦੁਨੀਆ ਵਾਸਤੇ। ਇਹ ਇਸ਼ਕ ਹਕੀਕੀ ਵਿੱਚ ਨੇ ਖੁਦਾ ਨੂੰ ਪਿਆਰ ਕਰਦੇ। ਉਹ ਮੈਂ ਉਹ ਉਸ ਦੀ ਧੁੰਨ ਦੇ ਵਿੱਚ ਤੁਰੀ ਜਾਂਦੀ, ਮੈਨੂੰ ਕੋਈ ਪਤਾ ਨਹੀਂ ਵੀ 200 ਬੰਦਾ ਮੇਰੇ ਇੱਥੇ ਬੈਠਾ ਨਮਾਜ਼ ਪੜ੍ਹਦਾ ਜਾਂ ਕੀ ਹੈ। ਮੈਂ ਤਾਂ ਉਹਦੇ ਧਿਆਨ ਵਿੱਚ, ਉਹਦਾ ਧਿਆਨ ਮੇਰੇ ਰਗ ਰਗ ਦੇ ਵਿੱਚ, ਰੋਮ ਰੋਮ 'ਚ ਇੰਨਾ ਸਮਾਇਆ ਹੋਇਆ ਸੀ ਕਿ ਮੈਨੂੰ ਉਹਦੇ ਹੀ ਪਚੱਕੇ ਪੈਂਦੇ ਸੀ, ਦੂਜਾ ਦਿਸਦਾ ਨਹੀਂ ਸੀ। ਕਾਜੀ ਸਾਹਿਬ, ਮੈਂ ਇਹ ਪੁੱਛਦੀ ਹਾਂ, ਇਹ ਖੁਦਾ ਨੂੰ ਪਿਆਰ ਕਰਦੇ ਸੀ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਤੁਰੀ ਜਾਂਦੀ ਹਾਂ? ਸਮਝਦਾਰ ਸੀ ਕਾਜੀ, ਕਹਿਣ ਲੱਗਿਆ ਬੀਬੀ ਤੇਰੀ ਗੱਲ ਤਾਂ ਪਤੇ ਨਹੀਂ। ਉਹ ਕਹਿਣ ਲੱਗਿਆ ਉਹਨਾਂ ਨੂੰ, ਸਰਦਾਰ ਨੂੰ, ਕਾਫਲੇ ਵਾਲੇ ਨੂੰ, ਕਹਿਣ ਲੱਗਾ ਤੁਸੀਂ ਤਾਂ ਨਮਾਜ਼ ਪੜ੍ਹਦੇ ਹੀ ਨਹੀਂ ਸੀ, ਤੁਹਾਡਾ ਤਾਂ ਧਿਆਨ ਆਇਆ ਔਰਤ ਵਿੱਚ ਸੀ ਵੀ ਸਾਡੇ ਮੂਹਰੇ 'ਤੇ ਤੁਰੀ ਜਾ ਰਹੀ ਹੈ, ਇਹ ਤੁਹਾਡੀ ਨਮਾਜ਼ ਕਦਾ ਤੁਸੀਂ ਆਪ ਕਰ ਰਹੇ ਸੀ, ਇਸ ਲੜਕੀ ਨੇ ਨਹੀਂ ਕਰੀ, ਤੁਸੀਂ ਨਮਾਜ਼ ਖੁਦ ਕਦਾ ਕਰ ਰਹੇ, ਤੁਸੀਂ ਬੇਅਦ ਵੀ ਕਰ ਰਹੇ ਸੀ ਪਰਮੇਸ਼ੁਰ। ਹੁਣ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ, ਜੇ ਅਸੀਂ ਛਾਲਾਂ ਮਾਰਦੇ ਫਿਰਦੇ ਹਾਂ ਤਾਂ ਬੇਅਦ ਵੀ ਨਹੀਂ ਤਾਂ ਹੋਰ ਕੀ ਹੈ? ਮਹਾਰਾਜ ਕਹਿੰਦੇ ਹਿਰਦੇ 'ਚ ਲਿਖਣ ਦੀ ਜਾਚ ਸਿੱਖ ਲੈ। ਜੇ ਵਾਹਿਗੁਰੂ ਕਹਿਣਾ, ਵਾਹਿਗੁਰੂ ਨੂੰ ਪਛਾਣ ਲੈ ਵੀ ਕੌਣ ਹੈ ਉਹ, ਉਹਨੂੰ ਜਾਣ ਪਛਾਣ ਪਹਿਲਾਂ ਪੈਦਾ ਕਰ ਆਪਣੇ ਅੰਦਰ। ਜੇ ਉਹ ਘੱਟ ਘੱਟ ਦੇ ਵਿੱਚ ਹੈ, ਘੱਟ ਘੱਟ ਮੈਂ ਹਰ ਜੂ ਵਸਾ, ਸੰਤਨ ਗਏ ਪਕਾਰ, ਸੰਤ ਰੌਲਾ ਪਾ ਪਾ ਕਹਿੰਦੇ ਨੇ ਤੇਰੇ ਅੰਦਰ ਵਾਹਿਗੁਰੂ, ਅਤੇ ਉਹਨੂੰ ਵਾਹਿਗੁਰੂ 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 ਕਰਨਾ ਤਾਂ ਮਨ ਦੌੜੇ ਫਿਰਦਾ, ਤਾਂ ਮਖੌਲ ਨਹੀਂ ਤਾਂ ਕੀ ਹੈ, ਵਿਆਜ ਵੀ ਨਹੀਂ ਤਾਂ ਕੀ ਹੈ? ਮਹਾਰਾਜ ਨੇ ਇਸ ਨੂੰ ਨਹੀਂ ਰੱਖਿਆ, ਮਹਾਰਾਜ ਨੇ ਕਿਹਾ ਉਰ ਧਾਰ, ਹਿਰਦੇ ਵਿੱਚ ਧਾਰ ਪਹਿਲਾਂ ਵਾਹਿਗੁਰੂ, ਬਈ ਮੇਰੇ ਅੰਦਰ ਬਾਹਰ ਉਹੀ ਹੈ। ਇੱਕ ਭੂਤ ਨੂੰ ਹਿਰਦੇ 'ਚ ਧਾਰ ਲੈਂਦਾ ਵੀ ਮੇਰੇ ਘਰ ਦੇ ਵਿੱਚ ਭੂਤ ਹੈ, ਕਿਤੇ ਮੈਨੂੰ ਫੜ ਲਿਆ ਕੇ। ਉਹ ਵਾਹਿਗੁਰੂ ਜਿਹੜਾ ਸਰਬ ਕਲਾ ਸਮਰੱਥ ਉਹ ਨਹੀਂ ਧਾਰਦਾ, ਆਹੀ ਇਹਦੀ ਬੇਰੁਖੀ ਹੈ, ਮਨੁੱਖ ਦੀ ਇੱਥੋਂ ਹੀ ਟੁੱਟਿਆ ਹੋਇਆ ਹੈ ਪਰਮੇਸ਼ੁਰ ਨਾਲ। ਮਹਾਰਾਜ ਕਹਿੰਦੇ ਕਾਇਆ ਕਾਗਜ਼ ਜੇ ਥੀਏ ਪਿਆਰੇ, ਮਨ ਮਸਮਾਣੀ ਤਾਂ, ਮਨ ਨੂੰ ਤੂੰ ਸਿਆਹੀ ਬਣਾ, ਕਾਇਆ ਦਾ ਕਾਗਜ਼ ਬਣਾ, ਲਤਾ ਲਿਖਣ ਸੱਚ ਕੀ ਪਿਆਰੇ, ਜੀਵ ਜਿਹੜੀ ਹੈ ਇਹਨੂੰ ਲਿਖਣ ਵਾਲੀ ਬਣਾ, ਵਾਹਿਗੁਰੂ 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 ਸੱਚ ਦੀ ਬਣਾ, ਪਖੰਡ ਵਾਲੀ ਨਾ ਬਣਾ, ਹਰ ਗੁਣ ਲਿਖ ਵਿਚਾਰ, ਧਨ ਲਿਖਾਰੀ ਨਾਨਕਾ ਪਿਆਰੇ। ਕਹਿੰਦੇ ਉਹ ਧਨ ਹੈ ਲਿਖਾਰੀ, ਸਾਚ ਲਿਖਾ ਹੈ ਉਰ ਧਾਰ, ਪਹਿਲਾਂ ਹਿਰਦੇ 'ਚ ਧਾਰਦਾ ਵਾਹਿਗੁਰੂ ਨੂੰ। ਚਲੋ ਵਾਹਿਗੁਰੂ ਨੂੰ ਤਾਂ ਆਪਾਂ ਜਾਣਦੇ ਨਹੀਂ, ਮੈਂ ਤੁਹਾਨੂੰ ਹੋਰ ਸਿਖਾਲਾ ਤਰੀਕਾ ਦੱਸਦਾ। ਆਪਾਂ ਰੋਜ਼ ਅਰਦਾਸ ਕਰਦੇ ਹਾਂ, ਗੁਰੂ ਨਾਨਕ ਨਹੀਂ ਧਿਆਏ,
ਅੰਦਰ ਤੇ ਗੁਰੂ ਅਮਰਦਾਸ ਰਾਮਦਾਸ ਸਾਹਿਬ ਹੋਈ ਸੁਆਏ ਉਹਦੇ ਹੈਗੇ ਤਾਂ ਅਰਦਾਸ ਕਰਦੇ ਹਾਂ, ਜੇ ਨਾ ਹੋਣ ਫਿਰ ਸਾਨੂੰ ਖਪਣ ਦੀ ਕੀ ਲੋੜ ਹੈ। ਗੁਰੂ ਨਾਨਕ ਹਾਜ਼ਰ ਨਾਜ਼ਰ ਹੈ, ਉਹ ਸਾਡਾ ਪਿਆਰ ਹੈ, ਅਸੀਂ ਉਹਨੂੰ ਪਿਆਰ ਕਰਦੇ ਹਾਂ, ਉਹਦੀ ਕਹੀ ਹੋਈ ਗੱਲ ਮੰਨਣ ਵਾਸਤੇ ਅਸੀਂ ਤਿਆਰ ਹਾਂ। ਵੀ ਚਲੋ ਜੇ ਹੋਰ ਨਹੀਂ ਹੈ ਤਾਂ ਗੁਰੂ ਨਾਨਕ ਸਾਹਿਬ ਨੂੰ ਇਹ ਵਿਸਾ ਲਿਆ ਕਰੋ, ਫਿਰ ਵਾਹਿਗੁਰੂ ਵਾਹਿਗੁਰੂ ਕਰੋ, ਫਿਰ ਜਪ ਜੀਤਾ ਪੜ੍ਹੋ। ਉਹ ਜੇ ਉਰਦ ਦੇ ਵਿੱਚ ਧਾਰਨ ਨਹੀਂ ਕਰਿਆ, ਹਿਰਦੇ 'ਚ ਧਾਰਨ ਨਹੀਂ ਕਰਿਆ, ਤਾਂ ਜਿਹੜਾ ਪੂਜਾ ਪਾਠ ਹੈ ਉਹ ਤੁਹਾਡਾ ਟਾਈਮ ਵੇਸਟ ਹੋ ਜਾਏਗਾ, ਥੋੜ੍ਹਾ ਬਹੁਤਾ ਫਲ ਤਾਂ ਮਿਲੇਗਾ ਜਿੱਥੇ ਕਿਤੇ ਮਨ ਇਕਾਗਰ ਹੋ ਗਿਆ, ਲੇਕਿਨ ਇਸ ਤਰ੍ਹਾਂ ਨਹੀਂ ਹੋਏਗਾ। ਸੋ ਇਹ ਚੀਜ਼ ਗੁਰੂ ਨਾਨਕ ਉਸ ਨੂੰ ਸਮਝਾ ਰਹੇ ਨੇ ਪਾਧੇ ਨੂੰ ਕਿ ਪਾਧਾ ਜੀ ਇਹ ਜਦੋਂ ਤੂੰ ਇਹ ਲੇਖ ਲਿਖਣਾ ਵਾਹਿਗੁਰੂ ਵਾਹਿਗੁਰੂ ਦਾ, ਉਹਨੂੰ ਸਮਝ ਕੇ ਲਿਖ ਬਈ ਅੰਦਰ ਬਾਹਰ ਪਰਿਪੂਰਨ ਹੈ, ਉਹ ਹਰ ਥਾਂ ਦੇ ਉੱਤੇ ਵਿਆਪਕ ਹੈ, ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈਗਾ। ਉਹ ਤੂੰ ਉਹਦੇ ਨਾਲ ਗੱਲ ਕਰ, ਬੋਲ ਉਹਦੇ ਨਾਲ, ਗੱਲ ਕਰ, ਗੱਲ ਤਾਂ ਕਰੂ ਜੇ ਕੁਛ ਜਾਣ ਪਛਾਣ ਵਧੀ ਹੋਈ ਸਾਨੂੰ ਕਹਿਣਗੇ ਜੀ ਤੁਸੀਂ ਅਰਦਾਸ ਕਰ ਦਿਓ। ਇੱਕ ਉੱਥੇ ਮੈਂ ਰੀਠਾ ਸਾਹਿਬ 'ਚ ਲੈ ਗਿਆ, ਮੇਰੇ ਖੜੇ ਹੀ ਪੈ ਗਿਆ ਇੱਕ ਸਿੰਘ, ਮੇਰੇ ਘਰ 'ਚ ਬਹੁਤ ਗਰੀਬੀ ਹੈ ਜੀ ਤੁਸੀਂ ਅਰਦਾਸ ਕਰ ਦਿਓ। ਉਹ ਮੈਂ ਕਿਹਾ ਪ੍ਰੇਮੀਆਂ ਮੈਨੂੰ ਐਂ ਦੱਸ, ਤੈਨੂੰ ਪਿਆਸ ਲੱਗੀ ਹੋਵੇ ਤੂੰ ਮੈਨੂੰ ਕਹੇ ਪਿਆ ਪਾਣੀ ਪੀ ਲਓ, ਵੀ ਪਾਣੀ ਮੰਗ ਲਓ, ਮੈਂ ਕਿਵੇਂ ਮੰਗ ਲੂੰਗਾ, ਮੈਨੂੰ ਤਾਂ ਪਿਆਸ ਹੀ ਨਹੀਂ ਲੱਗੀ ਹੋਈ। ਬਈ ਜਿਹੜਾ ਦੁੱਖ ਤੈਨੂੰ ਹੈ ਵੀ ਮੇਰੇ ਘਰ ਰੀਕ ਨਹੀਂ ਹੈ, ਮੈਨੂੰ ਆਇਆ ਤੂੰ ਆ ਗੁਰੂ ਸਾਹਿਬ ਨਾਲ ਗੱਲ ਕਰ, ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਅਰਦਾਸ ਤਾਂ ਜਿੱਥੇ ਜੀ ਚਾਹੇ ਉੱਥੇ ਕਰ, ਜਿੱਥੇ ਜੀ ਚਾਹੇ। ਇਹ ਨਹੀਂ ਹੈ ਵੀ ਫਲਾਣੀ ਥਾਂ ਪਹੁੰਚ ਕੇ ਅਰਦਾਸ ਕਰਾਂਗੇ, ਇਹ ਗੈਰ ਹਾਜ਼ਰੀ ਦੀਆਂ ਬਾਤਾਂ ਹੁੰਦੀਆਂ ਨੇ। ਅਰਦਾਸ ਤਾਂ ਜਿੱਥੇ ਜਿਸ ਸਮੇਂ ਤੁਹਾਡਾ ਜੀ ਚਾਹੇ, ਉਹਦੇ 'ਚ ਅੱਖਰ ਨਹੀਂ ਹੋਇਆ ਕਰਦੇ ਕੋਈ ਵੀ, ਉਹਦੇ 'ਚ ਭਾਵਨਾ ਹੁੰਦੀ ਹੈ। ਜੇ ਦੁਖੀ ਆ ਭਾਵਨਾ ਹੈ, ਅਰਦਾਸ ਕਿੱਡੀ ਸੀਗੀ ਜਿਹੜੀ ਦ੍ਰੋਪਦੀ ਨੇ ਕਰੀ, ਅੰਦਰ ਸਭਾ ਦੁਸਾਸ ਨੇ ਮੱਥੇ ਬਾਲ ਦ੍ਰੋਪਦੀ ਆਉਂਦੀ ਵਿਚਾਰੀ ਨੂੰ ਖਿੱਚ ਕੇ ਲੈ ਆਇਆ ਸਭਾ 'ਚ, ਪੰਜੇ ਪਾਂਡੋ ਦੇਖਦੇ ਔਖੀ ਨਾਰਜ ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਚਾਲੀ ਬਾਂਧੀ, ਦੁਰਯੋਧਨ ਨੇ ਕਿਹਾ ਹੁਣੇ ਨਜ਼ਮ ਕਰ ਦਿਓ। ਇੱਕ ਸਾੜੀ ਪਾਈ ਹੋਈ ਸੀ ਸਾਰੀ, ਉਸ ਵੇਲੇ ਉਹਨੇ ਝਟਕਾ ਮਾਰਿਆ, ਅੱਧੀ ਸਾੜੀ ਲੈ ਗਈ, ਸਿਰਫ ਅੱਧੀ ਵੱਜ ਗਈ, ਇੱਕੋ ਝਟਕਾ ਮਾਰਿਆ, ਉਹ ਜਵਾਨ ਆਦਮੀ ਸੀ, ਦੂਜਾ ਹੀ ਮਾਰਨਾ ਸੀ। ਹੁਣ ਨਾ ਤਾਂ ਪ੍ਰਥਮ ਪ੍ਰਥਮ ਭਗਵਤੀ ਸਿੰਘ ਗੁਰੂ ਨਾਨਕ ਨਹੀਂ ਤਾਂ ਆਏ, ਕਹਿ ਨਹੀਂ ਸਕਦਾ, ਟਾਈਮ ਹੀ ਨਹੀਂ ਸੀਗਾ, ਇੰਨਾ ਟਾਈਮ ਨਹੀਂ ਸੀ। ਉਹਨੇ ਪਰਮੇਸ਼ਰ ਰੂਪ ਯਾਦ ਕਰਿਆ ਕ੍ਰਿਸ਼ਨ ਨੂੰ, ਉਹ ਪਰਮੇਸ਼ਰ ਰੂਪ ਦੇਖਦੀ ਸੀ, ਪਰਗੁਰਾਮ ਪਰਮੇਸ਼ਰ ਸ਼ਰਧ ਆਇਆ ਸੀ, ਗੁਰੂ ਨਾਨਕ ਸਾਹਿਬ ਨੂੰ ਦੇਖਦੇ ਹਾਂ ਗੁਰ ਪਰਮੇਸ਼ਰ ਇੱਕ ਹੋ ਜਾਣ। ਉਸ ਵੇਲੇ ਉਹਨੇ ਅੱਖਾਂ ਮੀਚਣੀਆਂ, ਇੰਨਾ ਕੁ ਟਾਈਮ ਲੱਗਦਾ ਅੱਖ ਮੀਚਣ, ਅਤੇ ਉਸੇ ਵੇਲੇ ਧਿਆਨ ਚਲਿਆ, ਹਾ ਹਾ ਕ੍ਰਿਸ਼ਨ ਕਰੇ ਬਿੱਲਾਂ ਦੀ ਅੱਖੀਂ ਮੀਟ ਧਿਆਨ ਦਰ, ਹਾ ਹਾ ਕ੍ਰਿਸ਼ਨ ਕਰੇ ਬਿੱਲਾਂ, ਹੇ ਕ੍ਰਿਸ਼ਨ ਮਹਾਰਾਜ ਮੇਰੀ ਬਾਤਾਂ ਇਹ ਰੱਖਣੀਆਂ, ਆਹ ਤਾਂ ਮੈਂ ਦੋ ਅੱਖਰ ਵਾਧੂ ਕਹਿੰਦੇ, ਉਹਨੇ ਇਦੂ ਵੀ ਛੋਟੇ ਕਹਿ ਵੀ ਹੁਣ ਨਹੀਂ ਮੇਰਾ ਕੋਈ ਤੇਰੇ ਬਿਨਾਂ। ਹੋਇਆ ਕਿ ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਪਰਾਂ ਦੀ, ਹੱਥ ਮਰੋੜਨ ਸਿਰ ਤੋਰਨ ਪੱਛੋ ਤਾਨ ਕਰਨ ਜਹਿ ਜਾਂ, ਘਰ ਆਈ ਠਾਕਰ ਮਿਲੇ ਪੈਜ ਰਹੀ ਬੋਲੇ ਸ਼ਰਮਾਉਂਦੀ, ਨਾਥ ਨਾਥਾਂ ਬਾਣ ਤੋਰਾਂ। ਇਹ ਗੱਲ ਸਮਝਣ ਵਾਲੀ ਹੈ ਸਾਹ ਸਿੰਘ,
ਉਹ ਸਾਡਾ ਬਣਦਾ ਨਹੀਂ, ਵਾਹਿਗੁਰੂ ਨਾਲ ਸੰਬੰਧ ਨਹੀਂ ਜੁੜਦਾ, ਕਿਉਂਕਿ ਨਿਸ਼ਚਾ ਨਹੀਂ ਆਉਂਦਾ ਸਾਨੂੰ। ਮਹਾਰਾਜ ਕਹਿੰਦਾ ਜਿੰਨਾ ਚਿਰ ਤੂੰ ਮੰਨਦਾ ਨਹੀਂ ਨਾ, ਗੱਲ ਨਹੀਂ ਬਣਨੀ। ਮਨ ਜੇ ਮੰਨ ਲਿਆ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਹੈ ਸਦਾ। ਤੂੰ ਆਪ ਵੀ ਤਰ ਜਾਏਗਾ, ਸਾਰੇ ਸੰਸਾਰ ਨੂੰ ਤਰ ਜਾਏਗਾ। ਫਿਰ ਤੈਨੂੰ ਡਰਨ ਦੀ ਲੋੜ ਨਹੀਂ ਹੈ। ਸਾਹਿਬਜ਼ਾਦਿਆਂ ਨੂੰ ਲੈ ਜਾਂਦੇ ਨੇ ਕੋਰਟ ਵਿੱਚ, ਉਹ ਰੋਏ ਤਾਂ ਨਹੀਂ ਹੈਗੇ, ਡਰੇ ਤਾਂ ਨਹੀਂ ਹੈਗੇ। ਉਹ ਕਿਉਂ ਨਹੀਂ ਡਰੇ? ਉਹਨਾਂ ਨੂੰ 100% ਵਿਸ਼ਵਾਸ ਸੀ ਵੀ ਗੁਰੂ ਸਾਡੇ ਨਾਲ ਹੈ, ਦੇਖ ਰਿਹਾ ਸਾਡਾ ਸਤਿਗੁਰੂ। ਉਹਨੂੰ ਜਿਵੇਂ ਪਾਉਣਾ ਉਹ ਜਿਵੇਂ ਹੋ ਜਾਣਾ, ਇਹ ਨਿਸ਼ਚਾ ਸੀ ਉਹਨਾਂ ਦਾ। ਸਾਡੇ ਅੰਦਰ ਇਹ ਨਿਸ਼ਚਾ ਪੈਦਾ ਨਹੀਂ ਹੁੰਦਾ ਪਰਮੇਸ਼ਰ ਬਾਰੇ, ਇਸ ਕਰਕੇ ਸਾਡਾ ਕੰਮ ਨਹੀਂ ਬਣਦਾ। ਭਜਨ ਕਰਦਿਆਂ ਦੀ ਉਮਰ ਲੰਘ ਜਾਂਦੀ ਹੈ। ਬਿਰਧ ਨੂੰ ਪੁੱਛੋ ਤੇਰਾ ਮਨ ਟਿਕਦਾ? ਕਹਿੰਦਾ ਨਾ, ਛਾਲਾ ਮਾਰਦਾ। ਇੱਕ ਦਿਨ ਇੱਥੇ ਸਿੰਘ ਆਇਆ, ਕਹਿੰਦਾ ਜੀ ਮੇਰਾ, ਮੈਂ ਭਜਨ ਕਰਦਾ। ਮੈਂ ਕਿਹਾ ਇੱਥੇ ਕੋਈ ਬੰਦੋਬਸਤ ਤਾਂ ਹੈ ਨਹੀਂ ਵੀ ਕੋਈ ਟੀਚਰ ਭਜਨ ਕਰਾਉਂਦਾ, ਤੂੰ ਇੱਥੇ ਕਰੀ ਜਾ, ਰਹੀ ਜਾ, ਪ੍ਰਸ਼ਾਦ ਪਾਣੀ ਮਿਲੀ ਜਾਊਗਾ, ਅਤੇ ਤੂੰ ਬਾਣੀ ਸੁਣ ਲਿਆ ਕਰ, ਭਜਨ ਕਰੀ ਜਾ, ਇੱਥੇ ਦਰਖਤ ਬਥੇਰੇ ਨੇ ਜਿੱਥੇ ਜੀ ਕਰਦਾ ਬਹਿ ਜਾ। ਕਹਿੰਦਾ ਨਹੀਂ ਜੀ, ਕੋਈ ਟੀਚਰ ਚਾਹੀਦਾ। ਵਾਹ, ਟੀਚਰ ਤਾਂ ਭਜਨ ਦਾ ਹੁੰਦਾ ਹੀ ਨਹੀਂ, ਇਹ ਤਾਂ ਤੇਰੀ ਆ ਰੱਬ ਦੀ ਆਪਸ ਵਿੱਚ ਬਾਤ ਹੈ, ਵਿਚਾਲੇ ਬੰਦਾ ਕਿਉਂ ਵਾੜਦਾ ਹੋਰ। ਕਹਿੰਦਾ ਨਹੀਂ ਜੀ, ਉਹ ਚਾਹੀਦਾ। ਉਹ ਗੱਲ ਨਹੀਂ ਸੀ ਸਮਝ ਸਕਿਆ, ਉਮਰ 86 ਸਾਲ ਦੀ ਦੱਸਦਾ ਸੀ। ਤੁਹਾਡਾ ਵਾਹਿਗੁਰੂ ਦੇ ਵਿਚਾਲੇ ਯਾਰ, ਤੁਹਾਡੇ ਵਿਚਾਲੇ ਕੋਈ ਨਹੀਂ ਹੈ। ਕੋਈ ਤੁਸੀਂ ਆਪ ਜੇ ਕਹੋ ਗੁਰੂ ਵਿਚਾਲੇ ਆ, ਗੁਰੂ ਤਾਂ ਪਰਮੇਸ਼ਰ ਹੁੰਦਾ। ਸੰਬੰਧ ਬਰੋਲ ਸਰੀਰ ਆਮ ਦੇਖਿਆ, ਇੱਕ ਵਸਤੂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਉਹ ਪਰਮੇਸ਼ਰ ਹੁੰਦਾ। ਤੁਸੀਂ ਹਰ ਵਾਰ ਅਸੀਂ ਜੁੜੇ ਰਹਿ ਸਕਦੇ ਹਾਂ, ਜਦ ਸਾਨੂੰ ਉਹਦੇ ਨਾਲ ਪਿਆਰ ਪੈ ਗਿਆ, ਪਿਆਰ ਵਾਲੇ ਨਾਲੋਂ ਫਿਰ ਕਦੇ ਪ੍ਰੀਤ ਟੁੱਟਦੀ ਨਹੀਂ ਹੈ, ਉਹਦਾ ਹੀ ਧਿਆਨ ਰਹਿੰਦਾ। ਨਾਮਦੇਵ ਜੀ ਨੇ 5-6 ਮਿਸਾਲਾਂ ਦਿੱਤੀਆਂ ਸੀ ਭਗਤ ਤ੍ਰਿਲੋਚਨ, ਹੱਥ ਪਾਉਂ ਕਰ ਕਾਮ ਸਾਹਿਬ, ਚੇਤਨ ਅੰਜਨ ਨਾਲ, ਚਿੱਤ ਦੀ ਬਾਤ ਹੈ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ, ਪਤਾ ਜੀ ਸਾਰੀ ਗੱਲ ਚਿੱਤ ਦੀ ਹੈ। ਉਸ ਓਂਕਾਰ ਨੂੰ ਪਹਿਲਾਂ ਸਮਝ, ਸਮਝ ਕੇ ਫਿਰ ਤੂੰ ਇੱਥੇ ਲੈ ਲਓ ਓਮ ਨਮੋ ਸਿੱਧ। ਜਦ ਤਾਈਂ ਸਮਝ ਨਹੀਂ ਆਈ, ਉਹਨੂੰ ਗੈਰ ਹਾਜ਼ਰ ਜਾਣਦਾ, ਜਾਣਦਾ ਹੀ ਨਹੀਂ, ਕੰਮ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਆਹ ਜਿਹੜਾ ਮਹੀਨਾ ਸਾਉਣ ਦਾ ਚੜ੍ਹਿਆ ਹੈ, ਇਹਦੇ 'ਚ ਬਹੁਤ ਸੁੰਦਰ ਉਪਦੇਸ਼ ਦੇ ਰਹੇ ਨੇ ਸਰ। ਉਹ ਕਹਿੰਦੇ ਵਾਹਿਗੁਰੂ ਨਾਲ ਤੁਸੀਂ ਪਿਆਰ ਕਰੋ। ਸਾਡਾ ਪਿਆਰ ਪਿਆ ਹੋਇਆ ਸੰਸਾਰ ਦੇ ਨਾਲ, ਬਿਲਕੁਲ ਨਹੀਂ ਵਾਹਿਗੁਰੂ ਨਾਲ ਅਸੀਂ ਪਿਆਰ ਨਹੀਂ। ਵਾਹਿਗੁਰੂ ਤਾਂ ਸਾਡੇ ਵਾਸਤੇ ਵਾਧੂ ਚੀਜ਼ ਹੈ, ਉਹ ਤਾਂ ਇੱਕ ਐਸੀ ਚੀਜ਼ ਆ ਵੀ ਜਿਹੜਾ ਕੁਛ ਅਸੀਂ ਮੰਗੀਏ ਉਹ ਦੇ ਦੇਵੇ, ਸਾਡਾ ਕੋਈ ਫਰਜ਼ ਹੀ ਨਹੀਂ ਉਹਦੇ ਨਾਲ ਪਿਆਰ ਕਰਨਾ। ਮਹਾਰਾਜ ਕਹਿੰਦੇ ਨੇ ਵੀ ਸਾਵਣ ਦੇ ਮਹੀਨੇ ਦੇ ਰਾਹੀਂ ਉਪਦੇਸ਼ ਦਿੰਦੇ ਹੋਏ ਵੀ ਜਿਹੜਾ ਪਿਆਰ ਕਰਦਾ ਨਾ, ਉਹਦਾ ਚਿੱਤ ਖਿੜ ਜਾਂਦਾ, ਕਿਉਂਕਿ ਉਹ ਆਪ ਖਿੜ ਹੈ, ਸੱਤ ਚਿੱਤ ਆਨੰਦ ਹੈ। ਉਹ ਸੱਤ ਚਿੱਤ ਆਨੰਦ ਨੂੰ ਜੇ ਪਿਆਰ ਕਰੋਗੇ, ਉਹਦੇ ਵਿੱਚੋਂ ਆਨੰਦ ਦੀਆਂ ਫੁਹਾਰਾਂ ਆਉਣਗੀਆਂ ਅੰਦਰ ਆਪਣੇ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਕਿਉਂਕਿ ਉਹਦਾ ਪਿਆਰ ਪੈ ਗਿਆ ਵਾਹਿਗੁਰੂ ਨਾਲ। ਸਾਡਾ ਪਿਆਰ ਨਹੀਂ ਪੈਂਦਾ, ਪਿਆਰ ਨਾ ਪੈਣਾ ਹੀ ਸਾਡਾ ਸੱਜੜਾ ਹੈ, ਉਸ ਇੱਥੇ ਹੀ ਹੈ। ਸਾਡਾ ਪਿਆਰ ਖਿੜਿਆ ਪਿਆ ਉਹਨਾਂ ਚੀਜ਼ਾਂ ਨਾਲ ਹੈ ਜਿਹਨਾਂ ਨੇ ਨਾਲ ਨਹੀਂ ਜਾਣਾ।
ਜਿਹੜੀ ਚੀਜ਼ ਨੇ ਨਾਲ ਜਾਣਾ, ਹਰ ਵਕਤ ਨਾਲ ਰਹਿਣਾ, ਹਰ ਵਕਤ ਧਿਆਨ ਰੱਖਣਾ ਹੈ, ਉਹਦੇ ਨਾਲ ਸਾਡਾ ਪਿਆਰ ਨਹੀਂ ਹੈ। ਪਿਆਰ ਉਹ ਤੋਂ ਵਿਪਰੀਤ ਹੈ। ਜਿਹੜੀਆਂ ਚੀਜ਼ਾਂ ਸਾਨੂੰ ਦੁੱਖ ਦਿੰਦੀਆਂ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਮਹਾਰਾਜ ਕਹਿੰਦੇ ਬੈਰੀਆਂ ਨਾਲ ਤਾਂ ਇਹ ਪਿਆਰ ਕਰਦਾ, ਸੰਗ ਸਹਾਈ ਸੋ ਆਵੇ ਨਾ ਚੀਤ। ਕਿੰਨੀ ਬੜੀ ਬਾਤ ਕਹਿਤੀ, ਵੀ ਜਿਹੜਾ ਤੇਰੇ ਨਾਲ ਰਹਿੰਦਾ, ਹਰ ਵਾਰ ਤੈਨੂੰ ਪਾਲਦਾ ਹੈ, ਤੈਨੂੰ ਤੇਰੇ ਸਾਰੇ ਸਰੀਰ ਨੂੰ ਸੈੱਟ ਰੱਖਦਾ ਹੈ, ਖਾਣ ਨੂੰ ਦਿੰਦਾ, ਪੀਣ ਨੂੰ ਦਿੰਦਾ, ਜਿਹਦੀ ਮਿਹਰਬਾਨੀ ਨਾਲ ਤੈਨੂੰ ਹਵਾ ਸੋਹਣੀ ਮਿਲਦੀ ਹੈ ਸਾਹ ਲੈਣ ਨੂੰ, ਤੈਨੂੰ ਸੁੰਦਰ ਸਰੀਰ ਤੰਦਰੁਸਤ ਮਿਲਿਆ, ਹਰ ਥਾਂ ਦੇ ਉੱਤੇ ਤੇਰੀ ਰਾਖੀ ਕਰਦਾ, ਉਹਦੇ ਨਾਲ ਤੇਰਾ ਪਿਆਰ ਹੀ ਨਹੀਂ, ਜੋ ਬਰਾਈ ਬੈਰਾਈ ਤਾਂ ਸੁਖ। ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਵਖੀਲੀ ਘੇਰਨ ਵਾਲੀਆਂ ਚੀਜ਼ਾਂ, ਉਹਦੇ ਨਾਲ ਤੇਰੀ ਪ੍ਰੀਤ ਪਈ ਹੋਈ ਹੈ। ਮਹਾਰਾਜ ਕਹਿੰਦੇ ਪਿਆਰਿਆ, ਜੇ ਤੂੰ ਪਿਆਰ ਪਾ ਦੇ ਨਾ ਵਾਹਿਗੁਰੂ ਨਾਲ, ਛਿੜ ਜਾਏਗਾ ਉਸੇ ਕੋਲ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਬਾਕੀ ਚੀਜ਼ਾਂ ਦਾ ਆਧਾਰ ਨਹੀਂ ਹੈ, ਨਾਮ ਦਾ ਆਧਾਰ ਹੈ। ਪਾਲੋ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਰੱਤਾ ਸੱਚ ਰੰਗ thank you.
ਤਨ ਰੱਤਾ ਸੱਚ ਰੰਗ ਇੱਕੋ ਨਾਮ ਹੁੰਦਾ। ਜਿਹਨੂੰ ਨਾਮ ਦਾ ਆਧਾਰ ਹੋ ਗਿਆ, ਸਾਚਾ ਨਾਮ ਮੇਰਾ ਆਧਾਰ ਹੋ, ਸੱਚ ਨਾਮ ਆਧਾਰ ਮੇਰਾ, ਜਿਹਨਾਂ ਭੁੱਖਾਂ ਸਬਕ ਪਾਈਆਂ ਉਹਦੀਆਂ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ। ਪ੍ਰਭ ਕਹਿ ਸਿਮਰਨ ਪੂਰਨ ਆਸਾ, ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ, ਕਿਉਂਕਿ ਆਧਾਰ ਨਾਮ ਦਾ ਹੋ ਗਿਆ। ਉਹਨੂੰ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ, ਸਭੇ ਇੱਛਾਵਾਂ ਤੇਰੀਆਂ ਪੂਰੀਆਂ, ਸਤਨਾਮ ਜਪ ਕੇ ਵਾਹਿਗੁਰੂ। ਇੱਛਾਵਾਂ ਤੇਰੀਆਂ ਪੂਰੀਆਂ, ਸਤਨਾਮ ਜਪ ਕੇ ਵਾਹਿਗੁਰੂ। ਕੀ ਕਰਦਾ ਹੈ? ਸੱਚ ਨਾਮ ਆਧਾਰ ਮੇਰਾ, ਜਿਹਨੂੰ ਭੁੱਖਾਂ ਸਭ ਗਵਾਈਆਂ, ਜਦ ਤੋਂ ਮੇਰਾ ਨਾਮ ਆਧਾਰ ਬਣਿਆ ਸਭ ਭੁੱਖਾਂ ਸਭ ਵਾਸ਼ਨਾ ਖਤਮ ਹੋ ਗਈ।
ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹੜਾ ਵਾਹਿਗੁਰੂ ਸੀ ਇਹ ਮਨ 'ਚ ਵਸ ਗਿਆ। ਹੁਣ ਮੈਂ ਉਹਨੂੰ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਅੰਦਰ ਬਾਹਰ ਹਰ ਥਾਂ ਆਪਣਾ ਮਿੱਤਰ ਕਰਕੇ ਦੇਖਦਾ। ਜਿਹਨੇ ਇੱਛਾ ਸਭ ਜਾਈਆਂ ਸਾਰੀਆਂ ਪੂਰੀਆਂ ਕਰ ਦਿੱਤੀਆਂ ਇਹ 'ਚ। ਸੋ ਇਸ ਤਰ੍ਹਾਂ ਨਾਮ ਦਾ ਆਧਾਰ ਗੁਰੂ ਨਾਨਕ ਪਾਤਸ਼ਾਹ ਜਦ ਪਹਿਲੀ ਉਦਾਸੀ ਤੋਂ ਵਾਪਸ ਆਏ, ਬੜੀ ਲੰਮੀ ਉਦਾਸੀ ਸੀ ਉਹ, ਮਾਤਾ ਜੀ ਗੱਲਾਂ ਬਾਤਾਂ ਕਰ ਰਹੇ ਨੇ ਲੇਕਿਨ ਮਹਾਰਾਜ ਜੀ ਬਹੁਤ ਘੱਟ ਧਿਆਨ ਦੇ ਰਹੇ ਨੇ। ਕਹਿਣ ਲੱਗੀ, ਨਾਨਕ ਜੀ ਬੇਟਾ ਕਿੰਨੇ ਸਾਲਾਂ ਬਾਅਦ ਤੂੰ ਵਾਪਸ ਆਇਆ, ਕੋਈ ਗੱਲ ਨਹੀਂ ਕਰਦਾ, ਕੋਈ ਗੱਲ ਦੱਸਦਾ ਨਹੀਂ ਹੈ, ਕੀ ਗੱਲ ਹੈ, ਕੋਈ ਗੱਲਾਂ ਚੰਗੀਆਂ ਨਹੀਂ ਸੀ ਹੋਈਆਂ? ਕਹਿ ਨਹੀਂ ਮਾਤਾ ਜੀ, ਗੱਲ ਤਾਂ ਕੋਈ ਨਹੀਂ, ਮੇਰਾ ਮਨ ਪਰਮੇਸ਼ਰ ਨਾਲ ਦੇ ਨਾਮ ਨਾਲ ਲੱਗਿਆ ਹੋਇਆ ਅਤੇ ਮੇਰੇ ਅੰਦਰ ਨਾਮ ਦੀ ਧੁੰਮ ਚੱਲ ਰਹੀ ਹੈ। ਕਹਿਣ ਲੱਗੀ, ਤੂੰ ਥੋੜ੍ਹੀ ਦੇਰ ਤਾਂ ਗੱਲ ਕਰ ਲੈ। ਗੱਲ ਵੀ ਨਹੀਂ ਕਰ ਸਕਦਾ? ਕਹਿੰਦੇ ਨਹੀਂ ਮਾਤਾ, ਮੇਰਾ ਤਾਂ ਜੀਵਨ ਹੈ ਨਾਮ, ਜੇ ਮੈਂ ਆਖਾਂ ਪਰਮੇਸ਼ਰ ਦਾ ਨਾਮ ਤਾਂ ਜਿਉਂਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ, ਜੋ ਜੀਵਿਆ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਅੱਖਾਂ ਜੀਵਾ ਵਿਸਰੈ ਮਰ ਜਾਓ, ਜੀਵਾ ਵਿਸਰੈ ਮਰ ਜਾਓ, ਮਰ ਜਾਵਾ।
ਆਖਣ ਔਖਾ ਸੱਚਾ ਨੂੰ। ਇਹ ਜੀਵਨ ਹੈ ਸਾਧ ਸਿੰਘ ਜੀ, ਜਿਹਦਾ ਨਾਂ ਦਾ ਆਧਾਰ ਨਹੀਂ ਨਾ ਹੈ ਮਹਾਰਾਜ, ਉਹਨੂੰ ਜਿਉਂਦਿਆਂ 'ਚ ਨਹੀਂ ਗਿਣਦੇ। ਦੋ ਤਰ੍ਹਾਂ ਦਾ ਜੀਵਨ ਮੁਰਦਾ ਹੁੰਦਾ, ਇੱਕ ਤਾਂ ਮੁਰਦਾ ਉਹ ਹੈ ਜਿਹਦੇ ਸਰੀਰ ਵਿੱਚੋਂ ਚੇਤਨ ਕਲਾ ਨਿਕਲ ਗਈ, ਸਰੀਰ ਗਲ ਜਾਂਦਾ। ਦੂਸਰਾ ਮੁਰਦਾ ਉਹ ਹੈ ਜਿਹਦੇ ਅੰਦਰ ਜੀਵਨ ਜੋਤ ਦੀ ਕਰੰਟ ਨਹੀਂ ਚੱਲ ਰਹੀ। ਉੱਥੇ ਮਹਾਰਾਜ ਨੇ ਕਿਹਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਕਬਰ ਨਾ ਜੀਵੇ ਕੋਈ। ਉਹ ਜੀਵਨ ਨਹੀਂ ਹੈ ਉਹਦੇ ਅੰਦਰ, ਉਹ ਜਿਉਂਦਾ ਕਿਵੇਂ ਹੈ? ਕਹਿੰਦੇ ਉਹ ਤਾਂ ਕੈਮੀਕਲ ਲਾਈਫ ਹੈ, ਬ੍ਰੇਨ ਦੇ ਅੰਦਰ ਇਲੈਕਟ੍ਰੋਨ ਪ੍ਰੋਟੋਨ ਇਹ ਲਹਿਰਾਂ ਚੱਲਦੀਆਂ ਨੇ ਬਿਜਲੀ ਦੀਆਂ, ਅਤੇ ਮੈਗਨੈਟਿਕ ਲਹਿਰਾਂ ਚੱਲਦੀਆਂ ਨੇ। ਰੋਟੀ ਖਾਂਦਾ ਉਹਦੇ ਤੱਤ ਬਣਦੇ ਨੇ, ਉਹ ਇੱਕ ਮਸ਼ੀਨ ਚੱਲ ਰਹੀ ਹੈ, ਕੈਮੀਕਲ ਲਾਈਫ ਹੈ। ਲੇਕਿਨ ਜਿਹੜੀ ਅਸਲਾ ਜੀਵਨ ਹੈ ਨਾ, ਉਹ ਹੈ ਪਰਮੇਸ਼ੁਰ ਦਾ ਨਾਮ ਜਪ ਕੇ ਜਦੋਂ ਜਿਉਂਦੀ ਚੀਜ਼ ਦੇ ਨਾਲ ਕੰਟੈਕਟ ਹੋ ਜਾਏਗਾ, ਫਿਰ ਸਾਂਭਿਆ ਨਹੀਂ ਜਾਂਦਾ। ਬਾਪੂ ਜੀ ਸਾਡੇ ਪਿਤਾ ਜੀ ਬੀਬੀ ਜੀ ਦੇ ਇਹਦੇ 'ਚ ਮੈਗਜ਼ੀਨ 'ਚ ਆਇਆ, ਵੈਸੇ ਉਹਨਾਂ ਉਹ ਗੱਲਾਂ ਬਾਤਾਂ ਬਹੁਤ ਸਾਰੀਆਂ ਲਿਖੀਆਂ ਨਹੀਂ ਹੈ। ਮਹਾਰਾਜ ਦੇ ਤਾਬੇ ਬੈਠੇ ਸੀ, ਚੌਰ ਕਰਦੇ ਸੀ, ਉਹ ਚੌਰ ਕਰਦੇ ਕਰਦੇ ਇਹੋ ਜਿਹਾ ਹਲਾਰਾ ਜਿਹਾ ਵੱਜਿਆ, ਉੱਠ ਕੇ ਛੱਤ ਨਾਲ ਜਾ ਰਿਹਾ। ਉਹ ਮੁੜ ਕੇ ਹੇਠਾਂ ਆ ਕੇ ਫਿਰ ਜਾ ਕੇ ਛੱਤ ਨਾਲ ਲੱਗ ਗਏ, ਫਿਰ ਐਂ ਹੋ ਕੇ ਹੌਲੀ ਹੌਲੀ ਮਹਾਰਾਜ ਦੇ ਮੂਹਰੇ ਚਲੇ ਗਏ, ਲੰਮੇ ਪੈ ਗਏ। ਉਹ ਸਰੀਰ 'ਚੋਂ ਲਾਈਟ ਦੇ ਪਰੋਲੇ ਨਿਕਲਣ ਲੱਗ ਗਏ, ਇੱਕ ਵਾਈਬ੍ਰੇਸ਼ਨ ਹੋ ਗਈ, ਸਾਰੀ ਸੰਗਤ ਨੂੰ ਰੂਹਾਨੀ ਕੰਬਣੀ ਅਤੇ ਬਿਰਤੀ ਢੇਕੀ, ਸਾਰਿਆਂ ਦੀ ਕੀਰਤਨ ਬੰਦ ਹੋ ਗਿਆ। 6 ਘੰਟੇ ਬੈਠੇ ਰਹੇ ਭਾਈ ਰਣਜੀਤ ਸਿੰਘ ਜੀ। ਇਸ ਤਜਰਬੇ ਨੂੰ 2-3 ਥਾਵਾਂ 'ਤੇ ਰਿਪੀਟ ਕਰਿਆ ਉਹਨਾਂ ਨੇ। ਉਹ ਜੀਵਨ ਹੋਇਆ ਕਰਦਾ ਅੰਦਰ, ਕੋਈ ਕਰੰਟ ਆਉਂਦੀਆਂ ਅੰਦਰ ਜਿਉਂਦੀ ਜਾਗਦੀ। ਉਹ ਜਿਹਨਾਂ ਦੇ ਅੰਦਰ ਨਾਮ ਫਲੀਭੂਤ ਹੋ ਗਿਆ ਅਤੇ ਉਹਨਾਂ ਦੇ ਅੰਦਰ ਇਹ ਚੀਜ਼ਾਂ ਵਾਪਰ ਜਾਇਆ ਕਰਦੀਆਂ ਨੇ। ਬਹੁਤ ਸੰਗਤ ਦੇ ਅੰਦਰ ਹੁੰਦੀਆਂ, ਬੈਲੈਂਸ ਟੁੱਟ ਜਾਇਆ ਕਰਦਾ। ਬਾਬਾ ਜਵਾਲਾ ਸਿੰਘ ਜੀ ਕੋਠੇ ਪਿੰਡ ਅਖੰਡ ਪਾਠ ਦੇ ਗਏ ਹੋਏ, ਇੱਕ ਨਿਹੰਗ ਸਿੰਘ ਟਹਿਲ ਸਿੰਘ ਉਹਨਾਂ ਦੇ ਨਾਲ, ਕਹਿੰਦੇ ਗੜਵਾ ਚੱਕ ਆਪਾਂ ਚੱਲੀਏ। ਗੜਵਾ ਚੱਕਿਆ ਤਾਂ ਉੱਥੇ ਖੂਹ ਦੇ ਕੋਲ ਆਏ, ਚਿੱਕੜ ਸੀਗਾ। ਕਹਿੰਦੇ ਰਿਹਾ ਨਿਹੰਗ ਸਿੰਘ ਗੜਵਾ ਫੜਾ, ਉਹਦੀ ਬਾਂਹ ਫੜ ਲਈ, ਕਹਿੰਦੇ ਮਾਰ ਛਾਲ ਛਾਲ ਮਾਰੀ, ਜੱਖ ਖੋਲ੍ਹ ਕੇ ਤਾਂ ਉਹ ਸਾਰਾ ਹੀ ਸੀਨ ਗੱਲ ਹੋ ਗਿਆ ਗਾਇਬ। ਕੀ ਦੇਖਦਾ ਵੀ ਰਾਮਗੜ੍ਹ ਆ ਗਿਆ ਮੈਂ ਤਾਂ, 40 ਮੀਲ ਦਾ ਫਰਕ ਹੈ ਦੋਵਾਂ ਦਾ। ਉੱਥੇ ਉਹ ਕਰਤਾਰ ਸਿੰਘ ਦੇ ਘਰ ਨੂੰ ਚਲੇ ਗਏ ਸਿੱਧੇ। ਉੱਥੇ ਗਏ ਤਾਂ ਬਿਮਾਰ ਪਿਆ ਸੀ, ਮੰਜੇ 'ਤੇ ਬੈਠ ਕੇ ਉਹਦਾ ਸਿਰ ਆਪਣੀ ਗੋਦੀ 'ਚ ਰੱਖ ਲਿਆ, 10 ਵਾਰੀ ਕਿਹਾ ਵਾਹਿਗੁਰੂ 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 ਕਹਿ। ਉਹਦੇ ਬਾਅਦ ਉਹ ਸਰੀਰ ਛੱਡ ਗਿਆ। ਬਾਬਾ ਜੀ ਨੇ ਆਪਣੇ ਹੱਥੀਂ ਸੰਸਕਾਰ ਕਰਕੇ ਕਹਿੰਦੇ ਚਲੋ ਤੁਸੀਂ 5 ਇਸ਼ਨਾਨੇ ਕਰੋ, ਗੁਰਦੁਆਰੇ ਸਾਹਿਬ ਜਾਓ ਅਤੇ ਉੱਥੇ ਜਾ ਕੇ ਬਾਣੀ ਸੁਣੋ। ਆਪ ਉੱਥੋਂ ਕਹਿੰਦੇ ਅਸੀਂ ਆਪਣੇ ਮੌਜ ਨਾਲ ਦੇਖਾਂਗੇ ਕੀ ਕਰਨਾ। ਉੱਥੋਂ ਕਹਿੰਦੇ ਆ ਵੀ ਨਿਹੰਗ ਸਿਆ ਬਾਂਹ ਫੜੀ, ਮੁੜ ਕੇ ਕੋਠੇ ਫੇਰ ਆ ਗਏ 40 ਮੀਲ 'ਤੇ। ਉਹ ਪੁੱਛ ਨਾ ਸਕਿਆ ਮਹਾਂਪੁਰਸ਼ਾਂ ਨੂੰ। ਦੂਏ ਦਿਨ ਪਾਰਸ ਭਾਗ ਦੀ ਕਥਾ ਕਰਦਾ ਸੀ, ਉਹ ਆਪਣੇ ਮੈਗਜ਼ੀਨ ਛਪਿਆ ਕਰਦੀ ਸੀ ਪਹਿਲਾਂ, ਉਹਦੇ 'ਚ ਆ ਗਿਆ ਵੀ ਕਿਤੇ ਕਿਤੇ ਮਹਾਂਪੁਰਸ਼ ਕਿਸੇ ਪਰਮਕਾਰ ਵਸ ਸ਼ਕਤੀ ਦਿਖਾ ਦਿੰਦੇ ਨੇ। ਬਾਬਾ ਜੀ ਨੇ ਹੱਥ ਰੱਖਤਾ ਉੱਥੇ,
ਕਹਿੰਦੇ ਕੱਲ੍ਹ ਦਾ ਪਰੇਸ਼ਾਨ ਹੋਈ ਜਾਂਦਾ। ਅਸੀਂ ਕਰਤਾਰ ਸਿੰਘ ਨੂੰ ਬਚਨ ਦੇ ਬੈਠੇ ਸੀ ਵੀ ਅੰਤ ਸਮੇਂ ਤੇਰੇ ਕੋਲ ਹੋਵਾਂਗੇ। ਕਹਿੰਦੇ ਸਿਰਫ 10 ਸਾਹ ਰਹਿੰਦੇ ਸੀਗੇ ਉਹਦੇ, ਜਦ ਆਪਾਂ ਮਿਲਣਾ ਸੀ ਉਹਨੂੰ। ਇੰਨਾ ਟਾਈਮ ਨਹੀਂ ਸੀ ਵੀ ਆਪਾਂ ਉੱਥੇ ਜਾ ਸਕਦੇ, ਸਾਡਾ ਬਚਨ ਝੂਠਾ ਹੁੰਦਾ ਸੀ। ਕਹਿੰਦੇ ਇਸ ਕਰਕੇ ਅਸੀਂ ਉੱਥੇ ਜਾ ਕੇ ਅੰਤ ਸਮੇਂ ਉਹਦੇ ਉਸ ਨੂੰ ਪਰਮੇਸ਼ੁਰ ਦਾ ਨਾਮ ਜਪਾਇਆ। ਇਹ ਜਿਉਂਦਿਆਂ ਬੰਦਿਆਂ ਦੀਆਂ ਬਾਤਾਂ ਨੇ, ਮਰਿਆ ਹੋਇਆਂ 'ਚ ਨਹੀਂ ਇਹ ਗੱਲਾਂ ਹੋਇਆ ਕਰਦੀਆਂ। ਸੋ ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾ, ਅਤੇ ਔਖਾ ਬਹੁਤ ਹੈ ਕਿਉਂਕਿ ਚੀਜ਼ ਤਾਂ ਇੰਨੀ ਵੱਡੀ ਹੈ, ਲੇਕਿਨ ਅਸੀਂ ਇਸ ਇਹਨੂੰ ਕਹਿ ਨਹੀਂ ਸਕਦੇ। ਹੈ ਸੁਖਾਲੇ ਤੋਂ ਸੁਖਾਲਾ ਵੀ ਹੈ, ਜਿਵੇਂ ਮੈਂ ਬੇਨਤੀ ਕਰੀ ਹੈ। ਪਹਿਲਾਂ ਵਾਹਿਗੁਰੂ ਨੂੰ ਆਪਣੇ ਹਾਜ਼ਰ ਨਾਜ਼ਰ ਦੇਖੋ, ਪਿਆਰ ਕਰੋ ਉਹਨੂੰ, ਵਿਸ਼ਵਾਸ ਵਿੱਚ ਆਓ, ਫਿਰ ਨਾਮ ਜਪ ਹੁੰਦਾ। ਫਿਰ ਕਹਿੰਦੇ ਜੇ ਨਾਮ ਦੀ ਫਿਰ ਭੁੱਖ ਲੱਗਦੀ ਹੈ, ਜੇ ਨਾ ਜਪਿਆ ਨਾ ਖਰੀਦਾ ਤਿੰਨਾ ਸੁੱਤੀ ਕੰਧ ਸਿਓ, ਮੇਰਾ ਅੰਗ ਮੁੜੇ ਮੁੜ ਜਾਏ। ਉਦਾਸ ਹੋ ਜਾਂਦਾ ਬੰਦਾ ਵੀ ਅੱਜ ਮੈਨੂੰ ਹੋ ਕੀ ਗਿਆ, ਅੱਜ ਮੈਂ ਬੈਠਿਆ ਨਹੀਂ ਹਾਂ, ਮੇਰੀ ਸਮਾਧੀ ਨਹੀਂ ਲੱਗੀ, ਅੱਜ ਮੈਂ ਨਾਮ ਨਹੀਂ ਜਪ ਸਕਿਆ। ਉਹ ਅਵਸਥਾ ਹੋ ਜਾਂਦੀ ਹੈ ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ ਕਿਉਂ ਹੋਣਾ ਚਾਤਰ ਕੋ ਕਿਉਂ ਘਰ ਫਿਫਟਾ ਵੇ। ਉਹ ਕਹਿੰਦੇ ਜੇ ਭੁੱਖ ਲੱਗ ਜੇ ਨਾ, ਇਹ ਅਵਸਥਾ ਆ ਜਾਵੇ, ਫਿਰ ਕੋਈ ਦੁੱਖ ਉਹਦੇ ਨੇੜੇ ਨਹੀਂ ਆਇਆ ਕਰਦਾ, ਐਸਾ ਮਹਾਰਾਜ ਫਰਮਾਨ ਕਰਦੇ। ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ, ਭੁੱਖ ਲੱਗੇ ਸੱਜੇ ਰਾਮ ਦੇ ਨਾਸ਼ ਹੋ ਜਾਵੇ, ਭੁੱਖ ਲੱਗੇ ਸੱਜੇ ਰਾਮ ਦੇ ਸੱਜੇ ਨਾਮ ਦੇ।
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ, ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ, ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ, ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ। ਸੱਚੇ ਨਾਮ, ਸੱਚੇ ਨਾਮ ਕੀ ਲਾਗਾ ਭੁੱਖ, ਉਤਭੁੱਖ ਹੈ ਖਾਏ ਚਲੀ ਆਏ ਦੁੱਖ। ਸਾਰਿਆਂ ਤੋਂ ਵੱਡਾ ਜਿਹੜਾ ਦੁੱਖ ਹੈ ਨਾ, ਮੈਂ ਦਾ ਦੁੱਖ ਹੈ, ਕਿਉਂਕਿ ਹਉਮੈ ਦਾ ਬੰਨਿਆ ਹੋਇਆ ਜੰਮਦਾ ਮਰਦਾ ਰਹਿੰਦਾ, ਜੰਮਦਾ ਮਰਦਾ ਰਹਿੰਦਾ। ਇਹ ਨਾਮ ਤੋਂ ਬਗੈਰ ਨਹੀਂ ਘੱਟ ਹੁੰਦੀ। ਮਹਾਰਾਜ ਕਹਿੰਦੇ ਇਹ ਵੀ ਨਾਮ ਦੇ ਨਾਲ ਜੇ ਪ੍ਰੀਤ ਪੈ ਜਾਏ ਨਾ, ਇਹ ਵੀ ਘੱਟ ਹੋ ਜਾਂਦੀ ਹੈ। ਕਾਫੀ ਦੇਰ ਮੈਂ ਇਸ ਗੱਲ ਨੂੰ ਸਮਝਾਉਣ 'ਤੇ ਲਾਇਆ ਵੀ ਨਾਮ ਜਿਹੜਾ ਹੈ ਨਾ, ਜਿੰਨੀ ਦੇਰ ਤੱਕ ਸਾਡੇ ਹਿਰਦੇ ਦੇ ਅੰਦਰ ਪੂਰੀ ਤਰ੍ਹਾਂ ਇਹ ਬੈਠ ਨਹੀਂ ਜਾਂਦਾ ਵੀ ਜਲ ਵਿੱਚ, ਥਲ ਵਿੱਚ, ਹਵਾ 'ਚ, ਹਰ ਥਾਂ ਦੇ ਉੱਤੇ ਵਾਹਿਗੁਰੂ ਹੈ, ਮੇਰੇ ਅੰਦਰ ਬਾਹਰ ਜਿੱਧਰ ਵੀ ਮੈਂ ਦੇਖਦਾ ਵਾਹਿਗੁਰੂ, ਕਿਉਂਕਿ ਉਹ ਪਰਿਪੂਰਨ ਜੋਤ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ, ਉਹ ਪਰਿਪੂਰਨ ਜੋਤ ਹੈ। ਉਹਦੇ 'ਤੇ ਧਿਆਨ ਹੀ ਆਉਣਾ, ਜੇ ਧਿਆਨ ਪੱਕ ਗਿਆ ਸਮਝ ਲਓ ਨਾਮ ਦੇ ਮੰਡਲ 'ਚ ਦਾਖਲ ਹੋ ਗਏ। ਨਹੀਂ ਕਰੀ ਜਾਓ ਵਾਹਿਗੁਰੂ 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 ਕਰੀ ਜਾਓ, ਜਿੰਨਾ ਕਰਨਾ ਗੱਲ ਸਮਝਣ ਦਾ ਯਤਨ ਕਰੋ। ਸਖਾਲਾ ਰਸਤਾ ਹੈ, ਇਹਨੂੰ ਮਹਾਰਾਜ ਨੇ ਪੰਛੀ ਦਾ ਮਾਰਗ ਕਿਹਾ ਵੀ ਗੱਲ ਨੂੰ ਸਮਝੋ ਵੀ ਪਰਮੇਸ਼ੁਰ, ਜਦ ਪਰਮੇਸ਼ੁਰ ਹਾਜ਼ਰ ਨਾਜ਼ਰ ਹੈ ਸਾਡੇ, ਫਿਰ ਸਾਡੇ ਕੋਈ ਗਲਤੀ ਨਹੀਂ ਹੋਣੀ। ਜਦ ਅਸੀਂ ਵਾਹਿਗੁਰੂ ਕਹਾਂਗੇ ਪਹਿਲਾਂ ਹੀ ਉਹਦੇ ਵਿੱਚੇ ਹੀ ਹਾਂ, ਫਿਰ ਵਾਹਿਗੁਰੂ ਕਹਾਂਗੇ ਤਾਂ ਫਿਰ ਵਿੱਚੇ ਹੀ ਹਾਂ। ਸੋ ਜੇ ਉਹ ਵਿਸਰੇਗਾ ਫਿਰ ਸਾਡੀ ਮੌਤ ਹੋ ਜਾਂਦੀ, ਉਹ ਜੀਵਨ 'ਚੋਂ ਥੱਲੇ ਆ ਜਾਂਦੇ ਹਾਂ। ਉਹਦੇ ਵਾਸਤੇ ਮਹਾਰਾਜ ਨੇ ਚਾਰ ਮੰਨੇ ਦੀਆਂ ਪੌੜੀਆਂ 'ਚ ਦੱਸਿਆ ਵੀ ਕੀ ਅਵਸਥਾ ਹੁੰਦੀ ਹੈ। ਸੋ ਇਸ ਕਰਕੇ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਜਿਹਨੂੰ ਨਾਮ ਦਾ ਆਧਾਰ ਹੋ ਗਿਆ ਉਹਦੇ ਦੁੱਖਾਂ ਦਾ ਖਾਤਮਾ ਹੋ ਗਿਆ, ਜੰਮਣ ਮਰਨ ਦਾ ਦੁੱਖ ਵੀ ਖਤਮ ਹੋ ਗਿਆ, ਸੰਸਾਰ ਦੇ ਦੁੱਖ ਵੀ ਖਤਮ ਹੋ ਗਏ, ਪਰਲਵ ਦੇ ਵਿੱਚ ਈਸ਼ਰ ਕੋਟੀ 'ਚ ਆਏ ਹੋਏ, ਜਿਹੜੀ ਪਰਲਵ ਦਾ ਨਾਸ਼ ਨਹੀਂ ਹੋਇਆ ਕਦੀ, ਭੋਗੇ ਮੇਰੇ ਭਾਗੇ ਨਹੀਂ ਕਰਨ ਗਤੀ ਬਲਵਾਨ। ਲੇਕਿਨ ਗੁਰੂ ਦਾ ਮਤ ਇਹ ਹੈ ਵੀ ਉਹ ਵੀ ਕੋਈ ਚੀਜ਼ ਨਹੀਂ, ਸੁਪਨੇ 'ਚ ਲੰਘ ਜਾਏਗੀ। ਹਰੀਪੁਰ ਦੇ ਰਾਜੇ ਜੀ ਮਹਾਰਾਜ ਨੇ ਸੁਪਨੇ 'ਚ ਨਗਾ ਦਿੱਤੀ। ਨਾਮ ਦੇ ਨਾਲ ਨਾਮ ਨੇ ਆਪਣਾ ਕੰਮ ਕਰਨਾ, ਜਦੋਂ ਪਰਮੇਸ਼ੁਰ ਸਾਰੇ ਪਰਿਪੂਰਨ ਨਜ਼ਰ ਆਉਣ ਲੱਗ ਗਿਆ। ਇਹ ਇਸ ਤਰ੍ਹਾਂ ਧਾਰਨਾ ਨਹੀਂ ਵੀ ਅਕਲ ਦੇ ਨਾਲ ਜਾਣ ਲਓ, ਨਾ ਹਿਰਦੇ ਦੇ ਵਿੱਚ ਜਾਣੋ। ਇਹ ਹੈ ਬਹੁਤ ਔਖੀ ਗੱਲ, ਥੋੜ੍ਹੀ ਔਖੀ ਨਹੀਂ। ਮੈਂ ਇੱਕ ਗੱਲ ਦੱਸਦਾ, ਕਈ ਗੱਲਾਂ ਹੁੰਦੀਆਂ। ਮੈਂ ਜਦ ਸਿੰਧ ਵਿੱਚ ਸੀ, ਛੋਟੀ ਉਮਰ ਸੀ, ਉੱਥੇ ਨਾਮ ਜਪਣ ਦੀ ਬਹੁਤ ਜ਼ਿਆਦਾ ਲੱਗੀ ਹੋਈ, ਕੋਈ 22 ਘੰਟੇ ਬੈਠਾ ਰਹਿੰਦਾ ਸੀ, ਸੁਰਤ ਥੱਲੇ ਉਤਰਦੀ ਨਹੀਂ ਸੀ। ਇੱਕ ਵਾਰੀ ਮੈਂ ਉਹ ਨਹਿਰ ਦੇ ਪਾਣੀ ਆਬਸ਼ਾਰ ਗਿਰਦੀ ਸੀ, ਮੈਂ ਕਿਹਾ ਉੱਥੇ ਬੈਠਦੇ ਹਾਂ ਰਾਤ ਨੂੰ ਸਾਰੀ ਰਾਤ। ਉੱਥੇ ਮੈਂ ਗਿਆ, ਹੁਣ ਬਿਰਤੀ ਤਾਂ ਮੇਰੀ ਇਹ ਸੀ ਵੀ ਇੱਥੇ ਪਰਮੇਸ਼ੁਰ ਹੈ ਸਾਰੇ ਪਰਿਪੂਰਨ, ਡਰ ਦਾ ਕੋਈ ਸਵਾਲ ਇਹ ਨਹੀਂ ਪੈਦਾ ਹੁੰਦਾ ਵੀ ਇੱਥੇ ਚੋਰ ਆ ਜਾਣਗੇ ਜੇ ਇਕੱਲਾ ਬੈਠਾ ਮੈਂ। ਲੇਕਿਨ ਉਹ ਪੂਰੀ ਤਰ੍ਹਾਂ ਦ੍ਰਿੜ ਨਹੀਂ ਸੀਗੀ, ਕਮਜ਼ੋਰੀ ਸੀ ਕਿਸੇ ਪਾਸੇ। ਉਹ ਜਦ ਮੈਂ ਬੈਠਣ ਲੱਗਿਆ ਨਾ, ਹਨੇਰਾ ਸੀਗਾ, ਉਹ ਇੱਕ ਬੜਾ ਤਕੜਾ ਨਰੂਆ ਸੱਪ, ਇਹ ਜਦ ਮੈਂ ਐਂ ਚੌਂਕੜਾ ਮਾਰਨ ਲੱਗਿਆ ਨਾ, ਵਿੱਚ ਦੀ ਲੱਤਾਂ ਦੇ ਛਾਲ ਮਾਰੀ ਉਹਨੇ ਨਹਿਰ 'ਚ,
ਮੇਰੇ ਅੰਦਰ ਕੰਬਣੀ ਜੀ ਆ ਗਈ ਸਭ। ਹੁਣ ਇਹਦਾ ਨਤੀਜਾ ਕੀ ਹੋਇਆ, ਮੇਰੇ ਅੰਦਰ ਨਾਮ ਵਸਿਆ ਨਹੀਂ ਸੀ ਪੂਰੀ ਤਰ੍ਹਾਂ। ਜੇ ਕਿਤੇ ਵਸਿਆ ਹੋਇਆ ਹੁੰਦਾ ਸੱਪ ਵੀ ਮੈਨੂੰ ਗੈਰ ਨਹੀਂ ਸੀ ਲੱਗਣਾ, ਚੋਰ ਸਾਧ ਸਭ ਬਰਮ ਪਛਾਣ। ਸੋ ਇਹ ਇਸ ਤਰ੍ਹਾਂ ਨਹੀਂ ਆ ਵੀ ਐਵੇਂ ਗੱਲ ਕਰ ਲਿਆ ਤਾਂ ਗੱਲ ਨਾਲ ਹੋ ਜਾਏ, ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਗੁਰੂ ਦੀ ਮਿਹਰ ਹੋਣੀ ਚਾਹੀਦੀ ਹੈ, ਸਤਸੰਗ ਹੋਣਾ ਚਾਹੀਦਾ, ਦ੍ਰਿੜਤਾ ਹੋਣੀ ਚਾਹੀਦੀ ਹੈ, ਵਾਰ ਵਾਰ ਰੈਪੀਟੇਸ਼ਨ ਹੋਣੀ ਚਾਹੀਦੀ, ਪਹਿਲਾਂ ਨਾਮ ਜਪੋ, ਮੰਤਰ ਦਾ ਜਾਪ ਕਰੋ। ਕਰਦੇ ਕਰਦੇ ਇੱਕ ਅਵਸਥਾ ਐਸੀ ਆਉਂਦੀ ਹੈ ਜਿੱਥੇ ਅੰਦਰੋਂ ਜਾਗ ਆਉਂਦੀ ਹੈ ਵੀ ਮੈਂ ਕੌਣ ਹੋਇਆ, ਵੀ ਪਹਿਲੇ ਜਨਮ 'ਚ ਵੀ ਮੈਂ ਸੀਗਾ, ਉਦੋਂ ਪਹਿਲੇ 'ਚ ਵੀ ਸੀਗਾ, ਉਦੋਂ ਪਹਿਲੇ 'ਚ ਵੀ ਸੀਗਾ, ਫਿਰ ਮੈਂ ਹੋਇਆ ਕੀ, ਇਹ ਮਰਨ ਤੋਂ ਬਾਅਦ ਮੈਂ ਫੇਰ ਹੋਣਾ, ਕਿੱਥੇ ਜਾਣਾ ਇਹਦਾ ਮੈਨੂੰ ਪਤਾ ਨਹੀਂ, ਪਹਿਲੇ ਦਾ ਵੀ ਮੈਨੂੰ ਪਤਾ ਨਹੀਂ, ਪਰ ਗੁਰੂ ਕਹਿੰਦਾ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਤਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰਬਰਸ਼। ਉਹ ਸੁਭਾਅ ਹੀ ਨਾਲ ਲਈ ਫਿਰਦੇ ਹਾਂ, ਉਹਨੂੰ ਕਲੀਅਰ ਕਰਨ ਵਾਸਤੇ ਸਾਨੂੰ ਵਾਹਿਗੁਰੂ 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 ਦਾ ਜਾਪ ਕਰਨਾ ਪੈਂਦਾ ਲਗਾਤਾਰ। ਤਕੜੇ ਹੋ ਕੇ ਲੱਗ ਜਾਓ ਇਸ ਪਾਸੇ ਨੂੰ, ਜਿਹਨੂੰ ਲੱਕ ਬੰਨ ਕੇ ਕਹਿੰਦੇ ਨੇ। ਉਹ ਨਤੀਜਾ ਕੀ ਹੋਏਗਾ, ਕਰਦੇ ਕਰਦੇ ਹੌਲੀ ਹੌਲੀ ਬਿਰਤੀ ਇਕਾਗਰ ਹੋਣੀ ਸ਼ੁਰੂ ਹੋ ਜਾਏਗੀ, ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਏਗਾ, ਨਾਮ ਦਾ ਪਿਆਰ ਵਾਹਿਗੁਰੂ ਦਾ ਪਿਆਰ ਹਿਰਦੇ 'ਚ ਆ ਜਾਏਗਾ, ਦੁਨੀਆਂ ਦਾ ਪਿਆਰ ਘੱਟਦਾ ਤੁਰਿਆ ਜਾਏਗਾ, ਅਖੀਰ ਉੱਥੇ ਆਊਗਾ ਵੀ ਮੈਂ ਕੌਣ ਹੋਇਆ, ਵੀ ਮੈਂ ਬਰਿਆਮ ਸਿੰਘ ਹਾਂ, ਮੈਂ ਤਾਂ ਪਹਿਲਾਂ ਵੀ ਸੀਗਾ, ਇਹ ਸਰੀਰ ਛੱਡਣ ਤੋਂ ਬਾਅਦ ਵੀ ਹੋਵਾਂਗੇ, ਮੈਂ ਹੋਇਆ ਕੀ ਫਿਰ। ਇਹਦਾ ਜਵਾਬ ਅੰਦਰ ਆਉਂਦਾ, ਆਪੇ ਆਉਂਦਾ ਭਜਨ ਕਰਨ ਵਾਲੇ ਨੂੰ, ਗੁਰੂ ਦੀ ਬਾਣੀ ਦਿੰਦੀ ਹੈ। ਉਹਦੇ ਬਾਅਦ ਜਦੋਂ ਇਹਦਾ ਆ ਗਿਆ, ਇਹਨੂੰ ਆਤਮ ਸਾਕਸ਼ਾਤਕਾਰ ਕਹਿੰਦੇ ਨੇ, ਜਦੋਂ ਪ੍ਰਤੱਖ ਰੂਪ ਦੇ ਵਿੱਚ ਇਹ ਦੇਖ ਲਿਆ ਵੀ ਮੈਂ ਜੀਵ ਆਤਮਾ ਨਹੀਂ ਹੈਗਾ, ਜੀਵ ਮੈਂ ਤਾਂ ਬਣਿਆ ਹੋਇਆ ਕਿਉਂਕਿ ਮੇਰੀ ਵਿਰਤੀ ਮਾਇਆ ਵੱਲ ਲੱਗੀ ਹੋਈ ਹੈ, ਪਰਮੇਸ਼ੁਰ ਵੱਲ ਨਹੀਂ ਲੱਗੀ। ਜੇ ਪਰਮੇਸ਼ੁਰ ਵੱਲ ਲੱਗ ਜਾਵੇ ਤਾਂ ਜੀਵ ਕੱਟਿਆ ਜਾਵੇ, ਮੈਂ ਆਤਮਾ। ਇਹਦੇ ਬਾਅਦ ਆਉਂਦਾ ਵੀ ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ, ਵੀ ਦੋ ਨਹੀਂ ਹੈਗੇ, ਇੱਥੇ ਪਰਮੇਸ਼ੁਰ ਆਪ ਹੀ ਹੈ। ਜਦੋਂ ਇਹ ਬਿਰਤੀ ਆਉਂਦੀ ਹੈ, ਦੋ ਤਰ੍ਹਾਂ ਆਉਂਦੀ ਹੈ, ਪਹਿਲੀ ਤਾਂ ਖਤਰਨਾਕ ਸੀ, ਜਿਹੜੇ ਪਹਿਲੇ ਲੋਕ ਦੱਸਦੇ ਉਸ ਹੀ ਆਮ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਉਹ ਸਰੀਰ ਦੇ ਵਿੱਚ ਰਹਿੰਦਾ ਹੋਇਆ, ਸਰੀਰ ਨੂੰ ਕਾਇਮ, ਆਪਣੀ ਹੋਂਦ ਨੂੰ ਕਾਇਮ ਰੱਖਦਾ ਹੋਇਆ ਕਹਿੰਦਾ ਸੀ ਮੈਂ ਪਰਮੇਸ਼ੁਰ ਹਾਂ। ਗੁਰੂ ਸਾਹਿਬ ਨੇ ਕਿਹਾ ਨਹੀਂ, ਤੁਸੀਂ ਕਹੋ ਵੀ ਤੂੰ ਹੈ, ਤੂੰ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਉਹ ਤੂੰ ਹੀ ਕਰਦੇ ਨੂੰ ਖਿਆਲ ਆ ਜਾਂਦਾ ਵੀ ਇੱਕ ਮੈਂ ਹੈਗਾ, ਇੱਕ ਉਹ ਹੈਗਾ, ਦੋ ਹੋ ਗਏ ਸੀ। ਮਹਾਰਾਜ ਕਹਿੰਦੇ ਇੱਥੇ ਦੂਜਾ ਹੈ ਕੋਈ ਨਹੀਂ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਹੇ ਕੋ। ਉਹ ਫਿਰ ਇਹ ਮਿਟਣ ਲੱਗ ਜਾਂਦੀ ਹੈ, ਮਿਟਦੀ ਮਿਟਦੀ ਕੀ ਦੇਖਦਾ, ਉਹ ਕਹਿੰਦਾ ਇੱਥੇ ਪਰਮੇਸ਼ੁਰ ਹੈ ਸਾਰੇ, ਨਾ ਮੈਂ ਹੈ ਨਾ ਤੂੰ ਹੈ, ਇੱਥੇ ਕੋਈ ਨਹੀਂ ਹੈ, ਆਪੇ ਆਪ ਹੈ। ਜਦੋਂ ਇਹ ਬਿਰਤੀ ਆ ਜਾਵੇ ਉਸ ਵੇਲੇ ਸਮਝ ਲਓ ਵੀ ਨਾਮ ਪ੍ਰਾਪਤ ਹੋ ਗਿਆ, ਇਹਨੂੰ ਨਾਮ ਕਹਿੰਦੇ ਨੇ। ਜਦੋਂ ਇਹ ਆ ਜਾਂਦਾ ਸਾਰੇ ਦੁੱਖਾਂ ਦਾ ਖਾਤਮਾ, ਹਉਮੈ ਦਾ ਖਾਤਮਾ, ਜੰਮਣ ਮਰਨ ਦਾ ਖਾਤਮਾ। ਬਾਕੀ ਜਿਹੜੇ ਦੁਨੀਆਂ ਦੇ ਪਿਆਰ ਮਹਾਰਾਜ ਨੇ ਆਪਾਂ ਪਏ ਹੋਏ ਨਾ, ਦੁਨੀਆਂ ਦੇ ਪਿਆਰਾਂ, ਜਾਇਦਾਦ ਹੈ, ਸਰੀਰ ਹੈ, ਖਾਣਾ ਹੈ, ਪੀਣਾ ਹੈ, ਬੱਚੇ ਨੇ, ਰਿਸ਼ਤੇਦਾਰ ਨੇ, ਦੁਸ਼ਮਣ ਨੇ, ਮਿੱਤਰ ਨੇ, ਇਹ ਦੂਆ ਪਿਆਰ ਹੈ। ਮਹਾਰਾਜ ਕਹਿੰਦੇ ਇਹ ਜਿਹੜੇ ਨੇ ਵਿਆਹ ਦੇ ਰੰਗ ਨੇ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਂ, ਇਹ ਸਵਾਹ ਬਣ ਜਾਂਦੇ ਨੇ, ਕਿਸੇ ਦੇਖੇ ਵਿੱਚ ਨਹੀਂ ਰਹਿੰਦੇ।
ਅਤੇ ਇਹਦੀ ਆਦਮੀ ਦੀ ਅਵਸਥਾ ਜਿਹੜਾ ਵਿਖਿਆ ਰੰਗ ਦੇ ਵਿੱਚ ਪਿਆ ਹੋਇਆ, ਰੰਗ ਕਹਿੰਦੇ ਨੇ ਪਿਆਰ ਨੂੰ, ਵਿਖਿਆ ਮਾਇਆ ਦੇ ਸਾਰੇ ਨਾਲ ਜਿਹੜਾ ਪਿਆਰ ਕਰ ਰਿਹਾ ਨਾ, ਉਹ ਮਹਾਰਾਜ ਨੇ ਤਾਂ ਬਹੁਤ ਉਹਦੇ ਡਾਊਨ ਗ੍ਰੇਡ ਦੱਸਿਆ ਉਹਨੂੰ ਇਸ ਤਰ੍ਹਾਂ ਨਾਲ। ਪੜ੍ਹ ਲਓ ਸਾਰੇ ਪ੍ਰੇਮੀ, ਵਿਸ਼ਟਾ ਕੇ ਕੀੜੇ, ਵਿਸ਼ਟਾ ਕੇ ਕੀੜੇ ਜੀ, ਸੁੱਖ ਰਸ ਭੋਗਣ ਮਨ ਇੱਛੇ ਸੁੱਖ ਮਾਣ ਦਾ ਕਿਤਨਾ ਹੈ ਮੁਸੀਬਤ, ਸਾਰਾ ਕੁਛ ਹੈ ਸੁੰਦਰ ਸਹਿਜ ਅਨੇਕ ਸੁੱਖ ਰਸ ਭੋਗਣ, ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਗਿਰੇ, ਮਨ ਇੱਛੇ ਸੁੱਖ ਮਾਣ ਦਾ ਕਿਤਨਾ ਹੈ ਮੁਸੀਬਤ, ਸੋਭਰਵ ਚਿਤਨਾ ਵੀ ਵਿਸ਼ਟਾ ਕੀ। ਆਹ ਸਾਡਾ ਦਰਜਾ ਹੈ ਜੇ ਵਾਹਿਗੁਰੂ ਚਿਤਨੀ ਆਉਂਦਾ, ਵਾਹਿਗੁਰੂ ਸਾਰੇ ਪਰਿਪੂਰਨ ਹੈ, ਹਰ ਥਾਂ ਦੇ ਉੱਤੇ ਹੈ, ਹਰ ਕਦਮ ਤੁਹਾਡੇ ਨਾਲ ਹੈ, ਸੁੱਖ ਵਿੱਚ ਵੀ ਨਾਲ ਹੈ, ਦੁੱਖ ਵਿੱਚ ਵੀ ਨਾਲ ਹੈ, ਉਹ ਸਾਥ ਨਹੀਂ ਛੱਡਿਆ ਕਰਦਾ। ਜੇ ਉਹ ਚਿੱਤ ਵਿੱਚ ਨਹੀਂ ਆਉਂਦਾ, ਕਹਿੰਦੇ ਮਹਾਰਾਜ ਕਹਿੰਦੇ ਵਿਸ਼ਾ ਕੇ ਕੀੜਾ ਹੈ, ਕਿਉਂਕਿ ਉਹਦਾ ਮਨ ਨਹੀਂ ਟਿਕਣਾ, ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤਵੇ ਤਾਂ ਮੰਨਤੀ। ਸੋ ਇਸ ਕਰਕੇ ਅੰਮ੍ਰਿਤ ਨਾਮ ਦੇ ਬਾਰੇ ਮਹਾਰਾਜ ਨੇ ਕਿਹਾ ਵੀ ਅੰਮ੍ਰਿਤ ਨਾਮ ਤੁਹਾਡੇ ਅੰਦਰ ਹੈ, ਨੌ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਇੱਕ ਥਾਂ ਦੇ ਉੱਤੇ ਇਸ ਤਰ੍ਹਾਂ ਪ੍ਰਵਾਨ ਕਰਦੇ। ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਮੇਰੀ ਜ਼ਿੰਦਗੀ ਹੈ।
ਮਿਲਦਾ ਕਿੱਥੋਂ ਹੈ? ਕਹਿੰਦੇ ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਗੁਰੂ ਗ੍ਰੰਥ ਸਾਹਿਬ ਦੀ ਮੱਤ ਧਾਰਨ ਕਰ ਲਓ, ਅੰਮ੍ਰਿਤ ਮਿਲ ਜਾਏਗਾ। ਇੱਕ ਤਾਂ ਉਹ ਹੈ ਨਾ ਪਾਹੋਲ ਨੂੰ ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਅੱਜ ਛਕਾ ਰਹੇ ਨੇ, ਪੀਵੋ ਪਾਹੋਲ ਖੰਡੇ ਤਾਰ ਹੋਏ ਜਾਣੂ ਛੇਕ। ਦੂਸਰਾ ਅੰਮ੍ਰਿਤ ਉਹ ਹੈ ਜਿਹੜਾ ਤੁਹਾਡੇ ਅੰਦਰ ਹੀ ਹੈ, ਕਿਤੋਂ ਬਾਹਰੋਂ ਨਹੀਂ ਆਉਣਾ। ਰੋੜ ਲਓ ਅੰਮ੍ਰਿਤ ਘਰ ਜੀ, ਮੈਂ ਅੰਮ੍ਰਿਤ ਭਰਪੂਰ ਹੈ, ਮੈਨੂੰ ਅੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪਲਾਇਆ। ਮਿਰਗ ਦੇ ਨਫੇ ਦੇ ਅੰਦਰ ਕਸਤੂਰੀ ਹੁੰਦੀ ਹੈ, ਉਹਦੀ ਸੁਗੰਧੀ ਆਉਂਦੀ ਹੈ, ਲਿਟਦਾ ਉਹ ਸੁਗੰਧੀ ਜਦ ਬਹੁਤੀ ਆ ਜਾਂਦੀ, ਸ਼ਿਕਾਰੀ ਨੂੰ ਪਤਾ ਲੱਗ ਜਾਂਦਾ ਹੈ, ਸ਼ਿਕਾਰੀ ਮਾਰ ਕੇ ਉਹਦੇ ਕੱਢ ਲੈਂਦਾ। ਮਹਾਰਾਜ ਕਹਿੰਦੇ ਐਵੇਂ ਮਨੁੱਖ ਨੂੰ ਨਹੀਂ ਪਤਾ ਅੰਮ੍ਰਿਤ ਇਹਦੇ ਅੰਦਰ ਹੈ, ਨਾਮ ਇਹਦੇ ਅੰਦਰ ਹੈ। ਉਹ ਕਰਦਾ ਕੀ ਹੈ? ਹਉਮੈ ਮਾਇਆ ਵਿਖਾ ਮੇਰੀ ਜ਼ਿੰਦਗੀ ਹੈ, ਦੋ ਜ਼ਹਿਰਾਂ ਚੜੀਆਂ ਹੋਈਆਂ ਨੇ, ਇੱਕ ਹਉਮੈ ਦੀ ਇੱਕ ਮਾਇਆ ਦੀ। ਇਹਨਾਂ ਨੂੰ ਕੋਈ ਚੀਜ਼ ਨਹੀਂ। ਔਰ ਜ਼ਹਿਰਾਂ ਕਿੰਨੀਆਂ ਨੇ? ਕਹਿੰਦੇ ਸਾਰੇ ਫੈਲ ਗਈਆਂ ਬੋਡੀ 'ਚ, ਇਹ ਸਰੀਰ 'ਚ ਵੀ ਫੈਲ ਗਈਆਂ, ਸੂਖਸ਼ਮ ਸਰੀਰ ਇਹਦੇ ਅੰਦਰ ਹੈ, ਉਨੀਆਂ ਤੱਤਾਂ ਦਾ ਉਹਦੇ 'ਚ ਵੀ ਫੈਲ ਗਈਆਂ, ਉਹਦੇ ਅੰਦਰ ਫਿਰ ਕਾਰਨ ਸਰੀਰ ਆ ਉਹਦੇ 'ਚ ਵੀ ਫੈਲ ਗਈ। ਐਡੀ ਫੈਲੀ ਹੋਈ ਜ਼ਹਿਰ ਨੂੰ ਲਾਉਣ ਵਾਲਾ ਹਰ ਅੰਮ੍ਰਿਤ ਹਉਮੈ ਮਾਇਆ ਵਿਖਾ ਮੇਰੀ ਜ਼ਿੰਦਗੀ ਹੈ, ਹਰ ਅੰਮ੍ਰਿਤ ਵੇਖ ਲਏ ਜਾਏ ਰਾਮ। ਜੇ ਇਹ ਅੰਮ੍ਰਿਤ ਆ ਜਾਏ ਨਾ ਅੰਦਰ, ਪ੍ਰਗਟ ਹੋ ਜਾਵੇ, ਉਸ ਵੇਲੇ ਉਹ ਵਿਹੋ ਲੈ ਜਾਂਦੀ। ਅਤੇ ਇਸ ਨੂੰ ਗੁਰੂ ਮਹਾਰਾਜ ਨੇ ਅੰਮ੍ਰਿਤ ਬੂੰਦ ਵੀ ਕਿਹਾ, ਸੁਹਾਵਣੀ ਬੂੰਦ। ਮਿਲਦੀ ਕਿੱਥੇ ਹੈ? ਕਹਿੰਦੇ ਜੇ ਤਾਂ ਮਿਲਣੀ ਹੈ ਨਾ ਤਾਂ ਧਿਆਨ ਨਾਲ ਸੁਣ। ਅੰਮ੍ਰਿਤ ਬੂੰਦ ਨਾਮ ਦੀ ਸੋਣੀ, ਪੀਲੇ ਮਿਲ ਕੇ ਸਾਧਵਾਨ ਨਾਮ ਦੀ ਸੋਣੀ, ਪੀਲੇ ਮਿਲ ਕੇ ਸਾਧਵਾਨ ਮੇਰੇ ਪਿਆਰੇ ਸ਼੍ਰੀ ਲੈਣ ਕੇ ਸਾਧੂ।
ਸੁਹਾਵਣੀ ਮਿਲ ਸਾਧੂ ਜੀਵਨ ਹਾਰ। ਸੰਗਤ ਵਿੱਚ ਜਾਓ, ਇਸ ਵੇਲੇ ਤੁਸੀਂ ਸਾਰੇ ਅੰਮ੍ਰਿਤ ਪੀ ਰਹੇ, ਉਹ ਪਰਮੇਸ਼ਵਰ ਦਾ ਧਿਆਨ ਅੰਦਰ ਆ ਰਿਹਾ। ਸੁਹਾਵਣੀ ਲਿਖਿਆ ਮਹਾਰਾਜ ਨੇ, ਬੂੰਦ ਉੱਥੇ ਅੰਮ੍ਰਿਤ ਬਣਦੀ ਹੈ। ਸੁਖੀ ਆਰ ਕਰ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣ, ਇੱਕੋ ਨਾਮ ਹੁਕਮ ਹੈ, ਕੋਈ ਸਤਗੁਰ ਦੀ ਆ ਬਜਾਏ। ਜਿੱਥੇ ਨਾਮ ਦੀ ਗੱਲ ਹੋਵੇ ਉਹ ਤਾਂ ਸਤਸੰਗ ਹੁੰਦਾ, ਸਤਸੰਗ ਹੀ ਉੱਥੇ ਅੰਮ੍ਰਿਤ ਵੰਡਿਆ ਜਾਂਦਾ। ਆਤਮ ਤੱਤ ਦੀ ਬਾਤ ਹੁੰਦੀ ਹੈ, ਉੱਥੇ ਪੀਂਦੇ ਨੇ ਭਰ ਭਰ ਕੇ ਪਿਆਲੇ। ਉੱਥੇ ਖੁਮਾਰੀ ਚੜ੍ਹਦੀ ਹੈ ਨਾਮ ਦੀ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਬਣ ਤਿਣ ਪ੍ਰਭ ਸੰਗ ਮੌਰਿਆ, ਸਾਰਾ ਦੇਖੋ ਮੌਰਿਆ, ਸਭ ਪਾਸੇ ਖੇੜਾ ਹੀ ਖੇੜਾ ਨਜ਼ਰ ਆਉਂਦਾ। ਸਮਰੱਥ ਪੁਰਖ ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮੁਲਾਜ਼ਮ ਹਰ ਬਖਸ਼ਿਸ਼ ਹੋਵੇ ਤਾਂ ਮੇਲ ਹੋਵੇ। ਸਾਡਾ ਮਨ ਨਹੀਂ ਲੋਚਦਾ ਕਦੇ ਵੀ ਉਹਨੂੰ ਮਿਲਣ ਵਾਸਤੇ, ਕਦੇ ਵੀ ਨਹੀਂ ਹੁੰਦਾ। ਕੌਣ ਰੋਂਦਾ? ਦੁਨੀਆਂ ਦੀਆਂ ਚੀਜ਼ਾਂ ਗਈਆਂ ਤਾਂ ਅਸੀਂ ਰੋ ਪੈਂਦੇ ਹਾਂ, ਕੋਈ ਭਾਈ ਦਾ ਬੰਦ ਚਲਿਆ ਜਾਵੇ, ਅਮਰੀਕਾ ਨੂੰ ਜਾਵੇ ਤਾਂ ਵੀ ਅਸੀਂ ਰੋ ਪੈਂਦੇ, ਹਾਲਾਂਕਿ ਜੋਬ 'ਤੇ ਜਾ ਰਹੇ ਹਾਂ, ਵਿਛੋੜਾ ਹੋ ਰਿਹਾ। ਹੋਰ ਚੀਜ਼ਾਂ ਕੰਸਲਟ ਕਰ ਦੇਵੇ ਤਾਂ ਅਸੀਂ ਰੋ ਪੈਂਦੇ, ਪਰ ਕੋਈ ਰੋਂਦਾ ਨਹੀਂ ਹੈ ਪਰਮੇਸ਼ੁਰ ਨੂੰ ਮਿਲਣ ਵਾਸਤੇ। ਉਹਦੀ ਲਗਨ ਨਹੀਂ ਲੱਗਦੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਬਿਰਮ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਹੋਵੇ, ਗੁਰਦਰਸ਼ਨ ਸੰਤ ਪਿਆਰੇ ਤੇਰਾ ਮੁੱਖ ਸੁਭਾਵਾ ਜੀ ਉਹ ਸਹਿਜ ਧੁਨ ਬਣ। ਕਿਸੇ ਦੇ ਜੇ ਇਹ ਆ ਜਾਵੇ ਨਾ ਇਹ ਗੱਲ ਪਰਮੇਸ਼ ਮਿਲਣ ਵਾਲੀ, ਮਨ ਲੋਚਣ ਲੱਗ ਜਾਵੇ, ਫਿਰ ਅੰਮ੍ਰਿਤ ਬੂੰਦ ਮਿਲ ਵੀ ਜਾਂਦੀ ਹੈ, ਕਿਰਪਾ ਕਰ ਦਿੰਦਾ। ਹਰ ਮਿਲਣਾ ਨੂੰ ਮਨ ਲੋਚਦਾ, ਕਰਮ ਮੁਲਾਜ਼ਮ। ਮਹਾਰਾਜ ਕਹਿੰਦੇ ਜਿਹਨਾਂ ਨੇ ਮਿਲ ਲਿਆ ਨਾ, ਅਸੀਂ ਉਹਨਾਂ ਦੇ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ, ਜਿਹਨੇ ਸਖੀਏ ਭਰਾ ਪਾਇਆ ਹੋ ਤਿੰਨ ਘਰ ਸੱਤ ਬਲਿਹਾਰ। ਸੱਤ ਕਹਿੰਦੇ ਨੇ ਸੌ ਨੂੰ, ਸੌ ਵਾਰੀ ਬਲਿਹਾਰ ਜਾਂਦਾ ਮੈਂ, ਜਿਹਨਾਂ ਨੇ ਅੰਮ੍ਰਿਤ ਬੂੰਦ ਮਿਲ ਗਈ ਅਤੇ ਪਰਮੇਸ਼ਰ ਮਿਲ ਗਿਆ ਜੀ। ਵਾਹਿਗੁਰੂ ਕੋਈ ਬਾਹਰੋਂ ਆ ਕੇ ਨਹੀਂ ਮਿਲਦਾ ਹੁੰਦਾ, ਅੰਦਰੋਂ ਹੀ ਪ੍ਰਗਟ ਹੈ, ਪ੍ਰਗਟ ਹੋ ਜਾਂਦਾ ਅੰਦਰੋਂ, ਅੰਦਰੇ ਹੈ ਹਰੇਕ ਦੇ ਅੰਦਰ। ਕੋਈ ਐਸਾ ਨਹੀਂ ਸੋ ਅੰਤਰ ਸੋ ਬਾਹਰ, ਅਨੰਤ ਘੱਟ ਘੱਟ ਪਿਆ ਪਿਆ ਭਗਵਾਨ ਹਰ ਬੰਦੇ ਦੇ ਅੰਦਰ ਹੈ, ਪਰ ਅਸੀਂ ਇੰਨੇ ਗਾਫਲ ਹੋਏ ਹੋਏ ਹਾਂ, ਉਹਦੇ ਵੱਲ ਧਿਆਨ ਨਹੀਂ ਦਿੰਦੇ, ਉਹ ਸਾਡੇ ਦੁੱਖ ਕੱਟਣ ਨੂੰ ਫਿਰਦਾ, ਅਸੀਂ ਉਹਨੂੰ ਭੁੱਲੇ ਬੈਠੇ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰ ਨਹਾਰ, ਸਾਵਣ ਤਿੰਨਾਂ ਸੁਹਾਗਣੀ। ਕਹਿੰਦੇ ਆ ਸਾਵਣ ਮਨੁੱਖਾ ਜਨਮ ਨੂੰ ਵੀ ਸਾਵਣ ਕਿਹਾ ਅਤੇ ਮਹੀਨੇ ਨੂੰ ਵੀ ਲਾ ਲਓ ਤੁਸੀਂ, ਵੀ ਉਹਨਾਂ ਨੂੰ ਸਾਵਣਾ ਹੋਣਾ ਹੈ। ਸਾਵਣ ਜਿਹਨਾਂ ਦੇ ਹਿਰਦੇ ਦੇ ਵਿੱਚ ਨਾ ਵਾਹਿਗੁਰੂ 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 ਹੋਣ ਲੱਗ ਜਾਣਾ, ਸਾਵਣ ਤਿੰਨਾਂ ਸੁਹਾਗਣੀ ਜਿਹਨ ਰਾਮ ਨਾਮ ਉਰਹਾ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਹਿਣ ਲੱਗੇ, ਪਾਤਾ ਜੀ ਇਹ ਲਿਖੇ ਤਾਂ ਨਹੀਂ ਬਣਦਾ, ਓਮ ਨਮੋ ਸਿੱਧਾਂ, ਗਿਆਨ ਕਰੇ ਤਾਂ ਨਹੀਂ ਬਣਦਾ, ਇਹ ਲਿਖਣਾ ਪੈਂਦਾ ਹਿਰਦੇ ਦੇ ਵਿੱਚ, ਅੰਮ੍ਰਿਤ ਵੇਲੇ ਜਾਗਣਾ ਪੈਂਦਾ, ਲੋਚਾ ਲੱਗਣੀ ਪੈਂਦੀ ਹੈ, ਜਿਵੇਂ ਭੁੱਖ ਲੱਗਦੀ ਹੈ। ਸਾਚੇ ਨਾਮ ਦੀ ਲਾਗਾ ਭੂਖ,
ਭੁੱਖ ਲੱਗੇ ਸੱਚੇ ਨਾਮ ਦੀ, ਪੈਸੇ ਦੀ ਨਾ ਲੱਗੇ, ਫਿਰ ਜਾ ਕੇ ਲੇਖਾ ਲਿਖਿਆ ਜਾਂਦਾ। ਫਿਰ ਜਿੱਥੇ ਲੇਖਾ ਮੰਗਦੇ ਨੇ ਉੱਥੇ ਫਿਰ ਬਰਾਬਰ ਖੜਾ ਹੋ ਜਾਂਦਾ ਹੈ। ਲਿਖਣਾ ਤੂੰ ਜਾਣ ਲੈ ਲੇਖਾ ਏ ਲਿਖਣਾ ਮੰਗੀਏ ਤੇ ਤੈ ਹੋਏ ਸੱਜਣ। ਇਹ ਲਿਖੇ ਕਿਵੇਂ? ਪੂਰੇ ਦੋ ਘੰਟੇ ਤੋਂ ਮੈਂ ਬੇਨਤੀਆਂ ਕਰ ਰਿਹਾ, ਲਿਖਣ ਦੀ ਜਾਂਚ ਵੀ ਆਹ ਹੁੰਦੀ ਹੈ, ਲਿਖਣਾ ਲਿਖ ਲਓ, ਪੜ੍ਹੋ ਸਾਰੇ। ਤੂੰ ਹੀ ਤੂੰ ਹੀ ਮੋਇਨਾ ਮੈਂ
ਘੱਟ 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 ਤੂੰ ਹੀ ਮੋਇਨਾ ਆਹ ਲਿਖ ਲੈ ਕਹਿੰਦਾ ਤੂੰ ਪੈੜ ਸਾਗ ਤੇਰੀ ਫੁੱਲੀ ਤੂੰ ਸੂਖਮ ਹੋਇਆ ਸਤੂਲੀ ਤੂੰ ਜਲ ਨੇ ਤੇ ਤੂੰ ਫੇਨ ਬਦਬਦਾ ਤੁਧ ਮੇ ਨਵਰਨਾ ਭਾਲੀਆ ਜੀ ਤੂੰ ਸੂਤ ਮਣੀਏ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮੱਧ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾਲੀਆ ਜੀ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਆਪ ਜਾਣੇ ਤੁਧ ਆਪੇ ਤੁਧ ਸੰਭਾਲੀਆ ਜੀ ਤੂੰ ਠਾਕਰ ਸੇਵਕ ਹੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵਾ ਇੱਕ ਭੋਰੀ ਨਜ਼ਰ ਨਿਹਾਲੀਏ ਮਹਾਰਾਜ ਕਹਿੰਦੇ ਉਹ ਤਾਂ ਬਿਨਾਂ ਇੱਥੇ ਕੋਈ ਨਹੀਂ ਹੈ ਲੇਖਾ ਲਿਖ ਲਓ ਹਿਰਦੇ ਦੇ ਅੰਦਰ ਇਹਨੂੰ ਸਭ ਨੂੰ ਪਕਾਉਣ ਦਾ ਯਤਨ ਕਰੋ ਫਿਰ ਭਜਨ ਵੀ ਸਫਲਾ ਹੋ ਜਾਏਗਾ ਫਿਰ ਮਨ ਵੀ ਨਹੀਂ ਦੌੜਨਾ ਕਿਤੇ ਬਾਣੀ ਪੜ੍ਹਨੀ ਵੀ ਸਫਲ ਹੋ ਜਾਏਗੀ ਸਤਸੰਗ 'ਚ ਆਉਣਾ ਵੀ ਸਫਲ ਹੋ ਜਾਏਗਾ ਸਾਡਾ ਜੀਵਨ ਵੀ ਸਫਲ ਹੋ ਜਾਏਗਾ ਸੋ ਆਪ ਦੂਰ ਦਰਾਜ ਤੋਂ ਅੱਜ ਪਹੁੰਚੇ ਹੋ ਇੱਥੇ ਕਿਉਂਕਿ ਤਿੰਨ ਪੁਰਬ ਇਕੱਠੇ ਐਤਵਾਰ ਨੂੰ ਇੱਥੇ ਹੁੰਦਾ ਸੰਗਰਾਂਦ ਸਾਵਣ ਦੀ ਆਪਾਂ ਨੇ ਮਿਲ ਕੇ ਬਣਾਈ ਹੈ ਅਤੇ ਬਾਕੀ ਪੂਰਨਮਾਸ਼ੀ ਹੈ ਇਕੱਠੇ ਆਏ ਨੇ ਸੋ ਇਹ ਤੁਸੀਂ ਜੋ ਮੈਂ ਬੇਨਤੀਆਂ ਕਰੀਆਂ ਨੇ ਇਹਨੂੰ ਹਿਰਦੇ 'ਚ ਧਾਰਨ ਦਾ ਯਤਨ ਕਰੋ ਤਾਂ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਇਹ ਨਹੀਂ ਯਾਦ ਰਹਿੰਦੀ ਕੋਈ ਟੇਪ ਲੈ ਲਓ ਟੇਪਾਂ ਇੱਥੇ ਜਿਹੜੇ ਮਿਲ ਜਾਂਦੀਆਂ ਨੇ ਹਿਰਦੇ 'ਚ ਵਸਾਓ ਫਿਰ ਤਰੱਕੀ ਹੋਇਆ ਕਰਦੀਆਂ ਨਹੀਂ ਤਾਂ ਊਣ ਵਧਾਉਣਾ ਪੰਜਾਬੀ ਦਾ ਅੱਖਰ ਹੈ ਅਤੇ ਐਵੇਂ ਨਾ ਸੁੱਤਿਆਂ 'ਚ ਨਾ ਜਾਗਦਿਆਂ 'ਚ ਸਫ਼ਰ ਕਰ ਰਿਹਾ ਮੁੱਕਦਾ ਨਹੀਂ ਕੋਹਲੂ ਦਾ ਬੈਲ ਹੁੰਦਾ ਖੋਪੇ ਬੰਨ ਦਿੰਦੇ ਨੇ ਉਹਦੇ ਡੰਡਾ ਮਾਰਿਆ ਉਹ ਘੁੰਮੀ ਜਾਂਦਾ ਉੱਠ ਹੁੰਦਾ ਖੋਪੇ ਬੰਨ ਦਿੰਦੇ ਨੇ ਘੁੰਮੀ ਜਾਂਦਾ ਖੂਬ ਚਲਾਈ ਉਹ ਸਾਰਾ ਦਿਨ 5-6 ਘੰਟੇ ਉੱਠ ਚੱਲ ਜਾਂਦਾ 8 ਘੰਟੇ ਚੱਲਦਾ 8 ਘੰਟਿਆਂ 'ਚ ਉਹਦਾ ਸਫ਼ਰ ਲਾਓ ਤਾਂ 40 ਮੀਲ ਕੱਢ ਦਿੰਦਾ ਪਰ ਜਦ ਖੋਪੇ ਖੋਲ੍ਹਦੇ ਨੇ ਉੱਥੇ ਦੇ ਉੱਥੇ ਖੜ੍ਹਾ ਹੁੰਦਾ ਇਹ ਗੱਲ ਸਾਡੇ ਨਾਲ ਨਾ ਹੋਵੇ ਟਾਈਮ ਬਹੁਤ ਥੋੜ੍ਹਾ ਹੈ ਪੱਕੀ ਗੱਲ ਕਰਕੇ ਸਬਜੈਕਟਿਵ ਧਰਮ ਦੇ ਜਿਵੇਂ ਹੈ ਨਾ ਇਹ ਐਵੇਂ ਓਬਜੈਕਟਿਵ ਨਹੀਂ ਹੈ ਸਿੱਖੀ ਹੈ ਗਾਂ ਕੂਤਰਾਂ ਪਿੱਛੇ ਫੇਰ ਨਾ ਮੋਟਣਾ ਅੱਗੇ ਨੂੰ ਪੈਰ ਵਧਾਉਂਦਾ ਜਾਂ ਪਿੱਛੇ ਨੂੰ ਮਾਰ ਤੋ ਆਪਾਂ ਜਿਹੜਾ ਕੰਮ ਕਰਨ ਆਏ ਹਾਂ ਉਹਦੇ ਵਾਸਤੇ ਨਾਮ ਅੰਦਰ ਪਿਆ ਪਰਮੇਸ਼ੁਰ ਅੰਦਰ ਹੈ ਅੰਦਰੇ ਮਿਲਣਾ ਮੈਂ ਦਾ ਖਾਤਮਾ ਹੋਣਾ ਸਾਰੀਆਂ ਗੱਲਾਂ ਬਹੁਤ ਵਿਸਥਾਰ ਨਾਲ ਬੇਨਤੀਆਂ ਕੀਤੀਆਂ ਇਹਨਾਂ ਨੂੰ ਹਿਰਦੇ ਦਸਾਓ
ਸੋ ਹੁਣ ਮੈਂ ਸਮਾਪਤ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।